ਜੀ ਸਾਡੇ ਟੈਂਟ ਵਾਲੇ ਵੀਰ ਉਹਨਾਂ ਦੇ ਕੁਝ ਜਿਹੜੇ ਟੈਂਟ ਹੈ ਚਾਨਣੀਆਂ ਦੇ ਪਾਈਪ ਡਿੱਗ ਰਹੇ ਆ ਜਿੱਥੇ ਸਾਡੀਆਂ ਬੀਬੀਆਂ ਭੈਣਾਂ ਬੈਠੀਆਂ ਨੂੰ ਸਿੱਟ ਕਰ ਦਿਓ ਜੀ। ਜੋਗੇਵਾਲਾ ਤੇ ਫਤਿਹਉੱਲਾ ਸ਼ਾਹ ਕਬੱਡੀ ਕਲੱਬ ਜੀ ਲਾਸਟ ਵਾਰ ਬੇਨਤੀ ਹੈ, ਅਗਲੀਆਂ ਟਾਈਆਂ ਕੱਢ ਦਿਓ। ਹਰਭਜਨ ਪ੍ਰਧਾਨ ਜੀ ਜੇਤੂ ਰੱਖ ਕੇ ਮਾਈਕ ਦੇ ਉੱਪਰ ਆਉਣਗੇ। ਮੇਰਾ ਵੀਰ ਮਰੀਕ ਹੋਸਾ ਕੋਟਲਾ ਜੀ ਜਲਦੀ ਨਾਲ ਜਿਹੜੀ ਟੀਮ ਹੈ ਜੋਗੇਵਾਲਾ ਤੇ ਫਤਿਹ ਉੱਲਾ ਸ਼ਾਹ ਕਬੱਡੀ ਕਲੱਬ ਗਰਾਊਂਡ ਦੇ ਵਿੱਚ ਪੁੱਜ ਜਾਵੇ, ਮੇਰੀ ਬੇਨਤੀ ਹੈ। ਔਰ ਉਸ ਤੋਂ ਬਾਅਦ ਦੂਸਰਾ ਰਾਊਂਡ ਜਿਹੜਾ ਕਬੱਡੀ ਦਾ ਬਹੁਤ ਹੀ ਤਕੜਾ ਹੋਵੇਗਾ। ਅਸੀਂ ਤਾਈਆਂ ਕੱਢ ਰਹੇ ਹਾਂ ਤੇ ਟੀਮਾਂ ਆਪਣੇ ਮੈਚ ਜਿਹੜੇ ਸੁਣ ਗਈਆਂ। ਜੋਗੇਵਾਲ ਦੀ ਟੀਮ ਆਓ ਜੀ, ਜੋਗੇਵਾਲ ਦੇ ਫਤਿਹਉੱਲਾ ਸ਼ਾਹ ਕਬੱਡੀ ਕਲੱਬ। ਬੇਨਤੀ ਆ ਵੀ ਜਿੱਥੇ ਵੀ ਟੀਮ ਮੇਰੀ ਆਵਾਜ਼ ਨੂੰ ਜੋਗੇਵਾਲ ਦੇ ਫਤਿਹ ਸ਼ਾਹ ਉੱਲਾ ਕਬੱਡੀ ਕਲੱਬ ਸੁਣਦੀ ਆ ਉਹ ਗਰਾਊਂਡ ਦੇ ਵਿੱਚ ਆ ਜਾਵੇ। ਅੱਛਾ ਅੱਛਾ, ਰੇਡ ਕਿਲੋ ਓਪਨ ਓਪਨ, ਠੀਕ ਆ ਜੀ, ਮਿਹਰਬਾਨੀ। ਪਹਿਲੀ ਵਾਰੀ ਫੋਨ ਚ ਆਈ ਹੈ ਟੀਮ, ਪਹਿਲਾਂ ਤੁਸੀਂ ਟੂਰਨਾਮੈਂਟ ਕਰਵਾਇਆ ਸੀ, ਮੈਂ ਗਿਆ ਸੀ ਉੱਥੇ, ਇੱਕ ਹੋਣੀ ਵਰਤੀ ਸੀ ਉੱਥੇ, ਤੁਹਾਡੇ ਲੈਟ ਲੱਗ ਗਈ ਸੀ ਇੱਕ ਪਲੇਅਰ ਵੀਰ ਨੂੰ ਤੇ ਉਹਦੀ ਡੈਥ ਹੋ ਗਈ ਸੀ। ਧੰਨਵਾਦ ਕਰਦੇ ਹਾਂ, ਇਹ ਜਿਹੜੀ ਟੀਮ ਹੈ ਫਤਿਹ ਸ਼ਾਹ ਉੱਲਾ ਕਲੱਬ ਦੀ ਹੈ, ਫਤਿਹਗੜ੍ਹ ਪੰਚਤੂਰ ਦੇ ਏਰੀਏ ਦੀ ਹੈ। ਔਰ ਮੇਰੀ ਬੇਨਤੀ ਆ ਵੀ ਜੋਗੇਵਾਲੇ ਦੀ ਟੀਮ ਜੇ ਉਹਨਾਂ ਦਾ ਕੋਈ ਪਲੇਅਰ ਪਹੁੰਚਿਆ ਜਾਂ ਉਹ ਟੀਮ ਤਿਆਰ ਹੋ ਰਹੀ ਹੈ, ਕਿਰਪਾ ਕਰਕੇ ਸਾਨੂੰ ਦੱਸ ਦੇਵੇ। ਹੈਲੋ, ਬੁੱਟੇ ਕਿਹੜੀ ਟੀਮ ਹੈ? ਫਤਿਹ ਉੱਲਾ ਸ਼ਾਹ ਕਬੱਡੀ ਕਲੱਬ ਫਤਿਹਗੜ੍ਹ ਪੰਚਤੂਰ ਜੀ। ਇਹ ਬਸ ਮੇਰਾ ਖਿਆਲ ਜੋਗੇਵਾਲੇ ਦਾ ਆ ਗਿਆ, ਮੇਰਾ ਖਿਆਲ ਨਹੀਂ ਆ ਰਹੇ ਜੀ, ਉਹ ਮੌਕਾ ਦੇ ਦਿਓ ਉਹਨਾਂ ਨੂੰ। ਠੀਕ ਆ ਜੀ, ਤਾਈਆਂ ਕੱਢ ਦਿਓ ਜੀ। ਅਗਲੀ ਗੱਲ ਮਾਈਕ ਤੋਂ ਮਰੀਕ ਖੋਸਾ ਕੋਟਲਾ ਜੀ, ਜਾਓ ਮੇਰੇ ਵੀਰ ਬਾਗ ਕੋਟਲਾ, ਤੁਹਾਨੂੰ ਬਹੁਤ ਮਿਹਰਬਾਨੀ। ਜਿੱਤ ਦੀ ਇੰਨੀ ਖੁਸ਼ੀ ਨਾ ਮਨਾਓ, ਹਜੇ ਤਾਂ ਕੰਮ ਹਜੇ ਸਿਰ ਚੋਂ ਪੂਣੀ ਨਹੀਂ ਕੱਤੀ, ਗਾਹ ਆਓ ਜੋ ਵੀ ਬਣਦਾ ਵੇਖੋਗੀ। ਹਾਂਜੀ ਹਾਂਜੀ, ਇਹ ਤਾਂ ਬੜੀ ਵੱਡੀ ਗੱਲ ਹੈ ਵੀ ਜਿੱਤ ਜਿੱਤੀ ਹੁੰਦੀ ਹੈ। ਮਰੀਕ ਖੋਸਾ ਕੋਟਲਾ ਜੀ, ਅਗਲੇ ਰਾਊਂਡ ਦੀਆਂ ਅਸੀਂ ਟਾਈਆਂ ਕੱਢਣ ਜਾ ਰਹੇ ਹਾਂ ਜੀ। ਜਿਹੜੀਆਂ ਜੇਤੂ ਟੀਮਾਂ ਦਾ ਪਲੇਅਰ ਇੱਕ ਇੱਕ ਸਾਡੇ ਕੋਲ ਆ ਜਾਵੇ, ਬਹੁਤ ਮਿਹਰਬਾਨੀ ਜੀ। ਅਗਲੀਆਂ ਟਾਈਆਂ ਕੱਢ ਦਿਓ ਜਲਦੀ ਨਾਲ, ਹੌਸਲੇ ਬੁਲੰਦ ਹੈ, ਕੋਈ ਗੱਲ ਨੀ, ਹੌਲੀ ਹੌਲੀ ਜਦੋਂ ਮਾੜੇ ਤੋਂ ਤਕੜਾ ਫਿਰ ਹੁੰਦਾ ਹੀ ਆ ਪਲੇਅਰ, ਖੁਸ਼ੀ ਹੁੰਦੀ ਆ, ਖੁਸ਼ੀ ਦਾ ਇਜ਼ਹਾਰ ਕਰਕੇ ਗਈ ਹੈ ਟੀਮ ਫਤਿਹ ਸ਼ਾਹ ਉੱਲਾ ਕਬੱਡੀ ਕਲੱਬ। ਔਰ ਅਗਲੀਆਂ ਟਾਈਆਂ ਕੱਢ ਦਿਓ ਜੀ ਜਲਦੀ ਨਾਲ। ਡਾਕਟਰ ਜੀ, ਇੱਕ ਮਾਸਟਰ ਜੀ ਮੈਚ ਬੋਲ ਦਿਓ ਜਿਹੜੀ ਤੁਸੀਂ ਟਾਈ ਕੱਢੀ ਹੈ। ਬਸ ਇੱਕ ਮਿੰਟ ਦੇ ਵਿੱਚ ਜੀ, ਜਲਦੀ ਨਾਲ ਟਾਈਆਂ ਕੱਢੋ ਜੀ, ਮੇਰੀ ਬੇਨਤੀ ਹੈ। ਲਓ ਜੀ, ਅਸੀਂ ਮੈਚ ਅਨਾਊਂਸ ਕਰਨ ਜਾ ਰਹੇ ਹਾਂ ਕਬੱਡੀ ਓਪਨ ਦੇ। ਮੇਰੇ ਵੀਰ ਜਿਹੜੀਆਂ ਟਾਈਆਂ ਪਾ ਰਹੇ ਆ, ਆਹ ਜਿਹੜਾ ਰਾਊਂਡ ਹੈ ਦਰਸ਼ ਵੀਰ, ਉਹ ਬਹੁਤ ਹੀ ਤਕੜਾ। ਪਾਣੀ ਦੀਆਂ ਜਿਹੜੀਆਂ ਬੋਤਲਾਂ ਉਹ ਗਰਾਊਂਡ ਵਿੱਚ ਪਹੁੰਚਦੀਆਂ ਕਰ ਦਿਓ ਜੀ। ਔਰ ਬੇਨਤੀ ਆ ਵੀ ਜਲਦੀ ਨਾਲ ਫੌਜੀ ਸਾਹਿਬ ਟਾਈਆਂ ਕੱਢ ਦਿਓ ਤੇ ਆਪਾਂ ਟੀਮਾਂ ਨੂੰ ਸੱਦਾ ਦਈਏ। ਫਤਿਹਉੱਲਾ ਸ਼ਾਹ ਤੇ ਘੱਲ ਕਲਾਂ ਜੀ, ਪਹਿਲਾ ਮੈਚ ਫਤਿਹਉੱਲਾ ਸ਼ਾਹ ਤੇ ਘੱਲ ਕਲਾਂ, ਆ ਜਾਓ ਜੀ ਫਤਿਹਉੱਲਾ ਸ਼ਾਹ ਤੇ ਘੱਲ ਕਲਾਂ। ਫਤਿਹਉੱਲਾ ਸ਼ਾਹ ਵਾਲਿਓ ਇੱਥੇ ਮੁੜੇ ਆਓ, ਕਿਰਪਾ ਕਰਕੇ ਆ ਜਾਓ, ਤੁਹਾਨੂੰ ਕੌਡੀ ਸਿਖਾਈਏ, ਆ ਜਾਓ, ਮੇਰੀ ਬੇਨਤੀ ਆ ਗਰਾਊਂਡ ਦੇ ਵਿੱਚ ਜਲਦੀ ਨਾਲ ਕੱਲ ਤੇ ਫਤਿਹਉੱਲਾ ਸ਼ਾਹ। ਸਾਡੇ ਡਾਕਟਰ ਹਰਪ੍ਰੀਤ ਜੀ ਵਿਸ਼ੇ ਤੌਰ ਤੇ ਪੁੱਜੇ ਹੈ, ਸਲੀਣੇ ਵਿੱਚ ਜਿਮ ਵੀ ਬਹੁਤ ਤਕੜਾ ਖੋਲਿਆ ਉਹਨਾਂ ਨੇ, ਉਹ ਵੀਰ ਸਾਡੇ ਦਰਮਿਆਨ ਆਏ, ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਹਰਪ੍ਰੀਤ ਜੀ, ਚੰਗੀ ਸਿਹਤ ਦੇਣ ਲਈ ਖਿਡਾਰੀਆਂ ਨੂੰ। ਔਰ ਫਤਿਹਉੱਲਾ ਸ਼ਾਹ ਕਬੱਡੀ ਕਲੱਬ ਦੇ ਘੱਲ ਜੀ,
ਜਲਦੀ ਨਾਲ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ। ਅਗਲੇ ਰਸਤੇ ਦੇ ਜੀ ਸਾਰੇ ਮੈਚ ਬੋਲ ਗਏ ਆਪਾਂ। अगले राउंड दी टीमों नूं मेरी बेनती है भी वो टीमां जिहड़े ना अनाउंस कीते ने साडे वीरां ने वो टीमां जल्दी खेल के मैदान दे विच आ जाण। ਘੱਲਾਂ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਵੇ। ਘੱਲਾਂ ਦੀ ਟੀਮ ਨੂੰ ਬੇਨਤੀ ਹੈ ਘੱਲ ਕਲਾਂ ਦੀ ਟੀਮ ਗਰਾਊਂਡ 'ਚ ਆ ਜਾਵੇ। ਨਾਲ ਹੀ ਬੇਨਤੀ ਹੈ ਮਾਸਟਰ ਕੁਲਵੀਰ ਸਿੰਘ ਜੀ ਜਿਹੜੀ ਲੈਫਟ ਆ ਉਹ ਕਿਰਪਾ ਕਰਕੇ ਪਹੁੰਚ ਦੀ ਕਰ ਦਿੱਤੀ ਜਾਵੇ। ਵੱਡਾ ਧੰਨਵਾਦ ਹੋਵੇਗਾ, ਵੱਡਾ ਹਜੂਮ ਹੈ ਦਰਸ਼ਕ ਵੀਰਾਂ ਦਾ, ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਿ ਬੜੀ ਦੂਰੋਂ ਦੂਰੋਂ ਆਏ ਬੈਠੇ ਭੁੱਖੇ ਤੇ ਭਾਏ ਦੇਖ ਕੇ ਖਿਡਾਰੀਆਂ ਦੇ ਸਰੀਰ ਨਾ ਇਹਨਾਂ ਨੂੰ ਕਿਸੇ ਗੱਲ ਦੀ ਘਾਟ ਰੱਖ ਕੇ ਅੱਜ ਬੋਲਦਾ ਕਬੱਡੀ ਦਾ ਜਨੂਨ ਲੋਕਾਂ ਦੇ ਯਾਰੋ ਸਿਰ ਚੜ੍ਹ ਕੇ ਅੱਜ ਬੋਲਦਾ ਕਬੱਡੀ ਦਾ ਜਨੂਨ ਲੋਕਾਂ ਦੇ ਯਾਰੋ ਸਿਰ ਚੜ੍ਹ ਕੇ ਵਾਕਈ ਕਬੱਡੀ ਦਾ ਜਨੂਨ ਬੋਲਦਾ। ਮੇਰੀ ਬੇਨਤੀ ਹੈ ਖਿਡਾਰੀ ਵੀਰਾਂ ਨੂੰ ਵੀ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ, ਟੀਮਾਂ ਨੂੰ ਬੇਨਤੀ ਕਰਦੇ ਹਾਂ। ਅਗਲੇ ਰਾਊਂਡ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ, ਨਾਲ ਹੀ ਲੈਫਟ ਪਹੁੰਚ ਦੀ ਕਰ ਦਿੱਤੀ ਜਾਵੇ, ਵੱਡਾ ਧੰਨਵਾਦ ਹੋਵੇਗਾ। ਲੈਫਟ ਪਹੁੰਚ ਦੀ ਕਰ ਦਿੱਤੀ ਜਾਵੇ, ਵੱਡਾ ਧੰਨਵਾਦ ਹੋਵੇਗਾ। ਸਾਡੀ ਬੇਨਤੀ ਆ ਹੱਥ ਬੰਨ ਕੇ ਵੀ ਕਿਰਪਾ ਕਰਕੇ ਜਿਹੜੀਆਂ ਅਗਲੇ ਰਾਊਂਡ ਦੀਆਂ ਟੀਮਾਂ ਨੇ ਉਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ, ਮੇਰੀ ਬੇਨਤੀ ਹੈ, ਮੇਰੀ ਬੇਨਤੀ ਹੈ ਟੀਮਾਂ ਜਲਦੀ। ਸਾਡੀ ਬੇਨਤੀ ਹੈ ਵੀ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ, ਅਗਲੀਆਂ ਟੀਮਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ। ਘੱਲਾਂ ਦੀ ਟੀਮ ਨੂੰ ਬੇਨਤੀ ਕਰਦੇ ਹਾਂ, ਘੱਲ ਕਲਾਂ ਦੀ ਟੀਮ ਜਲਦੀ ਗਰਾਊਂਡ 'ਚ ਆ ਜਾਵੇ, ਘੱਲ ਕਲਾਂ ਦੀ ਟੀਮ ਨੂੰ ਬੇਨਤੀ ਹੈ। ਲੈਫਟ ਪਹੁੰਚ ਦੀ ਕਰ ਦਿੱਤੀ ਜਾਵੇ, ਮੈਂ ਬੇਨਤੀ ਕਰਦਾ ਮਾਸਟਰ ਕੁਲਦੀਪ ਸਿੰਘ ਜੀ, ਬੜੀ ਸਤਿਕਾਰਯੋਗ ਸ਼ਖਸੀਅਤ ਹੈ ਜੱਸੇ ਬਾਈ, ਖੇਡ ਦੇ ਮੈਦਾਨ ਦੇ ਵਿੱਚ ਜਿਹੜੀ ਅਗਲੀ ਆ ਲੈਫਟ ਪਹੁੰਚ ਦੀ ਕਰ ਦਿੱਤੀ ਜਾਵੇ, ਘੱਲ ਕਲਾਂ ਦੀ ਟੀਮ ਨੂੰ ਬੇਨਤੀ ਕਰਦੇ ਹਾਂ ਵੀ ਉਹ ਟੀਮ ਗਰਾਊਂਡ 'ਚ ਆ ਜਾਵੇ, ਘੱਲ ਕਲਾਂ ਦੀ ਟੀਮ। ਘੱਲ ਕਲਾਂ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਟੀਮ ਗਰਾਊਂਡ 'ਚ ਆ ਜਾਵੇ, ਘੱਲ ਕਲਾਂ ਦੀ ਟੀਮ ਨੂੰ ਬੇਨਤੀ ਕਰਦੇ ਹਾਂ। ਸਾਡੇ ਪ੍ਰਧਾਨ ਸਾਹਿਬ ਕਹਿੰਦੇ ਟੀਮ ਜਲਦੀ ਆ ਜਾਵੇ, ਮੇਰੀ ਬੇਨਤੀ ਹੈ ਘੱਲ ਕਲਾਂ ਦੀ ਟੀਮ ਨੂੰ ਬੇਨਤੀ ਹੈ ਵੀ ਟੀਮ ਜਲਦੀ ਆ ਜਾਵੇ। ਨਾਲ ਸੰਦੀਪ ਦਿਲਬਾ ਜੀ, ਉਹ ਪੰਜਾਬ ਦੀ ਮੁਟਿਆਰ ਜਿਹਨੇ ਵਰਲਡ ਕੱਪ ਦੇ ਵਿੱਚ ਵੀ ਧੁੰਮਾਂ ਪਾਈਆਂ ਸੀ, ਵਿਸ਼ੇਸ਼ ਤੌਰ ਤੇ ਪੁੱਜੀ ਹੋਈ ਹੈ, ਆਪਾਂ ਧੰਨਵਾਦ ਕਰਦੇ ਹਾਂ, ਮਾਨ ਸਨਮਾਨ ਵੀ ਦਿੱਤੇ ਜਾਣਗੇ। ਮੇਰੀ ਬੇਨਤੀ ਹੈ ਘੱਲ ਕਲਾਂ ਦੀ ਟੀਮ ਨੂੰ, ਘੱਲ ਕਲਾਂ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਟੀਮ ਜਲਦੀ ਗਰਾਊਂਡ 'ਚ ਆ ਜਾਵੇ, ਘੱਲ ਕਲਾਂ ਦੀ ਟੀਮ ਨੂੰ ਬੇਨਤੀ ਕਰਦੇ ਹਾਂ ਵੀ ਉਹ ਟੀਮ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ, ਘੱਲ ਕਲਾਂ ਦੀ ਟੀਮ ਨੂੰ ਬੇਨਤੀ ਹੈ।
ਕਾਲਕਾਂ ਦੀ ਟੀਮ ਗਰਾਊਂਡ ਚ ਆ ਜਾਵੇ ਮੇਰੀ ਬੇਨਤੀ ਹੈ। ਕੱਲਾਂ ਦੀ ਟੀਮ ਗਰਾਊਂਡ ਚ ਨਹੀਂ ਆ ਰਹੀ, ਕਾਲਕਾਂ ਦੀ ਟੀਮ, ਕਾਲਕਾਂ ਦੀ ਟੀਮ ਗਰਾਊਂਡ ਚ ਨਹੀਂ ਆ ਰਹੀ, ਜਲਦੀ ਟੀਮ ਗਰਾਊਂਡ ਦੇ ਵਿੱਚ ਆ ਜਾਵੇ ਮੇਰੀ ਬੇਨਤੀ ਹੈ। ਕਾਲਕਾਲਾਂ ਦੀ ਟੀਮ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਹਾਂ, ਕਾਫੀ ਸਮੇਂ ਤੋਂ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ ਕਿ ਵਧੀਆ ਰਿਸਪਾਂਸ ਨਹੀਂ ਦੇ ਰਹੇ ਤੁਸੀਂ, ਕਾਲਕਾਲਾਂ ਦੀ ਟੀਮ ਨੂੰ ਮੇਰੀ ਬੇਨਤੀ ਹੈ। ਕਾਲਕਾਲਾਂ ਦੀ ਟੀਮ ਨਹੀਂ ਆਈ, ਮੇਰੀ ਬੇਨਤੀ ਹੈ। ਸਾਡੀ ਬੇਨਤੀ ਆ ਵੀ ਕਾਲਕਾਲਾਂ ਦੀ ਟੀਮ ਮੈਚ ਪੂਰਾ ਟੌਪ ਦਾ ਖੇਡਿਆ ਜਾਣਾ ਖੇਡ ਦੇ ਮੈਦਾਨ ਦੇ ਵਿੱਚ, ਨਾਲ ਹੀ ਜਿਹੜੀ ਅਗਲੀ ਲੈਫਟ ਆ ਪਹੁੰਚ ਦੀ ਕਰ ਦਿੱਤੀ ਜਾਵੇ, ਵੱਡਾ ਧੰਨਵਾਦ ਹੋਵੇਗਾ। ਅਗਲੀ ਲੈਫਟ ਗਰਾਊਂਡ ਦੇ ਵਿੱਚ ਪਹੁੰਚ ਦੀ ਕਰ ਦਿੱਤੀ ਜਾਵੇ, ਮੇਰੀ ਬੇਨਤੀ ਹੈ ਵੀ ਅਗਲੀ ਲੈਫਟ ਖੇਡ ਦੇ ਮੈਦਾਨ ਦੇ ਵਿੱਚ ਪਹੁੰਚ ਦੀ ਕਰ ਦਿੱਤੀ ਜਾਵੇ। ਕੱਲਾਂ ਦੀ ਟੀਮ ਸਾਡੀ ਬੇਨਤੀ ਹੈ, ਤੁਸੀਂ ਗਰਾਊਂਡ ਦੇ ਵਿੱਚ ਹੀ ਰਹਿਣਾ, ਤੁਸੀਂ ਨਹੀਂ ਜਾਣਾ ਕਿਤੇ ਮਸਾਂ ਆਏ ਹੋ, ਕਿਉਂਕਿ ਲੀਡਰਾਂ ਦੇ ਕੰਮ ਇਹਨਾਂ ਦੇ ਆ, ਲੇਟ ਆਉਣ ਨਾਲ ਟੌਰ ਬਣਦੀ ਆ। ਮੇਰੀ ਬੇਨਤੀ ਆ ਕੱਲਾਂ ਦੀ ਟੀਮ ਨਹੀਂ ਆ ਰਹੀ, ਕੱਲਾਂ ਦੀ ਟੀਮ ਆ ਗਏ ਤੁਸੀਂ, ਲੱਖਿਆ ਕੈਡਰਾਂ 'ਚ ਵੀ ਆਈ ਜਾਂਦੇ ਹੁੰਦੇ ਆ, ਉਦੋਂ ਨਾ ਲੱਖੇ ਵਰਗੇ ਪਹਿਲਾਂ ਹੀ ਮੁੱਠੀਆਂ 'ਚ ਥੁੱਕੀ ਫਿਰਦੇ ਰਹਿੰਦੇ ਵੀ ਕਿਤੇ 5000 ਫਾਈਨ ਨਾ ਪੈ ਜੇ, ਤੇ ਹੁਣ ਮੇਰਾ ਸਾਹ ਸੁੱਕਾ, ਰੈਫਰੀਆਂ ਨੇ ਸੀਟੀਆਂ ਮਾਰ ਮਾਰ ਕੇ ਫੁੱਕਾਂ ਮਕੋੜੀਆਂ। ਬੇਨਤੀ ਆ ਕੱਲਾਂ ਦੀ ਟੀਮ ਵਧੀਆ ਪਲੇਅਰ ਹੈ, ਵਧੀਆ ਪਲੇਅਰਾਂ ਨਾਲ ਲੈਸ ਟੀਮ ਹੈ, ਮੈਚ ਪੂਰਾ ਵਧੀਆ ਖੇਡਿਆ ਜਾਣਾ ਖੇਡ ਦੇ ਮੈਦਾਨ ਦੇ ਵਿੱਚ। ਨਾਲ ਉਹ ਪੰਜਾਬ ਦੀ ਸ਼ੇਰ ਬੱਚੀ, ਉਹਦਾ ਮਾਨ ਸਨਮਾਨ ਪ੍ਰਬੰਧਕ ਵੀਰਾਂ ਵੱਲੋਂ ਕੀਤਾ ਜਾ ਰਿਹਾ ਹੈ। ਵਰਲਡ ਕੱਪ ਦੇ ਵਿੱਚ ਵੀ ਧੁੰਮਾਂ ਪਾਈਆਂ ਸਨ ਇਸ ਗੁਰਿਆਰ ਨੇ, ਬੜੀ ਦੂਰ ਤੋਂ ਪੁੱਜੀ ਹੈ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਇੱਥੇ ਪੁੱਜਣ ਦੇ। ਤੇ ਗੱਲ ਸੁਣ ਲਓ ਇੱਕ ਪੰਜਾਬੀਓ, ਇਹ ਕਾਹਦੇ ਰੀਤ ਰਿਵਾਜ, ਧੀਆਂ ਪੁੱਤਾਂ ਵਾਂਗੂ ਪਾਲ ਕੇ ਦਿੰਦੇ ਹੋ ਵਿਆਹ ਵਿੱਚ ਲੋਹੜਿਆਂ ਦਾ ਦਾਜ, ਸ਼ੌਂਕ ਇਹਨਾਂ ਦੇ ਪਾਲ ਕੇ ਫਿਰ ਕਾਹਦੇ ਕਰਦੇ। ਕਈ ਵਾਰੀ ਧੀਆਂ ਉਹ ਕਰ ਜਾਂਦੀਆਂ ਜੋ ਪੁੱਤ ਨਹੀਂ ਕਰਦੇ, ਧੀਆਂ ਉਹ ਕਰ ਜਾਂਦੀਆਂ ਜੋ ਪੁੱਤ ਨਹੀਂ ਕਰਦੇ। ਮਾਨ ਸਨਮਾਨ ਬਖਸ਼ੇ ਜਾ ਰਹੇ ਨੇ ਪ੍ਰਬੰਧਕ ਕਮੇਟੀ ਵੱਲੋਂ, ਕਿਉਂਕਿ ਮੁਟਿਆਰ ਕਾਫੀ ਦੂਰ ਤੋਂ ਆਈ ਹੈ, ਔਰ ਇਹਨਾਂ ਧੀਆਂ ਦੇ ਮਾਪੇ ਨੇ ਹੱਕਦਾਰ ਵਧਾਈਆਂ ਦੇ ਜਿਨ੍ਹਾਂ ਨੇ ਧੁੰਮਾਂ ਪਾਈਆਂ, ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਮੈਚ ਸ਼ੁਰੂ ਕਰਵਾ ਦਿੱਤਾ ਜਾਵੇ, ਮੈਚ ਸ਼ੁਰੂ ਕਰਵਾ ਦਿੱਤਾ ਜਾਵੇ, ਮੇਰੀ ਬੇਨਤੀ ਆ। ਦੋਨੇ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਪੁੱਜ ਗਈਆਂ ਨੇ। ਦੋਨੇ ਟੀਮਾਂ, ਇੱਕ ਪਾਸੇ ਜਿਹੜੀ ਕਾਲਕਾਲਾਂ ਦੀ ਟੀਮ ਹੈ ਤੇ ਦੂਜੇ ਪਾਸੇ ਬਾਬੇ ਫਤਿਹਗੜ੍ਹ ਪੰਜ ਤੂਰ ਤੇ ਕੱਲਾ ਦਾ ਮੈਚ ਖੇਡਿਆ ਜਾਣਾ ਖੇਡ ਦੇ ਮੈਦਾਨ ਦੇ ਵਿੱਚ। ਅਗਲੀ ਮੇਰੀ ਬੇਨਤੀ ਆ ਵੀ ਮਾਸਟਰ ਕੁਲਵੀਰ ਸਿੰਘ ਜੀ ਲੈਫਟ ਪਹੁੰਚ ਦੀ ਕਰ ਦਿੱਤੀ ਜਾਵੇ। ਬਸ ਇੱਕ ਮਿੰਟ ਜੋ ਆ ਗਏ ਜੀ ਤੁਹਾਡੇ ਕੋਲ। ਹੈਲੋ, ਹਾਂਜੀ, ਦੂਜੀ ਟੀਮ ਨਿਜ਼ਾਮ ਵਾਲਾ ਤੇ ਡਗਰੂ, ਉਸ ਤੋਂ ਅਗਲੀ ਲੰਡੇ ਤੇ ਤਲਵੰਡੀ ਭਾਈ ਤੇ ਰੱਜੀ ਵਾਲਾ ਤੇ ਖੋਸਾ ਰਦੀਰ।
मैच शुरू करवा दिता जाए मेरी बेनती है मैच कहते भी पूरा वधिया खेलिया जाना एक पास फतेहगढ़ की टीम जी वजनी कबड्डी के बड़ा नाम है मीता अपने समय का कहते भी प्रसिद्ध रहा मलकीत सिंह मीता जी अपने समय के प्रसिद्ध रहे आप विशेष तौर पर धन्यवाद करते हैं लो सामने खोसे कोटले पिंड के नरताज सिंह की पाई हुई कबड्डी है इन्हें भी कहते वजनी कबड्डी कनेडा बड़ी तकड़ी खेड आर स्पोर्ट के रोटरी स्टेडियम का भी दस रहा कल किसी रैक सेंटर की गल चली मिसी सागर के हर्ष सेंटर के भी टॉप खेड है जोड़ा आ नौजवान पॉइंट अपनी टीम ने जोड़ता हुआ हैलो किसी मोटरसाइकिल की चाबी गुआची है जी जिस वीर की गुआची हुई है चाबी टैक्नीकल स्टेज तो आके जस्से के कोलों लै लवे मोटरसाइकिल की चाबी किसी की गुआची हुई है साडी बेनती है भी टीम कृपा करके समय नूं समा समझण ते अपने आप नूं तैयार करके खेड दे मैदान दे विच लै आउण लो सामने आ नौजवान कहिंदे भी आवण है कोई अंबू आखदा है लो दो नंबर तों कहिंदे तारी ने वध के कोशिश कीती है उखड़े पैर इत्थे रख ना हैंग ना फटकड़ी पॉइंट मिल गया और पॉइंट जिहड़ा कहिंदे भी कल्लां दी टीम दे हिस्से जिस करन सिंह दी पाई हुई कबड्डी खेड दे मैदान दे विच है सामने जगतारन सिंह कहते भी नौजवान कला वाला इस वे कबड्डी पा रहा निधा वाला डगरू ए टीम ग्राउंड के आ जाए निधा वाला डगरू इन टीमों मेरी बेनती है भी टीम जल्दी खेड के मैदान के आ जाए लंडे से तलवंडी भाई रज्जी वाला खोसा रणधीर यह टीम जल्दी खेड के मैदान के आ जाए निधा वाला डगरू लंडे से तलवंडी भाई रज्जी वाला खोसा रणधीर अगले मैच के लिए बेनती है निगाह वाला डगरू दी टीमों भी वो टीम जल्दी खेल के मैदान के आ जाए लो तारी कहते भी कलां की धरती का ला तकड़ा जसा बल्ले बल्ले करवाता हुआ अपनी टीम के लिए लगा हुआ जोर खेड के मैदान के पॉइंट जो कहते भी कलों की टीम के हिस्से है जे गल करिए पंजाब के कबड्डी कप से यही टीम खेलती है पर जरा नाम वखरा हों आजाद कबड्डी क्लब एडमिंटन कल कल सुखा धालीवाल जी अमरीक खाड़े होनी जीवन मान होनी सेंडी होनी बड़ी देर है खोसे कोटले वाला कैलपुर कहते भी सारे भी एडमिंटन के रेंदे है उधर भी क्लब बनी हुई है इंडिया के भी क्लब बनी हुई है लो पॉइंट खोसे कोटले के नरताज सिंह के हिस्से जुड़ता हुआ निधा वाला डगरू ए टीम जल्दी खेड के मैदान के आ जाए निधा वाला डगरू लो सामने कहते भी देव सिंह प्रधान का पुत है जिन्हें हूं गुट फड़िया लो सामने अंबू कलां की धरती का कहते भी बड़ा चीड़ा जाफरी है कलां के कबड्डी कप में फ्रैज जीती सी कहते भी उस नौजवान खिडारी ने अंबू कलां वाला कितने मंगल कलां वाला कितने सोना कितने पीतू मीनिया पिंड है आ कहते भी सरदार साधु सिंह का सपुत्र है हरदासा पिंड है वो सगे भरा कबड्डी खेलते हैं लो सामने सुख की पाई हुई कबड्डी चार जाफी है चार जाफियों में कौन जफा लाओ कौन बल्ले बल्ले करवाऊ अपनी टीम के लिए नाल ही प्रबंधक कमेटी को बड़ी मुबारकबाद है भी टीम पूरी टॉप दियां पुजियां ने विदेशों के भी फोन आ रहे हैं भी सवाद आ रहा एक एक कबड्डी का एक एक मैच का जिन्हें भी वीर विदेशों के बैठे ने क्योंकि अगले मैच निधा वाला डगरू बड़े देखने वाले मैच होने के लिए सोने ने की है कोशिश पॉइंट जिहड़ा फतेहगढ़ पाई तूर की टीम दे उसे लो सामने जिस कारण की पाई हुई कबड्डी छिंदे छिंदे चाल अगले मैच के लिए बेनती है निधा वाला डगरू यह टीम जल्दी खेड के मैदान के आ जाए निधा वाला डगरू दी टीमों मेरी बेनती है भी यह टीम इत्थे रख उंगल खड़ी करती उन्हें हुण ना ही भरावां नहीं भैड़ी करनी गल्लां वाले लो सामने नरताज कबड्डी पा रहा खेड के मैदान के सामने
ਨਰਪੈ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਹੈ। ਦੇਖਾਂਗੇ ਵੀ ਹੁਣ ਕੌਣ ਜਫਾ ਲਾ ਕੇ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ। ਮੁੰਡਾ ਲੱਤ ਨਾਲ ਲੱਗ ਕੇ ਐਵੇਂ ਬਹਿ ਗਿਆ ਜਿਵੇਂ ਥਮਲੇ ਨਾਲ ਬਲੂੰਗੜਾ ਬਹਿੰਦਾ ਹੁੰਦਾ। ਵਾਹ ਸੋਹਣਿਆ ਅਗਲੀ ਕਬੱਡੀ ਫਿਰ ਉਹ ਭਰਾਵਾ ਕੌਡੀ ਪਾਉਣ ਚੱਲਿਆ ਮਗਰ ਵੇਂਦਾ ਹੈ। ਕੋਈ ਗੱਲ ਨੀ ਹੌਸਲੇ ਦੇ ਨਾਲ ਹੀ ਹੌਲੀ ਹੌਲੀ ਖੇਡ ਕੇ ਜਿਹੜੇ ਖਿਡਾਰੀ ਤਕੜੇ ਬਣਦੇ ਲੋ ਸਾਹਮਣੇ। ਹੁਣ ਕਹਿੰਦੇ ਮੰਗਲ ਢਾਲੀ ਆ, ਫਾਦਰ ਸਾਹਿਬ ਕਹਿੰਦੇ ਵੀ ਟਰੱਕ ਯੂਨੀਅਨ ਦੇ ਪ੍ਰਧਾਨ ਹੈ ਤੇ ਮੁੰਡਾ ਕੌਡੀ ਨਾਲ ਇਸ਼ਕ ਕਰ ਬੈਠਾ ਹੈ। ਸਿਰੇ ਦਾ ਜਾਫੀ ਹੈ। ਦੂਈਆਂ ਵਾਲੇ ਦੇ ਕੇਬਲ ਨੇ ਕਹਿੰਦੇ ਚੋਣ ਕੀਤੀ ਆ ਵੀ ਹੇਜ ਵੱਲੋਂ ਖੇਡੀ ਔਰ ਕਹਿੰਦੇ ਵੀ ਰਿਚਮੰਡ ਦੀ ਟੀਮ ਵੱਲੋਂ ਕੱਲਾ ਵਾਲੇ ਸੋਨੇ ਨੇ ਖੇਡਣਾ ਤੇ ਆਜ਼ਾਦ ਵਾਲੇ ਸੁੱਖੇ ਹੋਣੀ ਜੀਵਨ ਹੋਣੀ ਕਹਿੰਦੇ ਵੀ ਅਸੀਂ ਅੰਬੂ ਨੂੰ ਕੈਨੇਡਾ ਲੈ ਜਾਣਾ ਹੈ। ਔਰ ਜੁਲਾਈ ਦੇ ਮਹੀਨੇ ਕਹਿੰਦੇ ਲੱਕ ਦੇ ਨਾਲ ਜਹਾਜ਼ ਦੀ ਸੀਟ ਤੇ ਬੇਲਟਾਂ ਲੱਗਣੀਆਂ ਮੁੰਡਿਆਂ ਦੇ ਔਰ ਪਰਮਾਤਮਾ ਜਿਹੜਾ ਜਲਦੀ ਦਿਨ ਲੈ ਕੇ ਆਵੇ। ਵੱਡੀ ਮੁਬਾਰਕਬਾਦ ਕੱਲਾ ਵਾਲੇ ਸੁੱਖ ਹੋਣਿਆਂ ਨੂੰ ਔਰ ਨਾਲ ਕਹਿੰਦੇ ਵੀ ਉਗਰ ਪਿੰਡ ਦੇ ਕਮਿੱਕਰ ਵਰਗੇ ਔਰ ਨਾਲ ਕਹਿੰਦੇ ਵੀ ਬਾਰੇ ਵਾਲੇ ਸੁਵਰਨੇ ਵਰਗੇ ਟੋਨੇ ਵਰਗਿਆਂ ਦਾ ਵੱਡਾ ਨਾਮ ਹੈ। ਮਾਸਟਰ ਦਵਿੰਦਰ ਸਿੰਘ ਜੀ ਭੇਖੇ ਵਾਲੇ ਆ ਸਾਹਮਣੇ ਕਹਿੰਦੇ ਵੀ ਕੱਲਾ ਵਾਲਾ ਅੰਬੂ ਆ ਮੁੰਡਾ ਕਿ 7-7-91 ਨਹੀਂ ਰੀਸਾ 7-7-91 ਦਾ ਜਿਹੜਾ ਬਰਥ ਹੈ ਮੁੰਡੇ ਦਾ। ਲੋ ਸਾਹਮਣੇ ਨਿਰਭੈ ਕਬੱਡੀ ਪਾ ਰਿਹਾ ਤੁਸੀਂ ਕੋਟਲੇ ਵਾਲਾ ਸਾਹਮਣੇ ਨਿਰਭੈ ਦੀ ਪਾਈ ਹੋਈ ਕਬੱਡੀ ਤੋਂ ਚਾਰ ਜਾਫੀ ਹੈ। ਨਿਧਾ ਵਾਲਾ ਤੇ ਡਗਰੂ ਦੀਆਂ ਟੀਮਾਂ ਨੂੰ ਲਾਸਟ ਕਾਲ ਹੈ ਸਾਡੀ। ਨਿਧਾ ਵਾਲਾ ਤੇ ਡਗਰੂ ਇਹ ਟੀਮਾਂ ਨਿਧਾ ਵਾਲਾ ਤੇ ਡਗਰੂ ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ। ਨਿਧਾ ਵਾਲਾ ਤੇ ਡਗਰੂ ਦੀਆਂ ਟੀਮਾਂ ਆ ਜਾਣ ਕਿਉਂਕਿ ਹਾਸਾ ਫਸਾ ਵੀ ਖਤਮ ਹੋਣ ਵਾਲਾ। ਨਿਧਾ ਵਾਲਾ ਤੇ ਡਗਰੂ ਮੈਚ ਸਮਾਪਤ ਹੈ ਜੀ। ਨਿਧਾ ਵਾਲਾ ਤੇ ਡਗਰੂ ਅਗਲੇ ਮੈਚਾਂ ਲਈ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਗਰਾਊਂਡ ਬਿਲਕੁਲ ਖਾਲੀ ਹੈ, ਕਾਫੀ ਸਮੇਂ ਤੋਂ ਅਸੀਂ ਆਵਾਜ਼ਾਂ ਦੇ ਰਹੇ ਹਾਂ। ਨਿਧਾ ਵਾਲਾ ਤੇ ਡਗਰੂ ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ, ਮੇਰੀ ਬੇਨਤੀ ਹੈ। ਲੰਡੇ ਤੇ ਤਲਵੰਡੀ ਕਾਲਕਲਾਂ ਦੀ ਟੀਮ ਜੇਤੂ ਰਹੀ ਹੈ ਇਸ ਮੈਚ ਦੇ ਵਿੱਚੋਂ। ਨਿਧਾ ਵਾਲਾ ਤੇ ਡਗਰੂ ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ। ਲੰਡੇ ਦੇ ਤਲਵੰਡੀ ਭਾਈ, ਰੱਜੀ ਵਾਲਾ ਦੇ ਖੂਸਾ ਰਣਧੀਰ ਟੀਮ ਨਹੀਂ ਆ ਰਹੀ ਨਿਧਾ ਵਾਲਾ ਤੇ ਡਗਰੂ। ਨਿਧਾ ਵਾਲਾ ਤੇ ਡਗਰੂ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਟੀਮਾਂ ਗਰਾਊਂਡ 'ਚ ਆ ਜਾਣ। ਲੰਡੇ ਤੇ ਤਲਵੰਡੀ ਭਾਈ, ਰੱਜੀ ਵਾਲਾ ਦੇ ਖੂਸਾ ਰਣਧੀਰ ਗਰਾਊਂਡ ਬਿਲਕੁਲ ਖਾਲੀ ਹੈ। ਨਿਧਾ ਵਾਲਾ ਤੇ ਡਗਰੂ ਦੀਆਂ ਟੀਮਾਂ ਆ ਜਾਣ। ਨਿਧਾ ਵਾਲਾ ਤੇ ਡਗਰੂ ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ, ਇਹਨਾਂ ਦਾ ਮੈਚ ਖੇਡਿਆ ਜਾਣਾ ਹੈ। ਗਰਾਊਂਡ ਬਿਲਕੁਲ ਖਾਲੀ ਹੋ ਚੁੱਕੀ ਹੈ। ਨਿਧਾ ਵਾਲਾ ਤੇ ਡਗਰੂ ਇਹਨਾਂ ਟੀਮਾਂ ਦਾ ਮੈਚ ਖੇਡਿਆ ਜਾਣਾ ਹੈ। ਨਿਧਾ ਵਾਲਾ ਤੇ ਡਗਰੂ ਲੰਡੇ ਤੇ ਤਲਵੰਡੀ ਭਾਈ, ਰੱਜੀ ਵਾਲਾ ਦੇ ਖੂਸਾ ਰਣਧੀਰ ਇਹ ਟੀਮਾਂ ਗਰਾਊਂਡ 'ਚ ਆ ਜਾਣ। ਨਾਲ ਹੀ ਬੁੱਟਰ ਵਾਲਾ ਨਿਰਮਲ ਸਾਡਾ ਵੀਰ ਹੈ, ਉਹਨੇ 70 ਕਿਲੋ ਦੀ ਬੈਂਚ ਪ੍ਰੈਸ ਲਾਉਣੀ ਹੈ, ਇਹਦਾ ਵੀ ਤੁਸੀਂ ਮਾਨ ਸਨਮਾਨ ਕਰਿਓ। ਬਾਅਦ ਵਿੱਚ ਦਰਸ਼ਕਾਂ ਦੀ ਕਚਹਿਰੀ ਜਾਵੇਗਾ। ਨਿਧਾ ਵਾਲਾ ਤੇ ਡਗਰੂ ਇਹਨਾਂ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਜਲਦੀ ਗਰਾਊਂਡ 'ਚ ਆ ਜਾਣ। ਨਿਧਾ ਵਾਲਾ ਤੇ ਡਗਰੂ ਜ਼ੋਰ ਨਾਲ ਤਾੜੀ ਮਾਰ ਦਿਓ ਇੱਕ ਵਾਰੀ ਇਹਦੇ ਲਈ, ਕਿਉਂਕਿ ਤਾੜੀ ਇੱਕ ਹੌਸਲਾ ਇਹਦੇ ਲਈ। ਨਿਧਾ ਵਾਲਾ ਤੇ ਡਗਰੂ ਨੂੰ ਕਾਫੀ ਸਮੇਂ ਤੋਂ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ, ਉਹ ਟੀਮਾਂ ਗਰਾਊਂਡ 'ਚ ਨਹੀਂ ਆ ਰਹੀਆਂ। ਨਿਧਾ ਵਾਲਾ ਤੇ ਡਗਰੂ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਨਿਧਾ ਵਾਲਾ ਤੇ ਡਗਰੂ ਦੀਆਂ ਟੀਮਾਂ ਨੂੰ ਵਾਰ ਵਾਰ ਬੇਨਤੀ ਕਰਦੇ ਹਾਂ। ਨਿਰਮਲ ਪੁੱਤਰ ਆਪ ਸਭ ਦੀ ਕਚਹਿਰੀ ਦੇ ਵਿੱਚ ਆ ਰਿਹਾ। ਇਸ ਮੇਰੇ ਵੀਰ ਦਾ ਤੁਸੀਂ ਮਾਨ ਸਨਮਾਨ ਕਰਿਓ, ਕਿਉਂਕਿ ਆਸ ਲੈ ਕੇ ਬੜੀ ਦੂਰ ਤੋਂ ਆਇਆ ਹੈ। ਬੋਟਰ ਪਿੰਡ ਹੈ, ਨਿਰਮਲ ਨਾਮ ਹੈ, ਖੇਡਾਂ ਤੋਂ ਰੋਜੀ ਰੋਟੀ ਚੱਲਦੀ ਹੈ, ਢਿੱਡ ਨਾਲ ਖੇਡਾਂ ਤੋਂ ਤੁਰਦਾ ਹੈ। ਮੇਰੀ ਬੇਨਤੀ ਹੈ ਵੀ ਨਿਧਾ ਵਾਲਾ ਤੇ ਡਗਰੂ ਦੀਆਂ ਟੀਮਾਂ ਨਹੀਂ ਆਈਆਂ। ਨਿਧਾ ਵਾਲਾ ਤੇ ਡਗਰੂ, ਲੰਡੇ ਤੇ ਤਲਵੰਡੀ ਭਾਈ, ਰੱਜੀ ਵਾਲਾ ਤੇ ਖੂਸਾ ਰਣਧੀਰ ਡਗਰੂ ਦੀ ਟੀਮ ਆ ਗਈ ਹੈ। ਨਿਧਾ ਵਾਲੇ ਦੀ ਟੀਮ ਨੂੰ ਮੈਂ ਬੇਨਤੀ ਕਰਦਾ ਵੀ ਉਹ ਟੀਮ ਗਰਾਊਂਡ 'ਚ ਆ ਜਾਵੇ। ਨਿਧਾ ਵਾਲੇ ਦੀ
ਟੀਮ ਨੂੰ ਬੇਨਤੀ ਕਰਦੇ ਹਾਂ ਵੀ ਉਹ ਟੀਮ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ। ਸੁੱਖਾ ਸਾਡਾ ਵੀਰ ਪੁੱਤਰ ਵਾਲਾ ਪੁੱਜ ਗਿਆ, ਨਾਲ ਮਾਝੇ ਦਾ ਮਜਾਲ ਕਹਿੰਦੇ ਵੀ ਤੋਤਾ ਰਾਣੀ ਵਾਲਾ ਪਿੰਡ ਦਾ ਪੁੱਜਾ ਹੋਇਆ, ਰਾਜੂ ਵਰਗੇ ਮਰਤਾਲ ਵੀ ਪੁੱਜ ਗਏ ਆ। ਮੇਰੀ ਬੇਨਤੀ ਆ ਨਿਧਾਂ ਵਾਲੇ ਦੀ ਟੀਮ ਨਹੀਂ ਆ ਰਹੀ, ਨਿਧਾਂ ਵਾਲੇ ਦੀ ਟੀਮ ਜਲਦੀ ਆ ਜਾਵੇ ਖੇਡ ਦੇ ਮੈਦਾਨ ਦੇ ਵਿੱਚ। ਹੈਲੋ ਹੈਲੋ ਕਲੀ ਵਾਲਾ ਵੀਰ, ਮੇਰਾ ਵੀਰ ਕਲੀ ਪਾਵੇ ਵੀ ਜਾ ਕੇ ਨਿਧਾਂ ਵਾਲੇ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਵੇ ਜਲਦੀ। ਨਿਧਾਂ ਵਾਲੇ ਦੀ ਟੀਮ ਨੂੰ ਮੈਂ ਬੇਨਤੀ ਕਰਦਾ ਵੀ ਉਹ ਟੀਮ ਗਰਾਊਂਡ ਚ ਆ ਜਾਵੇ। ਲੰਡੇ ਤੇ ਤਲਵੰਡੀ ਭਾਈ ਲੰਡੇ, ਹੈਲੋ ਹੈਲੋ, ਹਾਂ ਵੀ ਨਿਧਾਂ ਵਾਲੀ ਟੀਮ ਨੂੰ 2 ਮਿੰਟ ਦੇ ਦਿਓ ਜੀ। ਨਿਧਾਂ ਵਾਲੇ ਦੀ ਟੀਮ 2 ਮਿੰਟ ਦੇ ਵਿੱਚ ਵਿੱਚ ਪੁੱਜਣੀ ਚਾਹੀਦੀ ਹੈ। ਨਿਧਾਂ ਵਾਲੇ ਦੀ ਟੀਮ ਜੀਤ ਵਰਗੇ ਪੁੱਜ ਗਏ ਨੇ, ਜਿਹੜੀ ਟੀਮ ਪੁੱਜ ਗਈ ਹੈ ਨਿਧਾਂ ਵਾਲੇ ਦੀ, ਡਗਰੂ ਨਾਲ ਹੁਣ ਕਹਿੰਦੇ ਪੂਰਾ ਵਧੀਆ ਮੈਚ ਖੇਡਿਆ ਜਾ ਰਿਹਾ ਹੈ। ਸੜਕ ਦੇ ਕਹਿੰਦੇ ਵੀ ਇੱਕ ਪਿੰਡ ਉਸ ਪਾਸੇ ਆ ਤੇ ਇੱਕ ਪਿੰਡ ਉਸ ਪਾਸੇ ਆ, ਇੱਕ ਪਾਸੇ ਡਗਰੂ ਆ ਤੇ ਦੂਜੇ ਪਾਸੇ ਜਿਹੜਾ ਨਿਧਾਂ ਵਾਲਾ ਪਿੰਡ ਆ। ਮੈਚ ਹੁਣ ਪੂਰਾ ਕਹਿੰਦੇ ਵਧੀਆ ਖੇਡਿਆ ਜਾ ਰਿਹਾ ਹੈ। ਨਿਧਾਂ ਵਾਲਾ ਦੇ ਡਗਰੂ ਲੰਡੇ ਤੇ ਤਲਵੰਡੀ ਭਾਈ ਵੀ ਆ ਜਾਣ ਵੇਟਿੰਗ ਬਾਕਸ ਦੇ ਵਿੱਚ। ਲੰਡੇ ਤੇ ਤਲਵੰਡੀ ਭਾਈ ਇਹ ਵੀ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਅਗਲੇ ਮੈਚਾਂ ਦੇ ਲਈ। ਮੈਚ ਕਹਿੰਦੇ ਵੀ ਪੂਰਾ ਟੌਪ ਦਾ ਖੇਡਿਆ ਜਾਣਾ, ਖੇਡ ਦੇ ਮੈਦਾਨ ਦੇ ਵਿੱਚ ਆਪਾਂ ਸਭ ਦੇਖਾਂਗੇ। ਨਿਧਾਂ ਵਾਲਾ ਦੇ ਡਗਰੂ ਜੇਕਰ ਟੀਮਾਂ ਆ ਗਈਆਂ ਨੇ, ਕੁਲਦੀਪ ਸਿੰਘ ਜੀ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ, ਮੇਰੀ ਬੇਨਤੀ ਹੈ। ਜੇਕਰ ਟੀਮਾਂ ਆ ਗਈਆਂ ਨੇ, ਮੁਖਤਿਆਰ ਸਿੰਘ ਜੀ ਸਾਡੇ ਡਾਕਟਰ ਸਾਹਿਬ ਬੜੀ ਸਤਿਕਾਰਯੋਗ ਸ਼ਖਸੀਅਤ ਹੈ। ਨਿਧਾਂ ਵਾਲੇ ਦਾ ਬਿਆਨ ਤੇ ਪੁਰਾਣੇ ਵਾਲੇ ਪਿੰਡ ਦਾ ਨਿੱਕਾ ਪੁੱਜ ਗਿਆ, ਆਪਾਂ ਧੰਨਵਾਦ ਕਰਦੇ ਹਾਂ। ਬੰਬ ਕਹਿੰਦੇ ਕੈਨੇਡਾ ਬਹੁਤ ਤਕੜਾ ਖੇਡਿਆ, ਨਾਲ ਨਿੱਕਾ ਲੰਡੇ ਕੇ ਪਿੰਡ ਵਾਲਾ ਪੁੱਜਾ ਹੋਇਆ ਮੇਰਾ ਵੀਰ, ਨਾਲ ਪ੍ਰਦੀਪ ਨਿਧਾਂ ਵਾਲੇ ਦਾ ਪੁੱਜ ਗਿਆ। ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਹੋਈਆਂ ਨੇ। ਮੈਚ ਕਹਿੰਦੇ ਵੀ ਪੂਰਾ ਵਧੀਆ ਖੇਡਿਆ ਜਾਣਾ, ਲੰਡੇ ਤੇ ਤਲਵੰਡੀ ਭਾਈ ਇਹ ਵੀ ਟੀਮ ਅਗਲੇ ਮੈਚਾਂ ਲਈ ਗਰਾਊਂਡ ਚ ਆ ਜਾਣ। ਲੰਡੇ ਤੇ ਤਲਵੰਡੀ ਭਾਈ ਅੱਜ ਕਹਿੰਦੇ ਵੀ ਡਗਰੂ ਵਾਲੇ ਸਰਪੰਚਾਂ ਦੇ ਪੁੱਤ ਜੱਸੇ ਦਾ ਮਾਨ ਸਨਮਾਨ ਕੀਤਾ ਜਾਣਾ ਇਸ ਧਰਤੀ ਤੇ। ਨਾਲ ਸਾਡੇ ਵੀ ਰਮਣੇ ਹੋਣੀ ਬਲਦੇਵ ਲੱਲੇ ਜੀ ਲਾਲਾ ਤਲਵੰਡੀ ਵਾਲਾ ਕਹਿੰਦੇ ਸਿਰੇ ਦਾ ਪਲੇਅਰ ਰਿਹਾ ਆਪਣੇ ਸਮੇਂ ਦੇ ਵਿੱਚ। ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਨਿਧਾਂ ਵਾਲਾ ਤੇ ਡਗਰੂ, ਇਹਨਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਮੈਚ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਸ਼ੁਰੂ ਕਰਵਾ ਦਿੱਤਾ ਜਾਵੇ। ਕੁਲਦੀਪ ਸਿੰਘ ਜੀ ਵਿਸਲ ਮਾਰੀਏ ਆਪਾਂ ਤੇ ਮੈਚ ਸ਼ੁਰੂ ਕਰਵਾ ਦਈਏ। ਪ੍ਰਬੰਧਕ ਵੀਰ ਕਹਿੰਦੇ ਵੀ ਜਿਹੜਾ ਪਹਿਲਾਂ ਗਰਾਊਂਡ ਚ ਆਵੇਗਾ ਉਹਦੀ ਪਹਿਲੀ ਕਬੱਡੀ ਹੋਣੀ ਹੈ, ਜਿਹੜਾ ਗਰਾਊਂਡ ਚ ਪਹਿਲਾਂ ਆਵੇਗਾ। ਪ੍ਰਬੰਧਕ ਵੀਰ ਕਹਿੰਦੇ ਉਹਦੀ ਪਹਿਲੀ ਕਬੱਡੀ ਹੋਣੀ ਹੈ, ਇਹ ਟੀਮਾਂ ਧਿਆਨ ਦੇਣ ਤੇ ਜਿਹੜਾ ਤੀਰ ਨਿਸ਼ਾਨੇ ਖੁਦ ਜੇ ਉਹ ਕਾਹਦਾ ਹਥਿਆਰ, ਉਹਦੀ ਜਿੱਤ ਹਮੇਸ਼ਾ ਦੋਸਤ, ਜਿਹੜਾ ਪਹਿਲਾਂ ਕਰ ਗਿਆ ਵਾਰ, ਜਿਹੜਾ ਪਹਿਲਾਂ ਆਵੇਗਾ ਉਹਦੀ ਪਹਿਲੀ ਕਬੱਡੀ ਹੋਣੀ ਹੈ, ਟੀਮਾਂ ਧਿਆਨ ਦੇਣ। ਪੂਰੀ ਟੀਮ ਆਈ ਤੇ ਫਿਰ ਕਬੱਡੀ ਮਿਲਦੀ ਹੈ, ਪੂਰੀ ਟੀਮ ਆਈ ਤੇ ਫਿਰ ਕਬੱਡੀ ਦਿੱਤੀ ਜਾਣੀ ਹੈ। ਇਹ ਨਹੀਂ ਹੈਗਾ ਵੀ ਇੱਕ ਪਲੇਅਰ ਆ ਗਿਆ ਤੇ ਕਬੱਡੀ ਮਿਲ ਜਾਣੀ ਹੈ, ਮੇਰੀ ਬੇਨਤੀ ਹੈ ਜੇ ਸਾਰੀ ਟੀਮ ਆਊਗੀ ਤੇ ਪਹਿਲੀ ਕਬੱਡੀ ਮਿਲਣੀ ਹੈ। ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਕਿਰਪਾ ਕਰਕੇ। ਨਿਧਾਂ ਵਾਲਾ ਤੇ ਡਗਰੂ ਇਹਨਾਂ ਦਾ ਮੈਚ ਖੇਡ ਦੇ ਮੈਦਾਨ ਦੇ ਵਿੱਚ ਸ਼ੁਰੂ ਕਰਵਾ ਦਿੱਤਾ ਜਾਵੇ। ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਸਾਡੀ ਬੇਨਤੀ ਹੈ। ਨਿਧਾਂ ਵਾਲਾ ਦੇ ਡਗਰੂ ਇਹਨਾਂ ਦਾ ਮੈਚ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਬੇਨਤੀ ਹੈ। ਨਿਧਾਂ ਵਾਲਾ ਦੇ ਡਗਰੂ, ਡਗਰੂ ਦੀ ਟੀਮ ਗੁਰੂ ਘਰ ਵਾਲੇ ਪਾਸੇ ਹੈ, ਨਿਧਾਂ ਵਾਲੇ ਦੀ ਟੀਮ ਕਹਿੰਦੇ ਵੀ ਖੇਤਾਂ ਵਾਲੇ ਪਾਸੇ ਆ। ਮੈਚ ਇਹ ਵੀ ਪੂਰਾ ਟੌਪ ਦਾ ਖੇਡਿਆ ਜਾਣਾ ਖੇਡ ਦੇ ਮੈਦਾਨ ਦੇ ਵਿੱਚ, ਕਿ ਆ ਗਏ ਨੇ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ, ਮਿਹਨਤਾਂ ਦੇ ਨਾਲ ਕਿਵੇਂ ਬਾਡੀਆਂ ਸ਼ਿਕਾਰੀਆਂ, ਲੱਗੂਗਾ ਮੈਦਾਨ ਵਿੱਚ ਜੋਰ ਚੋਟੀ ਅੱਡੀ ਦਾ, ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ, ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ। ਡਗਰੂ ਤੇ ਨਿਧਾਂ ਵਾਲਾ ਆਉਂਦੇ 1 ਗੜ ਦਾ ਹੀ ਤਾਂ ਪਤਾ ਲੱਗ ਗਿਆ ਇਹ ਤਾਂ ਪਹਿਲੇ ਚ ਖੇਡਦੇ ਹੋ।
ਜਿਹੜੀ ਹੈ ਡਗਰੂ ਤੇ ਨਿਗਾ ਵਾਲਾ ਇਹਨਾਂ ਦਾ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਕਿਰਪਾ ਕਰਕੇ ਡਗਰੂ ਤੇ ਨਿਗਾ ਵਾਲਾ ਅਗਲੇ ਮੈਚ ਦੇ ਲਈ ਲੰਡੇ ਤੇ ਤਲਵੰਡੀ ਭਾਈ ਇਹ ਵੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਲੰਡੇ ਵਰਸਿਜ ਤਲਵੰਡੀ ਭਾਈ ਇਹ ਵੀ ਟੀਮਾਂ ਅਗਲੇ ਮੈਚਾਂ ਲਈ ਗਰਾਊਂਡ 'ਚ ਆ ਜਾਣ ਨਾਲ ਸਾਡੇ ਸਤਿਕਾਰਯੋਗ ਸਰਦਾਰ ਸੂਬਾ ਸਿੰਘ ਜੀ ਗਿੱਲ ਕੈਲਗਰੀ ਵਿਸ਼ੇਸ਼ ਤੌਰ ਤੇ ਧੰਨਵਾਦ ਉਹਨਾਂ ਦਾ ਬੜੀ ਸਤਿਕਾਰਯੋਗ ਸ਼ਖਸੀਅਤ ਹੈ ਇੱਥੇ ਪੁੱਜਣ ਤੇ ਆਪਾਂ ਧੰਨਵਾਦ ਕਰਦੇ ਹਾਂ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਡਗਰੂ ਵਰਸਿਜ ਨਿਧਾਂ ਵਾਲਾ ਇਹਨਾਂ ਦਾ ਮੈਚ ਜਲਦੀ ਸ਼ੁਰੂ ਕਰਵਾ ਦਿਓ ਕਿਰਪਾ ਕਰਕੇ ਤਲਵੰਡੀ ਹੈਲੋ ਹੈਲੋ ਬਾਈ ਮੈਚ ਸਟਾਰਟ ਕਰੋ ਵੀਰ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਟਾਸ ਕਰ ਲਓ ਵੀਰ ਟਾਸ ਕਰ ਲਓ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਮੇਰੀ ਬੇਨਤੀ ਹੈ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਹੈਲੋ ਪਵੀ ਸਾਢੇ 14:15 ਕਰ ਦੇ ਨਾਲ ਹੀ ਸਾਡਾ ਵੀਰ ਨਿਰਮਲ ਰੋਟਰ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਚੱਕਰ ਲਾ ਰਿਹਾ ਤੁਸੀਂ ਉਹਦਾ ਵੀ ਜਿਹੜਾ ਮਾਨ ਸਨਮਾਨ ਕਰਿਓ ਮੈਚ ਸ਼ੁਰੂ ਕਰਵਾ ਦਈਏ ਸਾਡੀ ਬੇਨਤੀ ਹੈ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਖੇਡ ਦੇ ਮੈਦਾਨ ਦੇ ਵਿੱਚ ਸਾਡੀ ਬੇਨਤੀ ਹੈ ਵੀ ਜਿਹੜਾ ਮੈਚ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇ ਡਗਰੂ ਤੇ ਨਿਧਾਂ ਵਾਲੇ ਦਾ ਮੈਚ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਸ਼ੁਰੂ ਕਰਵਾ ਦਿੱਤਾ ਜਾਵੇ ਪੰਜਾਬ ਦੇ ਕਬੱਡੀ ਕੱਪਾਂ ਦੇ ਆਹ ਖਿਡਾਰੀ ਕਹਿੰਦੇ ਵੀ ਸਾਧੂ ਸਿੰਘ ਬਰਾੜ ਦੀ ਟੀਮ ਲਈ ਖੇਡਦਾ ਪੱਪੂ ਹੀਰਾ ਸਿੰਘ ਦੀ ਟੀਮ ਲਈ ਖੇਡਣ ਵਾਲਾ ਖਿਡਾਰੀ ਸੁੱਖਾ ਬੋਟਰ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਸੁੱਖਾ ਬੋਟਰ ਦੀ ਧਰਤੀ ਦਾ ਪੁਆਇੰਟ ਕਹਿੰਦੇ ਵੀ ਡਗਰੂ ਦੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਡਗਰੂ ਦੀ ਟੀਮ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਸੁੱਖਾ ਬੋਟਰ ਵਾਲਾ ਅਗਲੀ ਕਬੱਡੀ ਕਹਿੰਦੇ ਵੀ ਨਿਧਾਂ ਵਾਲੇ ਪਿੰਡ ਦਾ ਬਿਆਨ ਸਿੰਘ ਪਹਿਲੀ ਵਾਰੀ ਕਹਿੰਦੇ ਵੀ ਫਰੇਜ਼ਰ ਵੈਲੀ ਵੱਲੋਂ ਖੇਡਿਆ ਸੀ ਫਿਰ ਮਾਰਟਨ ਵੈਲੀ ਵੱਲੋਂ ਜੁਗਰਾਜ ਬਰਾੜ ਮਾਲੇ ਵਾਲਿਆਂ ਦੀ ਟੀਮ ਲਈ ਖੇਡਿਆ ਨੌਜਵਾਨ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ 2 ਸਾਲ ਕੈਨੇਡਾ ਖੇਡਿਆ ਬਿਆਨ ਸਿੰਘ ਨਿਧਾਂ ਵਾਲੇ ਪਿੰਡ ਦਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਹੁਣ ਚਾਰ ਜਾਫੀ ਇੱਕ ਪਾਸੇ ਕਹਿੰਦੇ ਵੀ ਨੌਜਵਾਨ ਅਮਨਦੀਪ ਸਿੰਘ ਹੈ 2 ਨੰਬਰ ਤੇ ਨਾਲ ਕਹਿੰਦੇ ਮਰਭਾਏ ਆ ਨਾਲ ਕਹਿੰਦੇ ਵੀ ਨੌਜਵਾਨ ਰਾਣੀ ਮਲਾ ਪਿੰਡ ਦਾ ਗੁਰਸੋਖ ਸਿੰਘ ਤੋਤਾ ਲਓ ਸਾਹਮਣੇ ਆਮਣਾ ਕਹਿੰਦੇ ਵੀ ਡਗਰੂ ਦੀ ਧਰਤੀ ਦਾ ਨੌਜਵਾਨ ਸਾਹਮਣੇ ਖੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਗੁਆਂਢੀ ਪਿੰਡ ਹੈ ਲਓ ਸਾਹਮਣੇ ਦੇਖਦੇ ਵੀ ਵੱਜੀ ਤਾਲ ਉੱਖੜੇ ਪੈਰ ਲਓ ਪੁਆਇੰਟ ਨਿਧਾਂ ਵਾਲੇ ਦੇ ਬਿਆਨ ਸਿੰਘ ਦੇ ਬੇਨਤੀ ਕਰਦਾ ਵੀ ਕਿਰਪਾ ਕਰਕੇ ਲੰਡੇ ਤੇ ਤਲਵੰਡੀ ਦੀਆਂ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਲੰਡੇ ਤੇ ਤਲਵੰਡੀ ਭਾਈ ਦੀਆਂ ਟੀਮਾਂ ਜਲਦੀ ਆ ਜਾਣ ਨੇਤਾ ਲੰਡ ਕੇ ਪਿੰਡ ਵਾਲਾ ਕਹਿੰਦੇ ਵੀ ਕਰਦਾ ਕੋਸ਼ਿਸ਼ ਲਓ ਪੁਆਇੰਟ ਸਾਹਮਣੇ ਦੇਖਦੇ ਆ ਵੀ ਜਾਫੀਆਂ ਦਾ ਇਹ ਪੁਆਇੰਟ ਕਹਿੰਦੇ ਵੀ ਨਿਧਾਂ ਵਾਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲੰਡੇ ਤੇ ਤਲਵੰਡੀ ਭਾਈ ਨੂੰ ਅਗਲੇ ਮੈਚਾਂ ਲਈ ਮੇਰੀ ਬੇਨਤੀ ਹੈ ਵੀ ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਲੰਡੇ ਤੇ ਤਲਵੰਡੀ ਭਾਈ ਲਓ ਸਾਹਮਣੇ ਕਹਿੰਦੇ ਵੀ ਸੁੱਖੇ ਭੰਡਾਲ ਦਾ ਨਾਂ ਸੁਣ ਕੇ ਦੁਨੀਆ ਜਾਂਦੀ ਕੰਬ ਗਈ ਹੁਣ ਕਹਿੰਦੇ ਕੈਨੇਡਾ ਖੇਡਿਆ ਰੌਲੀ ਵਾਲਾ ਬੰਬ ਗਈ ਕੈਨੇਡਾ ਖੇਡਿਆ ਰੌਲੀ ਵਾਲਾ ਬੰਬ ਗਈ ਨਾਲ ਲਾਈਨ ਤੇ ਲੱਗ ਜਾਂਦੇ ਲਾਈਨ ਛੱਡ ਦਿੱਤੀ ਜਾਵੇ ਪਲੇਅਰਾਂ ਨੂੰ ਮੇਰੀ ਬੇਨਤੀ ਹੈ ਵੀ ਜਿਹੜੇ ਰੈਫਰੀ ਵੀਰ ਦੋਨੇ ਲਾਈਨਾਂ ਤੇ ਲੱਗ ਜਾਣ ਮੇਰੀ ਬੇਨਤੀ ਹੈ ਰੈਫਰੀ ਵੀਰ ਲਾਈਨਾਂ ਤੇ ਲੱਗ ਜਾਣ ਮੇਰੀ ਹੱਥ ਬੰਨ ਕੇ ਬੇਨਤੀ ਹੈ ਰੈਫਰੀ ਵੀਰ ਲਾਈਨਾਂ ਤੇ ਲੱਗ ਜਾਣ ਲਓ ਸਾਹਮਣੇ ਸੁੱਖਾ ਬੋਟਰ ਵਾਲਾ ਕਹਿੰਦੇ ਵੀ ਕਬੱਡੀ ਪਾ ਰਿਹਾ 2 ਨੰਬਰ ਤੋਂ ਲੰਡੇ ਕੈਂਪ ਵਾਲੇ ਨੇ ਫਿਰ ਖੁੱਚ ਪੱਟੀ ਦੇ ਬਾਹਰ ਕੱਢੀ ਹੈ ਲਓ ਸਾਹਮਣੇ ਪੁਆਇੰਟ ਕਹਿੰਦੇ ਵੀ ਨਿਧਾਂ ਵਾਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲਓ ਅਗਲੀ ਕਬੱਡੀ ਆਪਾਂ ਦੇਖਾਂਗੇ ਵੀ ਹਰਪ੍ਰੀਤ ਸਿੰਘ ਬੰਬ ਰੌਲੀ ਦੀ ਧਰਤੀ ਦਾ ਮੁੰਡਾ ਕਬੱਡੀ ਪਾ ਰਿਹਾ ਨਾਲ ਵੱਡਾ ਧੰਨਵਾਦ ਕਰਦੇ ਡਾਕਟਰ ਮੁਖਤਿਆਰ ਸਿੰਘ ਜੀ ਸਲੀਨਾ ਵੱਡੇ ਮਾਣ ਸਨਮਾਨ ਭੇਜ ਗਏ ਨੇ ਪੰਜਾਬੀ ਬੋਲਣ ਤੋਂ ਖੁਸ਼ ਹੋ ਗਏ
ਆਪਾਂ ਧੰਨਵਾਦ ਕਰਦੇ ਹਾਂ ਡਾਕਟਰ ਮੁਖਤਿਆਰ ਸਿੰਘ ਜੀ ਸਲੀਣਾ। ਮੈਂ ਸਾਹਮਣੇ ਦੇਖਾਂਗੇ ਵੀ ਨੌਜਵਾਨ ਨੇ ਕੀਤੀ ਹੋਈ ਕੋਸ਼ਿਸ਼ ਵੱਧ ਕੇ ਇੱਕ ਪਾਸੇ ਡਗਰੂ ਵਾਲਾ ਤੇ ਦੂਜੇ ਪਾਸੇ ਕਹਿੰਦੇ ਵੀ ਬਾਂਬਾ ਰੌਲੀ ਦੀ ਧਰਤੀ ਦਾ ਵਾਕਈ ਕਹਿੰਦੇ ਵੀ ਜੀ ਇਹਨੂੰ ਫੜਨਾ ਜਾਂ ਦੇ ਪਾਸਿਆਂ ਦੇ ਕੁੰਡੇ ਲਵਾ ਲਓ ਤੇ ਜਾਂ ਇਹਨੂੰ ਦੋ ਪੈ ਜਾਓ। ਲਓ ਸਾਹਮਣੇ ਕਹਿੰਦੇ ਭਾਰੀ ਸਰੀਰ ਹੈ ਰੌਲੀ ਵਾਲੇ ਹਰਪ੍ਰੀਤ ਸਿੰਘ ਬੰਬ ਦਾ। ਲਓ ਸਾਹਮਣੇ ਡਗਰੂ ਦੀ ਧਰਤੀ ਦਾ ਮੁੰਡਾ ਅਗਲੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਲਓ ਕਹਿੰਦੇ ਵੀ ਜੱਦੀ ਪਿੰਡ ਦਾ ਨਹੀਂ ਰੀਸਾ ਪੁਰਾਣੇ ਵਾਲੇ ਪਿੰਡ ਦਾ ਕਹਿੰਦੇ ਵੀ ਨਿੱਕਾ ਕਰਦਾ ਕੋਸ਼ਿਸ਼। ਪਰਮ ਗਿੱਲ ਉਹਨਾਂ ਦਾ ਪਿੰਡ ਆ ਕਹਿੰਦੇ ਪੁਰਾਣੇ ਵਾਲਾ ਕੈਨੇਡਾ ਦੇ ਵਿੱਚ ਕਹਿੰਦੇ ਐਮਪੀ ਆ ਪੁਰਾਣੇ ਵਾਲੇ ਪਿੰਡ ਦੇ ਪਰਮ ਗਿੱਲ ਜੀ ਉਹਨਾਂ ਦਾ ਪਿੰਡੂ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਡਗਰੂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲਓ ਸਾਹਮਣੇ ਹੁਣ ਦੇਖਾਂਗੇ ਵੀ ਨੌਜਵਾਨ ਬੇਅੰਤ ਸਿੰਘ ਨਿਧਾ ਵਾਲੇ ਪਿੰਡ ਦਾ ਕਬੱਡੀ ਪਾ ਰਿਹਾ। ਨਿਧਾ ਵਾਲੀ ਹੈ ਬੇਅੰਤ ਦੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ। ਕਹਿੰਦੇ ਵੀ ਨਸ਼ਿਆਂ ਤੋਂ ਜਿਹੜਾ ਬਿਲਕੁਲ ਰਹਿਤ ਸਰੀਰ ਇਸ ਨੌਜਵਾਨ ਦਾ ਕਹਿੰਦੇ ਸੌ ਖਾਧੀ ਜਾ ਸਕਦੀ ਹੈ। ਲਓ ਸਾਹਮਣੇ ਨਿਧਾ ਵਾਲੇ ਪਿੰਡ ਦਾ ਬੇਅੰਤ ਸਿੰਘ ਕਬੱਡੀ ਪਾ ਰਿਹਾ। ਇੱਕ ਪਾਸੇ ਕਹਿੰਦੇ ਵੀ ਆ ਰਾਣੀ ਵਲਾਹ ਵਾਲਾ ਤੋਤਾ ਮੱਝ ਦਾ ਮਜਹਿਲ ਜ਼ਿਲ੍ਹਾ ਤਰਨ ਤਾਰਨ ਤਹਿਸੀਲ ਪੱਟੀ ਹੈ ਜਿਹਨੂੰ ਹੁਣ ਟੱਚ ਲੱਗਾ ਸੀ ਸੁੱਖਾ ਬੋਟਰ। ਕਹਿੰਦੇ ਵੀ ਅਗਲੀ ਕਬੱਡੀ ਪਾਉਂਦਾ ਹੋਇਆ ਸਾਹਮਣੇ ਸੁੱਖਾ ਬੋਟਰ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਦੋ ਨੰਬਰ ਤੇ ਕਹਿੰਦੇ ਲਓ ਸਾਹਮਣੇ ਕਹਿੰਦੇ ਵੀ ਨਿੱਕਾ ਪੁਰਾਣੇ ਵਾਲੇ ਪਿੰਡ ਦਾ ਖੇਡ ਦੇ ਮੈਦਾਨਾਂ ਵਿੱਚ ਚੱਲਿਆ ਮੁੰਡੇ ਦੇ ਨਾਮ ਦਾ ਸਿੱਕਾ ਸਿਰੇ ਦਾ ਜਾਫੀ ਆ ਪੁਰਾਣੇ ਵਾਲੇ ਪਿੰਡ ਦਾ ਨਿੱਕਾ ਹੁਣ ਸਿਰੇ ਦਾ ਜਾਫੀ ਹੈ ਪੁਰਾਣੇ ਵਾਲੇ ਪਿੰਡ ਦਾ ਨਿੱਕਾ। ਐਂਡ ਕਹਿੰਦੇ ਵੀ ਧੱਕੇ ਮਾਰ ਕੇ ਬਾਹਰ ਕੱਢਿਆ ਜਿਵੇਂ ਜੱਟ ਮੱਕੀ ਚੋਂ ਝੋਟਾ ਕੱਢਦਾ ਹੁੰਦਾ ਤੇ ਪੁਆਇੰਟ ਕਹਿੰਦੇ ਵੀ ਨਿਧਾ ਵਾਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਹਰਪ੍ਰੀਤ ਸਿੰਘ ਬੰਬ ਕਹਿੰਦੇ ਵੀ ਰੌਲੀ ਵਾਲਾ ਕਬੱਡੀ ਪਾ ਰਿਹਾ। ਸਾਹਮਣੇ ਰੌਲੀ ਵਾਲੇ ਬੰਬ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ। ਦੋ ਨੰਬਰ ਤੇ ਕਹਿੰਦੇ ਵੀ ਮੁੰਡਾ ਰਾਜੂ ਹੈ ਨਾਲ ਕਹਿੰਦੇ ਮੇਰੂ ਭੈ ਹੈ। ਇੱਕ ਪਾਸੇ ਕਹਿੰਦੇ ਵੀ ਆਵਣਾ ਡਗਰੂ ਵਾਲਾ। ਲਓ ਸਾਹਮਣੇ ਆਹ ਕਹਿੰਦੇ ਵੀ ਆਵਣਾ ਡਗਰੂ ਦੀ ਧਰਤੀ ਦਾ। ਲਓ ਸਾਹਮਣੇ ਦੇਖਾਂਗੇ ਵੀ ਹਰਪ੍ਰੀਤ ਸਿੰਘ ਬੰਬ ਰੌਲੀ ਦੀ ਧਰਤੀ ਦਾ। ਲਓ ਸਾਹਮਣੇ ਕਹਿੰਦੇ ਵੀ ਮੁੰਡਾ ਧੱਕੀ ਫਿਰਦਾ ਸੁਸਾਇਟੀ ਵਾਲੀਆਂ ਪਵੀਆਂ ਵਾਂਗੂ ਤੇ ਪੁਆਇੰਟ ਕਹਿੰਦੇ ਵੀ ਬੰਬ ਆਪਣੀ ਟੀਮ ਲਈ ਜੁੜ ਗਿਆ। ਲਓ ਸਾਹਮਣੇ ਪੁਆਇੰਟ ਜਿਹੜਾ ਕਹਿੰਦੇ ਵੀ ਨਿਧਾ ਵਾਲੇ ਦੀ ਟੀਮ ਦੇ ਹਿੱਸੇ ਹੈ। ਲਓ ਸਾਹਮਣੇ ਡਗਰੂ ਦੀ ਤਰਫੋਂ ਡਗਰੂ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਹੁਣ ਚਾਰ ਜਾਫੀ ਕਹਿੰਦੇ ਸਰਕਾਰੀ ਸਕੂਲ ਦੀਆਂ ਥੰਮਾਂ ਵਰਗੀ ਹੈ ਤੇ ਕੌਣ ਕਹਿੰਦੇ ਵੱਧ ਕੇ ਜਾਫਾ ਲਾਊ ਕੌਣ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ। ਇੱਕ ਪਾਸੇ ਕਹਿੰਦੇ ਵੀ ਮੁੰਡਾ ਪੁਰਾਣੇ ਵਾਲੇ ਪਿੰਡ ਦਾ ਹੁਣ ਡਬਲ ਟੱਚ ਸਿੱਧਵਾਂ ਵਾਲੇ ਗੁਲਜ਼ਾਰ ਦੇ ਕਹਿੰਦੇ ਮਾਮੇ ਦਾ ਪੁੱਤ ਹੈ ਬਿੱਲਾ ਗਾਲਵ ਵਾਲਾ ਇਸ਼ਾਰਾ ਕਰਦਾ ਵੀ ਪੁਆਇੰਟ ਜਿਹੜਾ ਰੇਡਰ ਦਾ ਹੈ ਪੁਆਇੰਟ ਡਗਰੂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲਓ ਅਗਲੀ ਕਬੱਡੀ ਬੇਅੰਤ ਨਿਧਾ ਵਾਲੇ ਦੀ ਧਰਤੀ ਦਾ ਨਿਧਾ ਵਾਲੇ ਪਿੰਡ ਦਾ ਬੇਅੰਤ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਲੰਡੇ ਤੇ ਤਲਵੰਡੀ ਭਾਈ ਦੀ ਅਗਲੀ ਤਾਂ ਖੜਕਣੀ ਹੈ ਉਹ ਟੀਮਾਂ ਤਿਆਰ ਕਰ ਲੈਣ ਆਪਣੇ ਆਪ ਨੂੰ। ਲੰਡੇ ਤੇ ਤਲਵੰਡੀ ਭਾਈ ਰੱਜੀਵਾਲਾ ਤੇ ਖੁਸਾ ਰਣਧੀਰ ਦੇ ਸਿੰਘ ਫਸ ਗਏ ਹੈ ਉਹ ਵੀ ਟੀਮਾਂ ਤਿਆਰ ਰਹਿਣ ਮੇਰੀ ਬੇਨਤੀ ਹੈ। ਲੰਡੇ ਤੇ ਤਲਵੰਡੀ ਭਾਈ ਨਿਧਾ ਵਾਲੇ ਪਿੰਡ ਦਾ ਬੇਅੰਤ ਤੇ ਦੂਜੇ ਪਾਸੇ ਨਹੀਂ ਰੀਸਾ ਵਾਹ ਸੋਹਣੀ ਹੈ। ਹੁਣ ਕੁਲਦੀਪ ਸਿੰਘ ਹੈਲੋ ਹੈਲੋ ਵੀਰੇ ਬੋਲਣਾ ਨੀ ਰੌਲਾ ਨੀ ਪਾਉਣਾ ਪਿਆਰ ਨਾਲ ਤੁਸੀਂ ਫੈਸਲਾ ਲੈ ਲਓ ਮੇਰੀ ਬੇਨਤੀ ਹੈ ਆਪਾਂ ਰੌਲਾ ਨੀ ਪਾਉਣਾ ਪਿਆਰ ਨਾਲ ਜਿਹੜਾ ਫੈਸਲਾ ਲੈ ਲਓ ਕਿਰਪਾ ਕਰਕੇ। ਰੌਲਾ ਨਹੀਂ ਪਾਉਣਾ ਰੌਲਾ ਨਹੀਂ ਪਾਉਣਾ ਆਪਾਂ ਪੁਆਇੰਟ ਦੱਸੋ ਜੀ ਪੁਆਇੰਟ ਕਿਹਦਾ ਇਹ ਜਾਫੀਆਂ ਦਾ ਠੀਕ ਹੈ ਜੀ ਇਹ ਪੁਆਇੰਟ ਡਗਰੂ ਦੀ ਟੀਮ ਦਾ ਹੈ। ਲਓ ਸਾਹਮਣੇ ਦੇਖਦੇ ਵੀ ਸੁੱਖਾ ਬੋਟਰ ਵਾਲਾ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਸੁੱਖਾ ਬੋਟਰ ਦੀ ਧਰਤੀ ਦਾ ਅਗਲੀ ਕਬੱਡੀ ਪਾਉਂਦਾ ਹੋਇਆ ਸਾਹਮਣੇ ਸੁੱਖਾ ਬੋਟਰ ਵਾਲਾ ਕਹਿੰਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਚਾਰ ਜਾਫੀਆਂ ਦੇ ਵਿੱਚ ਹੁਣ ਕੌਣ ਕਹਿੰਦੇ ਵੀ ਜਾਫਾ ਲਾ ਕੇ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ। ਲਓ ਮਾਝੇ ਦਾ ਮਜਾਲ ਕਹਿੰਦੇ ਵੀ ਮਾਝੇ ਵਾਲੇ ਚਪੇੜਾਂ ਬਹੁਤ ਮਾਰਦੇ ਆ। ਲਓ ਸਾਹਮਣੇ ਦੇਖਦੇ ਆ ਵੀ ਇੱਥੇ ਰੱਖ ਐਨ ਕਹਿੰਦੇ ਵੀ ਲਾ ਕੇ ਪਾਸੇ ਮਾਰਿਆ 2012 ਦੇ ਕੈਲੰਡਰ ਤਰ੍ਹਾਂ ਤੇ ਪੁਆਇੰਟ ਜਿਹੜਾ ਕਹਿੰਦੇ ਵੀ ਬੰਬ ਰੌਲੀ ਵਾਲਾ ਆਪਣੀ ਟੀਮ ਲਈ ਜੁੜ ਗਿਆ। ਲਓ ਸਾਹਮਣੇ ਹੁਣ ਦੇਖਾਂਗੇ ਵੀ ਨਿਧਾ ਵਾਲੇ ਪਿੰਡ ਦਾ ਕਹਿੰਦੇ ਵੀ ਜਿਹੜੇ ਚਾਰ ਜਾਫੀ ਆ ਨਿਧਾ ਵਾਲੇ ਦੀ ਧਰਤੀ ਦੇ ਤੇ ਮੁੰਡਾ ਕਹਿੰਦੇ ਵੀ ਡਗਰੂ ਵਾਲਾ ਕਬੱਡੀ ਪਾ ਰਿਹਾ। ਹੁਣ ਚਾਰ ਜਾਫੀ ਇੱਕ ਪਾਸੇ ਕਹਿੰਦੇ ਨਿੱਕਾ ਪੁਰਾਣੇ ਵਾਲੇ ਪਿੰਡ ਦਾ, ਦੋ ਨੰਬਰ ਤੇ ਕਹਿੰਦੇ ਨਿੱਕਾ ਨੌਜਵਾਨ ਲੰਡੇ ਕੇ ਪਿੰਡ ਵਾਲਾ। ਲਓ ਸਾਹਮਣੇ ਕਹਿੰਦੇ ਵੀ ਫਿਰ ਬੜਿੰਗ ਵਾਲ ਪੈ ਗਿਆ ਤੇ ਪੁਰਾਣੇ ਵਾਲੇ ਦਾ
ਜਿਹੜਾ ਕਹਿੰਦੇ ਵੀ ਜਦੋਂ ਫੜ ਕੇ ਰਹਿ ਗਿਆ ਆਹ ਪੁਆਇੰਟ ਕਹਿੰਦੇ ਵੀ ਜਾਫੀਆਂ ਦੇ ਹਿੱਸੇ ਹੈ ਨਿਧਾ ਵਾਲੇ ਦੀ ਟੀਮ ਦੇ ਹਿੱਸੇ ਪੁਆਇੰਟ ਦਾ ਵਾਧਾ ਹੁੰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਬੇਅੰਤ ਕਬੱਡੀ ਪਾ ਰਿਹਾ ਨਿਧਾ ਵਾਲੇ ਦੇ ਬੇਅੰਤ ਦੀ ਪਾਈ ਹੋਈ ਕਬੱਡੀ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਚਾਰ ਜਾਫੀਆਂ ਦੇ ਵਿੱਚੋਂ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ ਇੱਕ ਪਾਸੇ ਕਹਿੰਦੇ ਵੀ ਅਮਨ ਹੈ ਨਾਲ ਕਹਿੰਦੇ ਵੀ ਮੁੰਡਾ ਰਾਜੂ ਹੈ ਦੋ ਨੰਬਰ ਤੇ ਕਹਿੰਦੇ ਵੀ ਰਾਣੀ ਵਲਾਹ ਵਾਲਾ ਤੇ ਨਾਲ ਕਹਿੰਦੇ ਵੀ ਡਗਰੂ ਵਾਲਾ ਨਿਰੁਪਾ ਹੈ ਨੇਰੇ ਨੇ ਮੱਤ ਮਾਰ ਲਈ ਤੇ ਭਾਈ ਜੀ ਤੇ ਮੈਂ ਡਿੱਗ ਪਈ ਸਾਰਾ ਡਗਰੂ ਪੈ ਗਿਆ ਜਿਵੇਂ 7-52 ਬਣਾਉਣੀ ਹੁੰਦੀ ਹੈ ਲਓ ਸਾਹਮਣੇ ਸੁੱਖਾ ਬੁੱਟਰ ਵਾਲਾ ਕਬੱਡੀ ਪਾ ਰਿਹਾ ਕਹਿੰਦੇ ਵੀ ਬੁੱਟਰ ਵਾਲੇ ਸੁੱਖੇ ਦੀ ਪਾਈ ਹੋਈ ਕੌਡੀ ਤੇ ਹੁਣ ਚਾਰ ਜਾਫੀਆ ਤੇ ਕੌਣ ਵੱਧ ਕੇ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ ਕਹਿੰਦੇ ਵੀ ਭਗਤ ਸਿੰਘ ਨਾ ਕੱਢਦਾ ਫਾਂਸੀ ਨਾ ਦੁਨੀਆ ਚੇਤੇ ਕਰਦੀ ਰਾਣੀ ਝਾਂਸੀ ਕੌਣ ਕਹਿੰਦਾ ਜੇ ਵਿੱਚ ਮੈਦਾਨ ਨਾ ਲੜਦੀ ਕੱਚੇ ਘੜੇ ਦੀ ਗੱਲ ਨਾ ਹੁੰਦੀ ਜੇ ਸੋਹਣੀ ਚਨਾ ਨਾ ਕਰਦੀ ਰਾਂਝੇ ਦਾ ਇਤਿਹਾਸ ਨਾ ਹੁੰਦਾ ਜੇ ਹੀਰ ਇਸ਼ਕ ਨਾ ਕਰਦੀ ਗੁਰਦਾਸ ਮਾਨ ਨੇ ਗਾਉਣਾ ਨਹੀਂ ਸੀ ਜੇ ਕਲਮ ਤਾਕਤ ਨਾ ਫੜਦੀ ਹਰਜੀਤ ਬਰਾੜ ਨੇ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹਦੇ ਘਰ ਦੀ ਤੇ ਜੇ ਛਾਤੀ ਵਿੱਚ ਬਲ ਨਾ ਹੋਵੇ ਦੁਨੀਆ ਕਦੇ ਨਾ ਚੇਤੇ ਕਰਦੀ ਜੇ ਛਾਤੀ ਵਿੱਚ ਬਲ ਨਾ ਹੋਵੇ ਦੁਨੀਆ ਕਦੇ ਨਾ ਚੇਤੇ ਕਰਦੀ ਲਓ ਸਾਹਮਣੇ ਕਹਿੰਦੇ ਵੀ ਸਾਡੇ ਜੋਰ ਹੈ ਸਰਦਾਰ ਇੰਦਰਜੀਤ ਸਿੰਘ ਜੀ ਜਿਹੜੇ ਵੱਡੇ ਮਾਨ ਸਨਮਾਨ ਭੇਜ ਗਏ ਆ 100 ਰੁਪਏ ਦੇ ਆਪਾਂ ਧੰਨਵਾਦ ਕਰਦੇ ਹਾਂ ਸਰਦਾਰ ਇੰਦਰਜੀਤ ਸਿੰਘ ਜੀ ਬੜੀ ਸਤਿਕਾਰਯੋਗ ਸ਼ਖਸੀਅਤ ਹੈ 100 ਰੁਪਏ ਦੇ ਜਿਹੜੇ ਵੱਡੇ ਆਦਰ ਸਤਿਕਾਰ ਭੇਜ ਗਏ ਆਪਾਂ ਧੰਨਵਾਦ ਕਰਦੇ ਹਾਂ ਲਓ ਸਾਹਮਣੇ ਕਹਿੰਦੇ ਵੀ ਮਾਝੇ ਦਾ ਮਜਾਲ ਲਓ ਸਾਹਮਣੇ ਇੱਥੇ ਰੱਖ ਨਹੀਂ ਰੀਸਾ ਐਂਡ ਕਹਿੰਦੇ ਵੀ ਚੱਕੇ ਜਾਮ ਕਰ ਦਿੱਤੇ ਵੇ ਤੇ ਪੁਆਇੰਟ ਜਿਹੜਾ ਡਗਰੂ ਦੀ ਟੀਮ ਦੇ ਹਿੱਸੇ ਹੈ ਮਾਝੇ ਵਾਲਾ ਕਹਿੰਦੇ ਵੀ ਮੁੰਡਾ ਉਹੀ ਕਰਵਾ ਗਿਆ ਜਿਹਦਾ ਡਰ ਸੀ ਲਓ ਸਾਹਮਣੇ ਕਹਿੰਦੇ ਵੀ ਤੇਤਾ ਲਾਹ ਤਕੜਾ ਜੱਫਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਹੈਲੋ ਬਾਈ ਦਰੇਡ ਗਲਾਂ ਦਾ ਟੀਮਾਂ ਵੀ ਬਣਾ ਲਓ ਹਾਂਜੀ ਜੱਸੇ ਬਾਈ ਟੀਮਾਂ ਤਲਵੰਡੀ ਦੀ ਟੀਮ ਆ ਗਈ ਆ ਲੰਡਿਆਂ ਦੀ ਟੀਮ ਹੱਥ ਖੜਾ ਕਰੇ ਲੰਡਿਆਂ ਦੀ ਟੀਮ ਨੂੰ ਮੇਰੀ ਬੇਨਤੀ ਹੈ ਤਲਵੰਡੀ ਦੀ ਟੀਮ ਸਾਰੀ ਗਰਾਊਂਡ ਦੇ ਵਿੱਚ ਤੁਰੀ ਫਿਰਦੀ ਹੈ ਲਓ ਸਾਹਮਣੇ ਨਿੱਕਾ ਪੁਰਾਣੇ ਵਾਲੇ ਪਿੰਡ ਦਾ ਕਹਿੰਦੇ ਵੀ ਪਰਮ ਗਿੱਲ ਜੀ ਐਮ ਪੀ ਆ ਕੈਨੇਡਾ ਦੇ ਵਿੱਚ ਜਿਹੜੇ ਪਿੰਡ ਦਾ ਆ ਜਾਫੀ ਜੀ ਨੇ ਹੁਣ ਕੋਸ਼ਿਸ਼ ਕੀਤੀ ਸੀ ਜਿਵੇਂ ਸੂਬਾ ਸਿੰਘ ਜੀ ਆਉਣ ਦਾ ਕਹਿੰਦੇ ਨਾ ਚੱਲਦਾ ਵੱਡੇ ਕਹਿੰਦੇ ਵੀ ਸਫਲ ਬਿਜ਼ਨਸਮੈਨ ਆ ਸੂਬਾ ਸਿੰਘ ਜੀ ਗੱਲ ਕਹਿਲਗਰੀ ਵਾਲੇ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਲਓ ਸਾਹਮਣੇ ਮੁੰਡਾ ਕਹਿੰਦੇ ਵੀ ਇਸ ਵੇਲੇ ਬੇਅੰਤ ਕਬੱਡੀ ਪਾ ਰਿਹਾ ਨਿਧਾ ਵਾਲੇ ਪਿੰਡ ਦਾ ਹੁਣ ਚਾਰ ਜਾਫੀ ਆ ਕਹਿੰਦੇ ਵੀ 8 ਅੱਖਾਂ ਨੇ ਲਓ ਸਾਹਮਣੇ ਨਹੀਂ ਰੀਸਾ ਹਲਕਾ ਜਿਹਾ ਕਹਿੰਦੇ ਵੀ ਝਟਕਾ ਦਿੱਤਾ ਤੇ ਨਿਧਾ ਵਾਲੀ ਆ ਬੇਅੰਤ ਕਹਿੰਦੇ ਵੀ ਮੁੰਡਾ ਹਾਸੇ ਹੱਸਦਾ ਪੁਆਇੰਟ ਆਪਣੀ ਟੀਮ ਲਈ ਜੁੜ ਗਿਆ ਜਿੰਨਾ ਵਧੀਆ ਖਿਡਾਰੀ ਹੈ ਉਹਨਾਂ ਵਧੀਆ ਇਨਸਾਨ ਹੈ ਕਹਿੰਦੇ ਵੀ ਬੇਅੰਤ ਨਿਧਾ ਵਾਲੇ ਪਿੰਡ ਦਾ ਲਓ ਬੁੱਟਰ ਵਾਲਾ ਸੁੱਖਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਬੁੱਟਰ ਵਾਲੇ ਸੁੱਖੇ ਦੀ ਪਾਈ ਹੋਈ ਕਬੱਡੀ ਇੱਥੇ ਰੱਖ ਹੁਣ ਤੌੜ ਵੱਧ ਕੇ ਜੱਫਾ ਲਾਊ ਇਹਦੇ ਸਮੇਂ ਨੇ ਦੱਸਣਾ ਪਰ ਪੁਆਇੰਟ ਜਿਹੜਾ ਕਹਿੰਦੇ ਵੀ ਰੇਡਰ ਦੇ ਹਿੱਸੇ ਹੈ ਸੁੱਖਾ ਬੁੱਟਰ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲਓ ਅਗਲੀ ਕਬੱਡੀ ਦੇਖਾਂਗੇ ਵੀ ਬੇਅੰਤ ਫਿਰ ਨਿਧਾ ਵਾਲੇ ਪਿੰਡ ਦਾ ਬੇਅੰਤ ਕਹਿੰਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਪੱਟਾਂ ਦੇ ਨਾਲ ਪੱਟ ਨੇ ਖਿੰਦੇ ਦੌੜਿਆਂ ਨੂੰ ਯਾਰ ਹੱਥ ਨਹੀਂ ਪਾਉਂਦੇ ਰੱਬ ਨੇ ਦਿੱਤੀ ਛਾਤੀ ਦੇ ਵਿੱਚ ਅੰਨੀ ਜਾਨ ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਕਿੱਥੋਂ ਦਾ ਭਲਵਾਨ ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਕਿੱਥੋਂ ਦਾ ਭਲਵਾਨ ਵਾਕਈ ਕਹਿੰਦੇ ਵੀ ਜਿਹੜਾ ਜ਼ੋਰ ਬੇਸ਼ਰਮ ਹੁੰਦਾ ਜਿਵੇਂ ਜਿਹੜੇ ਲੋਕ ਜਾਣਦੇ ਆ ਵੀ ਗਾਜੀ ਵਾਲੀ ਕਾਲੇ ਚਿਕਨ ਦਾ ਇੰਨਾ ਜ਼ੋਰ ਸੀ ਜੇ ਚਾਹੁੰਦਾ ਤੇ ਖੁੱਚ ਕੱਢ ਕੇ ਹੱਥ ਹੀ ਨਹੀਂ ਮਾਮਾ ਪਾ ਸਕਦਾ ਸੀ ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਡਗਰੂ ਵਾਲਾ ਕਬੱਡੀ ਪਾ ਰਿਹਾ ਕਹਿੰਦੇ ਵੀ ਸਰੀਰ ਜਿਹੜਾ ਸਲਾਹਣ ਯੋਗ ਹੈ ਇਸ ਨੌਜਵਾਨ ਦੇ ਸਰੀਰ ਦੀ ਮਿਹਨਤ ਬਹੁਤ ਜ਼ਿਆਦਾ ਹੈ ਲਓ ਸਾਹਮਣੇ ਕਹਿੰਦੇ ਵੀ ਮੁੰਡਾ ਡਗਰੂ ਵਾਲਾ ਕਬੱਡੀ ਪਾ ਰਿਹਾ ਇੱਕ ਪਾਸੇ ਕਹਿੰਦੇ ਵੀ ਜੀਤ ਹੈ ਲਓ ਸਾਹਮਣੇ ਹੁਣ ਦੇਖਦੇ ਹੈ ਇੱਥੇ ਰੱਖ ਲਓ ਸਾਹਮਣੇ ਹੁਣ ਦੇਖਾਂਗੇ ਵੀ ਪੁਆਇੰਟ ਜਿਹੜਾ ਡਗਰੂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਦੇ ਹਾਂ ਰੌਲੀ ਵਾਲਾ ਕਹਿੰਦਾ ਵੀ ਨੱਕ ਦੀ ਸੋਝ ਨੂੰ ਆ ਜਾਓ ਫਿਰ ਸਵਾਦ ਆਊਗਾ ਲਓ ਸਾਹਮਣੇ ਹੁਣ ਦੇਖਾਂਗੇ ਵੀ ਰੌਲੀ ਵਾਲਾ ਬੰਬ ਇਸ ਵੇਲੇ ਕਬੱਡੀ ਪਾ ਰਿਹਾ ਭਾਰੀ ਸਰੀਰ ਆ ਕਹਿੰਦਾ ਵੀ ਕੈਨੇਡਾ ਬਹੁਤ ਤਗੜਾ ਖੇਡਿਆ ਲਓ ਬੰਬ ਰੌਲੀ ਦੀ ਧਰਤੀ ਦਾ ਲਓ ਖੁੱਚ ਪੱਟੀ ਆ ਤੇ ਫਿਰ ਕਹਿੰਦੇ ਵੀ ਜਿਹੜਾ ਫਸ ਗਿਆ ਤੰਦੂਰ ਚ ਬਿੱਲਾ ਗੱਲ ਕਸੂਤੀ ਬਣ ਗਈ ਲਓ ਸਾਹਮਣੇ ਮੁੰਡਾ ਕਹਿੰਦੇ ਵੀ ਢਾਹ ਕੇ ਉੱਤੇ ਬਹਿ ਗਿਆ ਜਿਵੇਂ ਪੱਖਿਆਂ ਵਾਲੀ ਰੇੜੀ ਲੱਗ ਕੇ ਭਈਆ ਪੰਡ ਤੇ ਬਹਿੰਦਾ ਹੁੰਦਾ ਹੈਲੋ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਹਾਂਜੀ ਸੋਨਾਲੀਕਾ ਏਜੰਸੀ ਵੱਲੋਂ 500 ਰੁਪਇਆ ਬੇਅੰਤ ਨਿਧਾ ਵਾਲੇ ਨੂੰ ਬਲਜੀਤ ਫੋਰਮੈਨ ਵੱਲੋਂ ਜੀ
ਸੁੱਖਾ ਬੋਟਰ ਵਾਲਾ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਸੁੱਖਾ ਬੋਟਰ ਦੀ ਧਰਤੀ ਦਾ ਲੰਡੇ ਕੇ ਪਿੰਡ ਵਾਲਾ ਨਿੱਕਾ ਕਹਿੰਦੇ ਵੀ ਹੁਣ ਸਾਹਮਣੇ ਹੋ ਗਿਆ ਟੁੱਟ ਕੇ ਨਹੀਂ ਰੀਸਾਂ ਮੁੰਡੇ ਨੇ ਕਹਿੰਦੇ ਕੋਸ਼ਿਸ਼ ਬੜੀ ਵਧੀਆ ਕੀਤੀ ਆ ਪਰ ਪੁਆਇੰਟ ਜਿਹੜਾ ਕਹਿੰਦੇ ਵੀ ਸੁੱਖਾ ਬੋਟਰ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਬੇਅੰਤ ਨਿਧਾਂ ਵਾਲੇ ਪਿੰਡ ਦਾ ਕਹਿੰਦੇ ਵੀ ਅਗਲੀ ਕਬੱਡੀ ਧਰਤੀ ਦੇ ਲਈ 100 ਰੁਪਈਆ ਜਾਫੀ ਦੇ ਲਈ ਆ ਠੀਕ ਹੈ ਜੀ ਹਰ ਜੱਫੇ ਦੇ ਐਲਾਨ ਕਰਦੇ ਨੇ ਸਾਡੇ ਸਤਿਕਾਰਯੋਗ ਸਰਦਾਰ ਸੂਬਾ ਸਿੰਘ ਜੀ ਗੱਲ ਕੈਲਗਰੀ ਵਾਲੇ ਲਓ ਸਾਹਮਣੇ ਹੁਣ ਦੇਖਾਂਗੇ ਵੀ ਡਗਰੂ ਵਾਲਾ ਮੁੰਡਾ ਇਸ ਵੇਲੇ ਬੜਿੰਗ ਵਾਲ ਪਾ ਕੇ ਬਹਿ ਗਿਆ ਹੁਣ ਦੇਖਾਂਗੇ ਵੀ ਪੁਆਇੰਟ ਕਿਹੜੀ ਟੀਮ ਦੇ ਹਿੱਸੇ ਜੁੜੂ ਇੱਕ ਪਾਸੇ ਡਗਰੂ ਆ ਨਹੀਂ ਰੀਸਾਂ ਜਿਹੜਾ ਪੁਆਇੰਟ ਕਹਿੰਦੇ ਵੀ ਜਾਫੀਆਂ ਦੇ ਹਿੱਸੇ ਹੈ ਤੇ ਰਾਣੀ ਵਾਲਾ ਵਾਹ ਕਹਿੰਦਾ ਕੌਡੀ ਪੂਰੇ ਟੌਪ ਦੇ ਨਾਲ ਜਨੂਨ ਦੇ ਨਾਲ ਪਾਉਣੀ ਹੈ ਕਿਉਂਕਿ ਇੱਕ ਅੱਧੇ ਪੁਆਇੰਟ ਤੇ ਜਿੱਤ ਹਾਰੂਣੀ ਹੈ ਲੰਡਿਆਂ ਦੀ ਟੀਮ ਗਰਾਊਂਡ 'ਚ ਨਹੀਂ ਆ ਰਹੀ ਲੰਡਿਆਂ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਟੀਮ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ ਲੰਡਿਆਂ ਦੀ ਟੀਮ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਉਹ ਟੀਮ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ ਲਓ ਸਾਹਮਣੇ ਫਿਰ ਦੇਖਾਂਗੇ ਵੀ ਹੁਣ ਡਗਰੂ ਵਾਲਾ ਮੁੰਡਾ ਕਬੱਡੀ ਪਾ ਰਿਹਾ ਕਿ ਮੁੰਡਾ ਸੋਹਣਾ ਜਿਹਾ ਕੌਡੀਆਂ ਪਾਵੇ ਤੇ ਤਿੱਪ ਤੇ ਪਚੋਵੇ ਮੁੜਕਾ ਮੁੰਡਾ ਸੋਹਣਾ ਜਿਹਾ ਕੌਡੀਆਂ ਪਾਵੇ ਤੇ ਤਿੱਪ ਤੇ ਪਚੋਵੇ ਮੁੜਕਾ ਲੰਡੇ ਕੇ ਪਿੰਡ ਵਾਲਾ ਨਿੱਕਾ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਡਗਰੂ ਦੀ ਟੀਮ ਦੇ ਹਿੱਸੇ ਹੈ ਡਗਰੂ ਦੀ ਟੀਮ ਇਸ ਮੈਚ ਦੇ ਵਿੱਚ ਜੇਤੂ ਟੀਮ ਹੈ ਡਗਰੂ ਦੀ ਟੀਮ ਜੇਤੂ ਰਹੀ ਇਸ ਮੈਚ ਦੇ ਵਿੱਚੋਂ ਪ੍ਰਬੰਧਕ ਵੀਰ ਨੋਟ ਕਰ ਲੈਣ ਡਗਰੂ ਦੀ ਟੀਮ ਜੇਤੂ ਰਹੀ ਹੈ ਲੰਡਿਆਂ ਦੀ ਟੀਮ ਨਹੀਂ ਆ ਰਹੀ ਲੰਡਿਆਂ ਦੀ ਟੀਮ ਨੂੰ ਲਾਸਟ ਕਾਲ ਹੈ ਹੁਣ ਲੰਡਿਆਂ ਦੀ ਟੀਮ ਨੂੰ ਕਾਫੀ ਸਮੇਂ ਤੋਂ ਅਨਾਊਂਸਮੈਂਟਾਂ ਕਰ ਰਹੇ ਹਾਂ ਲੰਡਿਆਂ ਦੀ ਟੀਮ ਗਰਾਊਂਡ 'ਚ ਨਹੀਂ ਆ ਰਹੀ ਡਾਕਟਰ ਸਾਹਿਬ ਉਹਨਾਂ ਵੱਲੋਂ ਡਗਰੂ ਦੀ ਸਾਰੀ ਟੀਮ ਦੇ ਲਈ 200 ਰੁਪਈਆ ਹੈ ਡਗਰੂ ਦੀ ਟੀਮ ਦੇ ਲਈ ਹੈਲੋ ਸਾਡਾ ਵੱਡਾ ਵੀ ਲਾਲਾ ਤਲਵੰਡੀ ਤੇ ਪੀਟੀ ਸੋ ਸਾਡੇ ਟੂਰਨਾਮੈਂਟ 'ਚ ਪਹੁੰਚੇ ਨੇ ਟੂਰਨਾਮੈਂਟ ਕਮੇਟੀ ਦੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਲਾਲਾ ਤਲਵੰਡੀ ਜੋ ਕਿਸੇ ਪਹਿਚਾਣ ਦਾ ਮੁਹਾਜ ਨਹੀਂ ਕਿਉਂਕਿ ਗਗਨੇ ਰਮਣੇ ਅੱਜ ਗਰਾਊਂਡਾਂ ਦੇ ਵਿੱਚ ਉਹਨਾਂ ਦੀਆਂ ਯਾਦਾਂ ਨੇ ਜਿਹੜੀਆਂ ਤਾਜ਼ਾ ਕਰਾਉਂਦੇ ਰਹਿੰਦੇ ਨੇ ਸੋ ਲਾਲਾ ਤਲਵੰਡੀ ਤੇ ਪੀਟੀ ਸਾਡੀ ਟੂਰਨਾਮੈਂਟ ਵੱਲੋਂ ਬਹੁਤ ਬਹੁਤ ਜੀ ਆਇਆਂ ਹਾਂਜੀ ਵਾਹਗੁਰੂ ਦੇ ਦਿਓ ਜੀ ਤਲਵੰਡੀ ਭਾਈ ਦੀ ਟੀਮ ਨੂੰ ਲੰਡਿਆਂ
ਫਿਟਨੈਸ ਜਿਮ ਖੋਲਿਆ ਡਾਕਟਰ ਹਰਦੀਪ ਅਦਾਲਤ ਪੁਰੇ ਵਾਲੇ ਵੀਰ ਨੇ ਆਪਾਂ ਉਸ ਵੀਰ ਦਾ ਵੀ ਧੰਨਵਾਦ ਕਰਾਂਗੇ ਤੇ ਮੈਚ ਸ਼ੁਰੂ ਕਰਾ ਦਿਓ ਜੀ ਜਲਦੀ ਨਾਲ ਰੱਜੀ ਵਾਲਾ ਤੇ ਖੋਸੇਰ ਤੀਰ ਦਾ ਬਾਤੀ ਦਾ ਮੈਚ ਹੋਵੇਗਾ 70 ਕਿਲੋ ਭਾਰਤੀਆਂ ਜਿਹੜੀਆਂ ਟੀਮਾਂ ਵੀ ਆਪਣੀ ਤਿਆਰੀ ਖਿੱਚ ਲੈਣ ਤੇ ਨਾਲ ਮੇਰੀ ਬੇਨਤੀ ਵੀ ਸੈਮੀ ਫਾਈਨਲ ਮੈਚ ਦੀਆਂ ਜਿਹੜੀਆਂ ਤਾਜ਼ੀਆਂ ਕੱਢ ਦਿੱਤੀਆਂ ਜਾਣ ਅਜੀਤ ਸਿੰਘ ਧੰਨਾ ਗਗੜੇ ਪਿੰਡ ਵਾਲਾ ਜਿਸ ਨੌਜਵਾਨ ਨੇ ਇਸ ਕਬੱਡੀ ਦੀਆਂ ਬਰੀਕੀਆਂ ਸਿਖਾਈਆਂ ਇਸ ਖਿਡਾਰੀ ਨੂੰ ਲਾ ਸਾਹਮਣੇ ਅਮਨ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਪੂਰੀ ਬਿਆਨਤਬੰਦੀ ਵਿੱਚ ਉਧਰਲੇ ਬੰਨੇ ਧਾਲੇ ਕੇ ਪਿੰਡ ਵਾਲਾ ਕਹਿੰਦੇ ਵੀ ਕਬੱਡੀ ਦਾ ਸੁਪਰ ਸਟਾਰ ਖਿਡਾਰੀ ਹੈ ਨੌਜਵਾਨ ਕੈਨੇਡਾ ਦੇ ਖੇਡ ਮੈਦਾਨ ਖੇਡਿਆ ਤੇ ਇਧਰਲੇ ਬੰਨੇ ਆਸਾਨ ਜਿਹੜਾ ਪੁਆਇੰਟ ਹੈ ਕੋਈ ਵਾਧਾ ਜ਼ੋਰ ਨਹੀਂ ਲੱਗਾ ਤੇ ਅੰਕ ਜਿਹੜਾ ਜੁੜਿਆ ਨੌਜਵਾਨ ਖੋਸਾ ਰਣਧੀਰ ਦੀ ਟੀਮ ਦੇ ਹਿੱਸੇ ਵਿੱਚ ਅਗਲੀਆਂ ਜਿਹੜੀਆਂ ਟੀਮਾਂ ਬੇਨਤੀ ਹੈ ਮਾਸਟਰ ਜੀ ਟਾਈਆਂ ਕੱਢ ਦਿੱਤੀਆਂ ਜਾਣ ਸਾਡੇ ਜਗਦੇਵ ਸਿੰਘ ਜੀ ਫਾਜੀ ਸਾਹਿਬ ਤਾਨਾ ਕੱਢ ਕੇ ਦੱਸੋ ਉਧਰਲੇ ਬੰਨੇ ਛਿੰਦਾ ਵਾਹ ਨੌਜਵਾਨਾਂ ਦਾਰੂ ਪੀਣੀ ਕੁੱਕੜ ਖਾਣੇ ਦਾਦਾ ਸਾਨੂੰ ਦਿੰਦਾ ਤੇ ਡੰਗਰ ਬੱਛਾ ਸਾਹਮਣ ਵਾਲਾ ਹੋ ਗਿਆ ਆਪਣਾ ਛਿੰਦਾ ਇਹ ਗੱਭਰੂ ਕਹਿੰਦੇ ਵੀ ਨੌਜਵਾਨ ਖੋਸਿਆਂ ਵਾਲਾ ਕਹਿੰਦੇ ਵੀ ਕਪੂਰਿਆਂ ਦੇ ਅੰਗਰੇਜ਼ ਨੇ ਪਾਈ ਹੈ ਇੱਕ ਅੰਗਰੇਜ਼ ਡੈਂਚਾਂ ਦਾ ਇੱਕ ਅੰਗਰੇਜ਼ ਪੋਨੀਆਂ ਦਾ ਇੱਕ ਅੰਗਰੇਜ਼ ਅਲੀ ਹੈ ਕਬੱਡੀ ਦਾ ਕਹਿੰਦੇ ਵੀ ਜਿਹਨੇ ਗੀਤ ਗਾਏ ਤੇ ਪੂਰੇ ਵਰਲਡ ਵਿੱਚ ਉਸ ਗੀਤ ਦੀ ਧੁੰਮ ਪਈ ਕਿ ਰੇਡਰਾਂ ਵਿੱਚੋਂ ਰੇਡਰ ਹੈ ਲਾ ਉਧਰਲੇ ਬੰਨੇ ਬਾਬੂ ਪੜਾਣੇ ਦਾ ਕਿ ਪੈ ਜੇ ਜਫਾ ਨਹੀਂ ਛੁੱਟਦਾ ਸੇਵਕ ਵੱਢ ਖਾਣੇ ਦਾ ਵੱਢ ਖਾਣਾ ਜਾਫੀ ਹੁਣ ਛਿੰਦਾ ਵੀ ਕਹਿੰਦੇ ਆਲੇ ਦਰਜੇ ਦੀ ਕੌਡੀ ਖੇਡਦਾ ਚਾਰੇ ਜਾਫੀ ਦੇਖਦੇ ਵੀ ਖੇਡ ਮੈਦਾਨ ਵਿੱਚ ਨੌਜਵਾਨ ਛਿੰਦਾ ਫੇਰ ਇੱਕ ਗਗੜੇ ਦੀ ਧਰਤੀ ਦਾ ਇੱਕ ਗਹਿਲਾਂ ਵਾਲਾ ਇੱਕ ਸੁਰਿੰਦਰ ਛਿੰਦਾ ਆਹ ਨੌਜਵਾਨ ਗੱਭਰੂ ਹੈ ਤੇ ਪੁਆਇੰਟ ਜਿਹੜਾ ਨਿੱਕੇ ਦੇ ਹਿੱਸੇ ਜੁੜਦਾ ਹੋਇਆ ਵੱਧ ਵੀ ਨੌਜਵਾਨਾਂ ਦਾਦਾ ਹੋਰ ਦੇ ਮਾਨਸੀ ਦਾ ਕੱਦ ਲੰਮਾ ਵੱਡੀ ਤਕਨੀਕ ਹੈ ਕੌਡੀ ਜਿਹੜੀ ਪੜਾਣੇ ਪਿੰਡ ਤੋਂ ਖੇਡਣੀ ਸ਼ੁਰੂ ਕੀਤੀ
ਵੀਰੋ ਮੁਕਾਬਲਾ ਬੜਾ ਤਕੜਾ ਖੇਡ ਮੈਦਾਨ ਵਿੱਚ ਦੇਖਦੇ ਵੀ ਫਿੱਟੂ ਖੋਸੇ ਰਧੀਰ ਪਿੰਡ ਦੀ ਧਰਤੀ ਦਾ ਕਹਿੰਦੇ ਵੀ ਜਾਨ ਲਾਉਂਦਾ ਜਾਨ ਮਾਰਨੀ ਪੈਂਦੀ ਹੈ ਯਾਰਾਂ ਦੀ ਯਾਰੀ ਤੋਂ ਉਧਰਲੇ ਬੰਨੇ ਕਬੱਡੀ ਦਾ ਮੈਚ ਬਹੁਤ ਤਕੜਾ ਚੱਲ ਵੀ ਸੰਧਵਾ ਪਾ ਕਬੱਡੀ ਸੰਧੂ ਘਰਾਣੇ ਦਾ ਨਾ ਕਿਸੇ ਟਿਕਾਣਾ ਦਿਸਦਾ ਵੀ ਯੱਟ ਦਿਨੋ ਦਿਨ ਜਾਂਦਾ ਏ ਚੱਕੀ ਵਿੱਚ ਪਿਸਦਾ ਵੇ ਉਧਰਲੇ ਬੰਨੇ ਕਬੱਡੀ ਅਮਨ ਦੀ ਹੈ ਖੇਡ ਮੈਦਾਨ ਵਿੱਚ ਪੈਂਦੀ ਹੋਈ ਚਾਰ ਜਾਫੀ ਸ਼ੂਸ਼ਕ ਦਾ ਬਲਕਰਨ ਉਧਰਲੇ ਬੰਨੇ ਕਹਿੰਦੇ ਵੀ ਧਾਲੇ ਕੇ ਪਿੰਡ ਦਾ ਚਰਨਾ ਕਹਿੰਦੇ ਵੀ ਕਬੱਡੀ ਦਾ ਮਹਾਨ ਜਾਫੀ ਹੈ ਚਾਰੇ ਜਿਹੜੇ ਜਾਫੀ ਪੂਰੇ ਟੱਪਦੇ ਹੈ ਕਹਿੰਦੇ ਵੀ ਕੋਟ ਹਿੱਸੇ ਖਾਂ ਦਾ ਕਬੱਡੀ ਟੂਰਨਾਮੈਂਟ ਜਿੱਤਿਆ ਇੱਕ ਬੰਨੇ ਵੱਜਦੀ ਹੋਈ ਖਿੱਚ ਲਾਓ ਚਾੜ ਬਗਲ ਨਹੀਂ ਰੀਸਾਂ ਆ ਦੇਖਦੇ ਵੀ ਖੇਡ ਮੈਦਾਨਾਂ ਵਿੱਚ ਢਾ ਕੇ ਹਿੱਕ ਤੇ ਬਹਿਣ ਵਾਲੀ ਗੱਲ ਹੋ ਗਈ ਹੈ ਜ਼ੋਰ ਤੇ ਜਵਾਨੀ ਵਾਲੀ ਇਹ ਯਾਰੋ ਖੇਡ ਇਹਦੇ ਵਿੱਚ ਖੁੱਲੇ ਯਾਰੋ ਸਾਨਾ ਵਾਲੇ ਭੇੜ ਆ ਸਾਨਾ ਵਾਲੇ ਭੇੜ ਦੇ ਵਿੱਚ ਕਹਿੰਦੇ ਵੀ ਜਾਫਾ ਸ਼ੂਸ਼ਕ ਪਿੰਡ ਦੇ ਬਲਕਰਨ ਨੇ ਨਿਲਾਇਆ ਤਲਵੰਡੀ ਭਾਈ ਤੇ ਮੈਚ ਜ਼ੋਰਦਾਰ ਉਧਰਲੇ ਬੰਨੇ ਨਿੰਦਰ ਐਮ ਸੀ ਸਾਹਿਬ ਦੇ ਨਾਲ ਸੁਖਾ ਯਾਦ ਐਮ ਸੀ ਸਾਹਿਬ ਛੇ ਧਾਰ ਤੇ ਪੁੱਜੇ ਹੈ ਦਰਸ਼ਕ ਵੀਰੋ ਮੈਚ ਕਹਿੰਦੇ ਵੀ ਬਹੁਤ ਤਕੜਾ ਉਧਰਲੇ ਬੰਨੇ ਤਲਵੰਡੀ ਭਾਈ ਪਿਛਲੇ ਸਾਲ ਨੂੰ ਇਹ ਯਾਦ ਕਰੀਏ ਤੇ ਸਾਫੂ ਵਾਲਾ ਤੇ ਘੱਲਾ ਦੀ ਟੀਮ ਫਾਈਨਲ ਮੈਚ ਖੇਡੀ ਇਸੇ ਖੇਡ ਮੈਦਾਨ ਦੇ ਵਿੱਚ ਔਰ ਸੈਮੀ ਫਾਈਨਲ ਦਾ ਜਿਹੜਾ ਸਮਾਂ ਵੀਰ ਦੱਸਦੇ ਹੈ ਵੀ 19:30 ਤੇ 20 ਪੁਆਇੰਟਾਂ ਦਾ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਮੈਚ ਬਹੁਤ ਤਕੜਾ ਤਲਵੰਡੀ ਭਾਈ ਤੇ ਘੱਲਾਂ ਦੀ ਜਿਹੜੀ ਟੀਮ ਹੈ ਖੇਡ ਮੈਦਾਨ ਦੇ ਵੱਲ ਪੁੱਜ ਜਾਵੇ ਉਧਰਲੇ ਬੰਨੇ ਦਰਸ਼ਕ ਵੀਰੋ ਜਿਹੜੀ ਮਾਈਕ ਤੋਂ ਮੈਂ ਗੱਲ ਕਹੀ ਆ ਸ਼ੂਸ਼ਕ ਦਾ ਬਲਕਰਨ ਜੀ ਦੀ ਪੁੱਠੀ ਦੁਨੀਆਂ ਵਿੱਚ ਪ੍ਰਸਿੱਧ ਹੋ ਗਈ ਹੈ ਮਾਨ ਨੌਜਵਾਨਾਂ ਘੁੰਡ ਕੱਢ ਕੇ ਖੈਰ ਨਾ ਪਾਈਏ ਨੀ ਸਾਧੂ ਹੁੰਦੇ ਰੱਬ ਵਰਗੇ ਆ ਜਿਹੜਾ ਜਫਾ ਬਹੁਤ ਤਕੜਾ ਲੱਗਾ ਚੱਲ ਵੀ ਨੌਜਵਾਨਾਂ ਪਾ ਅਗਲੀ ਕਬੱਡੀ ਗੋਗੋਆਣੀ ਪਿੰਡ ਦੇ ਨੌਜਵਾਨ ਨੇ ਕਬੱਡੀ ਪਾਉਣੀ ਹੈ ਜਿਹੜਾ ਸ਼ੂਸ਼ਕ ਪਿੰਡ ਦੀ ਟੀਮ ਲਈ ਖੇਡ ਕੇ ਦੁਨੀਆਂ ਦਾ ਪ੍ਰਸਿੱਧ ਬਣ ਗਿਆ ਅਗਲੀ ਕਬੱਡੀ ਨਿੱਕੇ ਰਾਜੀਵਾਲ ਦੀ ਧਰਤੀ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲਾਂ ਦੀ ਟੀਮ ਲਈ ਖੇਡਦਾ ਪੰਜਾਬ ਦੇ ਕਬੱਡੀ ਕੱਪ ਉਧਰਲੇ ਬੰਨੇ ਕੌਣ ਹੱਥ ਪਾਊ ਇਸ ਖਿਡਾਰੀ ਨੂੰ ਕਹਿੰਦੇ ਵੀ ਜਦੋਂ ਭੱਜਦਾ ਫਿਰ ਕੀ ਕਹਿੰਦਾ ਕਿ ਫਿਰ ਇਹ ਕੰਧਾਂ ਕੋਲੇ ਥਾਪੀਆਂ ਤੂੰ ਮਾਰਦਾ ਪਤਾ ਲੱਗ ਜੂਗਾ ਤੋਲੇ ਹੋਏ ਭਾਰ ਦਾ ਜਦੋਂ ਟੱਕਰਿਆ ਕੋਈ ਭੈੜੇ ਪਰਿਵਾਰ ਦਾ ਤੇ ਕਿਤੇ ਵੀ ਨੀ ਜੀ ਲੱਗਦਾ ਘੋੜੀ ਘੋੜੀਆਂ ਚ ਵੇਖ ਲਈ ਭਜਾ ਕੇ ਤੇ ਘਰੇ ਪਤਾ ਕੀ ਲੱਗਦਾ ਆ ਆਉਂਦਾ ਨੱਚਦਾ ਕਹਿੰਦੇ ਵੀ ਰੱਜੀਵਾਲ ਦੀ ਧਰਤੀ ਦਾ ਨਿੱਕਾ ਤਾੜੀਆਂ ਵੱਜਦੀਆਂ ਉਧਰਲੇ ਬੰਨੇ ਦਾਦਾ ਹੂਰ ਦੇ ਮਨਪ੍ਰੀਤ ਨੇ ਕਬੱਡੀ ਪਾ ਦਿੱਤੀ ਕਿ ਜਿਹੜੀ ਮਹਿੰਦੀ ਰੰਗ ਨਾ ਦੇਵੇ ਉਸ ਮਹਿੰਦੀ ਦਾ ਕਾਹਦਾ ਹੁੰਦਾ ਲਾਣਾ ਕਿ ਜਿੱਥੇ ਗਿਆਨ ਦੀ ਕਦਰ ਨਾ ਹੋਵੇ ਉੱਥੇ ਕਾਹਦਾ ਹੁੰਦਾ ਜਾਣਾ ਉਧਰਲੇ ਬੰਨੇ ਗੋਦੀ ਚੱਕਿਆ ਹੋਇਆ ਵਾਹ ਉਹ ਨੌਜਵਾਨਾਂ ਵੱਜੀਆਂ ਹੋਈਆਂ ਤਾੜੀਆਂ ਨਹੀਂ ਚੈਣਿਆ ਰੀਸਾਂ ਇਧਰਲੇ ਬੰਨੇ ਕਹਿੰਦੇ ਵੀ ਸ਼ੈਣੀ ਨਿੱਕੀ ਹੈ ਗਾਡਰ ਵੱਢਣ ਵਾਲੀ ਗੱਲ ਹੋਈ ਪਈ ਹੈ ਵੇਖੋ ਨੌਜਵਾਨਾਂ ਵਾਹ ਉਹ ਗੱਭਰੂਆ ਖੇਡ ਮੈਦਾਨ ਵਿੱਚ ਵੱਜਣੀਆਂ ਤਾੜੀਆਂ ਖਿੱਚੀ ਜਾਂਦਾ ਸਮਾਂ ਇਧਰਲੇ ਬੰਨੇ ਘੜੀ ਦੀਆਂ ਸੂਈਆਂ ਟਿਕੋ ਇਧਰਲੇ ਬੰਨੇ ਜਾਫੀ ਦਾ ਵਾਹ ਉਹ ਨੌਜਵਾਨਾਂ ਤਾੜੀਆਂ ਵੱਜੀਆਂ ਤੇ ਬਹੁਤ ਹੀ ਤਕੜਾ ਜਿਹੜਾ ਜਫਾ ਲੱਗਾ ਇਹਨੂੰ ਕਹਿੰਦੇ ਵੀ ਸਾਣ ਜਿਹੜਾ ਜਫਾ ਕਬੱਡੀ ਦੇ ਖੇਡ ਮੈਦਾਨ ਦੇ ਅੰਦਰ ਹੈ ਚੱਲ ਵੀ ਛਿੰਦਿਆ ਤੂੰ ਵੀ ਇਹੋ ਜਿਹਾ ਕੋਈ ਜਫਾ ਲਾ ਦੇ ਤੇ ਸੂਬਾ ਸਿੰਘ ਜੀ ਗਿੱਲ ਕਹਿਲਗਰੀ ਵਾਲੇ ਕਹਿੰਦੇ ਵੀ ਨੋਟਾਂ ਦਾ ਮੀਂਹ ਮਰਾ ਦੇਣਗੇ ਗੱਭਰੂਆ ਆ ਵੀ ਨੌਜਵਾਨਾਂ ਪਾ ਕਬੱਡੀ ਉਧਰਲੇ ਬੰਨੇ ਨਿਰਮਲ ਬੁੱਟਰ ਦਰਸ਼ਕਾਂ ਦੀ ਗਿਤਿਆਰੀ ਵਿੱਚ ਚੱਕਰ ਲਾ ਰਿਹਾ ਲਾ ਉਧਰਲੇ ਬੰਨੇ ਪੰਗਾ ਕਿਸ ਨਾਲ ਫਿੱਟੂ ਖੇਡ ਮੈਦਾਨ ਵਿੱਚ ਇੱਕ ਕਬੱਡੀ ਦਾ ਅਰਜਣੀ ਅਵਾਰਡ ਬਲਵਿੰਦਰ ਫੇਟਾ ਉਧਰਲੇ ਬੰਨੇ ਲੱਗੀ ਹੋਈ ਸਾਣ ਜਿੰਨੀ ਜਾਨ ਹੈ ਵੱਜੀਆਂ ਤਾੜੀਆਂ ਤੇ ਵੱਜੀ ਪੁੱਛ ਹੈ ਤੇ ਪੁਆਇੰਟ ਜਿਹੜਾ ਜੁੜਿਆ ਖੋਸੇ ਰਧੀਰ ਦੀ ਟੀਮ ਦੇ ਹਿੱਸੇ ਚੱਲ ਵੀ ਅਮਨਾ ਨੌਜਵਾਨਾਂ ਤਕੜਾ ਹੋ ਕੇ ਕਬੱਡੀ ਪਾ ਗੱਭਰੂਆ ਖੇਡ ਮੈਦਾਨ ਵਿੱਚ ਦੇਖਦੇ ਹੈ ਹੱਥ ਕਹਿੰਦੇ ਵੀ ਚਰਨੇ ਦੀ ਹਿੱਕ ਦੇ ਵਿੱਚ ਲੱਗਣਾ ਜਾਂ ਕਹਿੰਦੇ ਵੀ ਬਾਬੇ ਦੀ ਹਿੱਕ ਦੇ ਵਿੱਚ ਜਾਂ ਉਧਰਲੇ ਬੰਨੇ ਸ਼ੂਸ਼ਕ ਦੇ ਬਲਕਰਨ ਦੀ ਹਿੱਕ ਦੇ ਵਿੱਚ ਲੱਗੇਗਾ ਚੱਲ ਵੀ ਨੌਜਵਾਨਾਂ ਚਾਰੇ ਜਿਹੜੇ ਜਾਫੀ ਪੂਰੇ ਤਿਆਰ ਬਰ ਤਿਆਰ ਨੇ ਖੇਡ ਮੈਦਾਨ ਵਿੱਚ ਉਧਰਲੇ ਬੰਨੇ ਪੁਆਇੰਟ ਜਿਹੜਾ ਗੁੱਡ ਜੱਜਮੈਂਟ ਦੇ ਇਸ਼ਾਰੇ ਹੋ ਚੁੱਕੇ ਨੇ ਵੀ ਅੰਕ ਜਿਹੜਾ ਨੌਜਵਾਨ ਗੱਭਰੂ ਧਾਵੀ ਦੇ ਹਿੱਸੇ ਜੁੜਦਾ ਹੋਇਆ ਸੱਚੀ ਬੋਲੀ ਗੁਰਮੁਖ ਸੋਢੀ ਵਾਲੇ ਨੇ ਬੋਲੀ ਦੀ ਆ ਵੀ ਪੁਆਇੰਟ ਜਿਹੜਾ ਰੇਡਰ ਦਾ ਆ ਵੀ ਨੌਜਵਾਨਾਂ ਚੱਲ ਵੀ ਨਿੱਕਿਆ ਪਾ ਕਬੱਡੀ ਉਧਰਲੇ ਬੰਨੇ ਨੌਜਵਾਨ ਦੀ ਕਹਿੰਦੇ ਵੀ ਜਵਾਨੀ ਉੜਜੂ ਕਰਦੀ ਫਿਰਦੀ ਹੈ ਕੰਨਾਂ ਵਿੱਚ ਨੱਤੀਆਂ ਗਲਾਂ ਦੇ ਵਿੱਚ ਗਾਨੀਆਂ ਹੁਣੇ ਹੁਣੇ ਸਾਡੇ ਉੱਤੇ ਚੜੀਆਂ ਜਵਾਨੀਆਂ ਉਧਰਲੇ ਬੰਨੇ ਲਾਲਾ ਤਲਵੰਡੀ ਵਾਲਾ ਵੀ ਕਬੱਡੀ ਦੇ ਮੈਚਾਂ ਦਾ ਨਜ਼ਾਰਾ ਤੱਕਦਾ ਆਪਣੇ ਪਲਵਾਨ ਮੀਤੇ ਨਾਲ ਮਿਲ ਤੇ ਕਹਿੰਦੇ ਵੀ ਪੰਗਾ ਗਿਆਨੀ ਨਾਲ ਹੈ ਖੇਡ ਮੈਦਾਨ ਵਿੱਚ ਦੇਖਦੇ ਵੀ ਫਿੱਡੂ ਵਾਹ ਗੱਭਰੂਆ ਤੇ ਪੁਆਇੰਟ ਨਿੱਕੇ ਰਜੀਵਾਲ ਦਾ ਅਗਲੀ ਕਬੱਡੀ ਜਿਹੜੀ ਗੁਪੂਰਿਆਂ ਦੇ ਅੰਗਰੇਜ਼ ਸਿੰਘ ਦੀ ਪੈਂਦੀ ਹੋਈ ਖੇਡ ਮੈਦਾਨ ਵਿੱਚ ਤੱਕੀਏ ਵੀ ਕੌਣ ਗੱਭਰੂ ਅੱਜ ਇਸ ਨੌਜਵਾਨ ਨੂੰ ਲਾ ਜਫਾ ਬੱਲੇ ਬੱਲੇ ਕਰਵਾਉਂਦਾ ਕਿਹੜਾ ਅੱਜ ਕਹਿੰਦੇ ਵੀ ਇਹ ਵਿਸਾਖੀ ਦੇ ਪਵਿੱਤਰ ਦਿਨ ਦਾ ਕਬੱਡੀ ਟੂਰਨਾਮੈਂਟ ਜਿੱਤਦਾ ਦਰਸ਼ਕ ਵੀਰ ਔਰ ਨਿਗਾਹਾਂ ਲੱਗੀਆਂ ਹੋਈਆਂ ਚਾਰੇ ਜਾਫੀ ਬਲਕਰਨ ਹੈ ਨਹੀਂ ਰੀਸਾਂ ਉਧਰਲੇ ਬੰਨੇ ਕਪੂਰਿਆਂ ਦਾ ਗੇਜੀ ਜਾਂ ਟੁੱਟ ਭੱਜਦਾ
ਤੇ ਕਹਿੰਦੇ ਵੀ ਤਾੜੀ ਮਾਰ ਦਿੱਤੀ ਉਧਰਲੇ ਬੰਨੇ ਬਲਕਰਨ ਉੱਪਲ ਹੋਰੀ ਸਾਡਾ ਵੀਰ ਅਮਰੀਕ ਜਾਰਜੀ ਆ ਤੇ ਨਾਲ ਮੈਂ ਦੇਖਦਾ ਵੀ ਖੇਡ ਮੈਦਾਨ ਵਿੱਚ ਪੰਜਾਬ ਲਾਈਵ ਨੰਬਰ 1 ਦੇ ਜਿਹੜੀ ਹੈ ਪੂਰੀ ਦੁਨੀਆ ਕਹਿੰਦੇ ਵੀ 64,000 ਜਿਹੜਾ ਦਰਸ਼ਕ ਹੈ ਇਸ ਕਬੱਡੀ ਦੇ ਮੈਚਾਂ ਦਾ ਨਜ਼ਾਰਾ ਮਾਣਦਾ ਤੇ ਨਾਲ ਉਧਰਲੇ ਬੰਨੇ ਗੱਬਰ ਸਾਂਡ ਕਹਿੰਦੇ ਵੀ ਬਹੁਤ ਪਿਆਰੀ ਆਵਾਜ਼ ਦਿੱਤੀ ਹੈ ਆਹ ਵੀ ਨੌਜਵਾਨਾਂ ਨਿੱਕਿਆ ਪਾਕ ਕਬੱਡੀ ਗੱਭਰੂਆ ਖੇਡ ਮੈਦਾਨ ਵਿੱਚ ਨਿੱਕਾ ਰੱਜੀਵਾਲ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ ਲਾਓ ਸ਼ਿੰਦਾ ਕਹਿੰਦੇ ਵੀ ਥੋੜੇ ਦਿਨਾਂ ਵਿੱਚ ਦਾਲੇ ਵਾਲੀਏ ਸਾਹਬੇ ਵਾਂਗੂ ਕਹਿੰਦੇ ਹੁਣ ਕਹਿਰ ਦੇ ਜੋਫੇ ਲਾਉਂਦਾ ਬਿੱਲਾ ਗਾਲਬ ਦੀ ਧਰਤੀ ਉਧਰਲੇ ਬੰਨੇ ਕਹਿੰਦੇ ਵੀ ਭੱਜ ਹੰਦਿਆਂ ਵਿੱਚ ਵੜਦਾ ਨਿੱਕੇ ਨੌਜਵਾਨਾਂ ਪੁਆਇੰਟ ਮਿਲ ਗਿਆ ਰੌਲਾ ਨਹੀਂ ਪਾਉਣਾ ਖੇਡ ਮੈਦਾਨ ਵਿੱਚ ਖਿਡਾਰੀ ਨੂੰ ਪੁਆਇੰਟ ਨਾ ਹੁੰਦਾ ਦੂਸਰੇ ਨੂੰ ਵਧਾਈ ਨਾ ਹੁੰਦਾ ਜੇ ਮਿਲ ਜਾਵੇ ਤੇ ਰੌਲਾ ਨਹੀਂ ਪਾਉਣਾ ਚਾਹੀਦਾ ਉਧਰਲੇ ਬੰਨੇ ਦਾਦਾ ਹੂਰ ਦੇ ਮਨਪ੍ਰੀਤ ਦੀ ਪਾਈ ਹੋਈ ਕਬੱਡੀ ਧੱਲੇ ਕੇ ਪਿੰਡ ਵਾਲਾ ਕਹਿੰਦੇ ਵੀ ਭਰਾਵਾਂ ਵਾਲਾ ਪਿਆਰ ਰੱਖਦਾ ਇਸੇ ਖਿਡਾਰੀ ਨਾਲ ਵਾਹ ਨੌਜਵਾਨਾਂ ਬਹੁਤ ਹੀ ਸੋਹਣੀ ਖੇਡ ਹਰ ਕਦੇ ਉੱਤੇ ਕਦੇ ਥੱਲੇ ਆਹ ਵੀ ਨੌਜਵਾਨਾਂ ਚੋਟੀ ਦਾ ਖਿਡਾਰੀ ਕਹਿੰਦੇ ਵੀ ਨੌਜਵਾਨ ਗੱਭਰੂ ਆਹ ਗਲਾਸ ਜਿਹੜਾ ਗਰਾਊਂਡ ਦੇ ਵਿੱਚੋਂ ਚੱਕ ਲਓ ਜੀ ਚੱਲ ਵੀ ਗੋਗੋਆਣੀ ਪਿਛੜਿਆ ਪਾ ਨੌਜਵਾਨਾਂ ਕਬੱਡੀ ਔਰ ਤਲਵੰਡੀ ਤੇ ਘੱਲਾਂ ਦੀ ਟੀਮ ਆਓ ਜੀ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਲੈ ਵੀ ਤਲਵੰਡੀ ਵਾਲੇ ਲਾਲਿਆ ਅੱਜ ਫੇਰ ਪੁਰਾਣੇ ਸਮਿਆਂ ਨੂੰ ਯਾਦ ਕੀਤਾ ਜਾਣਾ ਕਿਉਂਕਿ ਟੀਮਾਂ ਦੇ ਮੈਚ ਗੁੰਡੀਆਂ ਦੇ ਸਿੰਘ ਸਾਨਾ ਵਾਲੇ ਭੇੜ ਜਿਹੜੇ ਖੇਡ ਮੈਦਾਨ ਦੇ ਵਿੱਚ ਅੜ ਗਏ ਹੈ ਰੌਲਾ ਨੀ ਜੀ ਰੌਲਾ ਨੀ ਪਿਆਰ ਨਾਲ ਮੇਰੇ ਵੀਰ ਔਰ ਤਲਵੰਡੀ ਭਾਈ ਤੇ ਘੱਲਾਂ ਦੀ ਟੀਮ ਜੀ ਉਧਰਲੇ ਬੰਨੇ ਨਵਦੀਪ ਡੀਸੀ ਤਲਵੰਡੀ ਭਾਈ ਸਾਡੇ ਵੀਰ ਕਹਿੰਦੇ ਵੀ ਪੰਜਾਬ ਲਾਈਵ ਨੰਬਰ 1 ਦੇ ਜ਼ਰੀਏ ਜੁੜੇ ਹੋਏ ਨੇ ਇਸ ਕਬੱਡੀ ਦੇ ਨਾਲ ਰਾਜਵਿੰਦਰ ਸਿੰਘ ਜੀ ਸੋਢੀ ਸਾਹਿਬ ਉਧਰਲੇ ਬੰਨੇ ਜਿਹੜਾ ਟੈਕਨੀਕਲ ਸਟੇਜ ਦਾ ਮਾਈਕ ਹੈ ਗੁਰੂ ਜੀ ਚਲਾ ਦਿਓ ਉਹ ਮਾਈਕ ਬੰਦ ਹੈ ਰੌਲਾ ਨਹੀਂ ਪਾਉਣਾ ਮੈਚ ਸ਼ੁਰੂ ਕਰਾ ਦਿਓ ਜੀ ਤਲਵੰਡੀ ਭਾਈ ਤੇ ਘੱਲਾਂ ਦੀ ਜਿਹੜੀ ਟੀਮ ਹੈ ਜਿਹੜੀ ਟੀਮ ਇਸ ਮੈਚ ਦੇ ਵਿੱਚੋਂ ਜਿੱਤੇਗੀ ਉਹਦਾ ਮੈਚ ਹੋਣਾ ਡਗਰੂ ਦੀ ਟੀਮ ਦੇ ਨਾਲ ਮਾਰੋ ਜੀ ਵਿਸਲ ਤੇ ਮੈਚ ਸ਼ੁਰੂ ਕਰਾ ਦਿਓ ਜੀ ਕਿਰਪਾ ਕਰਕੇ ਮੈਚ ਸ਼ੁਰੂ ਕਰਾ ਦਿੱਤਾ ਜਾਵੇ ਜੀ ਤਲਵੰਡੀ ਹੈਲੋ ਬਾਈ ਬੂਟੇ ਅਪਰੇਟ ਕਰੋ ਜੇ ਟੀਮ ਨੂੰ ਆਵਾਜ਼ ਮਾਰ ਸਕਦੇ ਹੋ ਉਹ ਵੀਰ ਜੀ ਆਖਦੇ ਵੀ ਜਿਹੜੇ ਦੋ ਸੈਮੀਫਾਈਨਲ ਮੈਚ ਕਰਾ ਕੇ ਬਾਅਦ ਵਿੱਚ ਕਰਾਉਣਾ ਜੀ ਉਹ ਫਾਈਨਲ ਕਿਉਂਕਿ ਆਪਣੇ ਕੋਲੇ ਸਮਾਂ ਬਾਜੂਗਾ ਮੇਰੀ ਬੇਨਤੀ ਹੈ ਵੀ ਦੋ ਸੈਮੀਫਾਈਨਲ ਮੈਚਾਂ ਤੋਂ ਬਾਅਦ ਦੇ ਵਿੱਚ ਉਧਰਲੇ ਬੰਨੇ ਕਬੱਡੀ 63 ਕਿਲੋ ਦਾ ਜਿਹੜਾ ਮੈਚ ਹੋਣਾ ਥੋੜੀ ਸੱਟ ਵੱਜੀ ਹੈ ਕਬੂਰਿਆਂ ਦੇ ਗੇਜੀ ਦੇ ਆਹ ਵੀ ਨੌਜਵਾਨਾਂ ਮੈਚ ਸਮਾਪਤੀ ਵੱਲ ਕਿਹੜੀ ਟੀਮ ਕਿੰਨੇ ਪੁਆਇੰਟ ਲੈ ਜੇਤੂ ਰਹੀ ਹੈ ਆਰ ਕਿਰਪਾ ਕਰਕੇ ਦੱਸ ਦਿੱਤਾ ਜਾਵੇ ਜੀ ਇੱਕੋ ਮਿੰਟ ਜੀ ਸਾਡੇ 12 ਜਿਹੜੇ ਪੁਆਇੰਟ ਹੈ ਖੋਸੇ ਰਣਧੀਰ ਦੀ ਟੀਮ ਦੇ 11 ਪੁਆਇੰਟ ਜਿਹੜੇ ਰੱਜੀਵਾਲ ਦੀ ਟੀਮ ਦੇ ਹੈ 1.5 ਪੁਆਇੰਟ ਤੇ ਖੋਸਾ ਰਣਧੀਰ ਜੇਤੂ ਰਹੀ ਜੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਔਰ ਤਲਵੰਡੀ ਤੇ ਘੱਲਾਂ ਦੀ ਟੀਮ ਹੈਲੋ ਬਾਈ ਬੂਟੇ ਜਿਹੜਾ ਹੁਣ ਮੈਚ ਹੋ ਗਿਆ ਖੋਸਾ ਰਣਧੀਰ ਜੇਤੂ ਆ ਹਾਂਜੀ ਖੋਸਾ ਰਣਧੀਰ ਜਿਹੜਾ ਮਨਸੂਰਵਾਰ ਦਾ ਮੈਚ ਆ ਵੀਰੇ ਠੀਕ ਆ ਜੀ ਇਹਦਾ ਇੱਕੋ ਮਿੰਟ ਜੀ ਇਹਦਾ ਮੈਚ ਮਨਸੂਰਵਾਲ ਦੀ ਟੀਮ ਦੇ ਨਾਲ ਮਿਹਰਬਾਨੀ ਜੀ ਡਗਰੂ ਦੀ ਟੀਮ ਨੂੰ ਜਿਹੜੀ 22 ਲੱਗੀ ਹੈ ਹਾਂਜੀ ਕੋਈ ਗੱਲ ਨੀ ਵੇਖੋ ਜੀ ਨਾ ਖੇਡਣਾ ਖੇਡ ਲਓ ਡਗਰੂ ਵਾਲੇ ਕਹਿੰਦੇ ਵੀ ਸਾਡੇ ਨਾਲ ਖੇਡਣਾ ਸਾਡੇ ਖੇਡ ਲਓ ਹਾਂਜੀ ਰੱਜੀ ਵਾਲੇ ਦੀ ਜਿਹੜੀ ਟੀਮ ਖੇਡ ਜਿੱਤ ਕੇ ਗਈ ਹੈ ਖੋਸਾ ਰਣਧੀਰ ਇਹਦਾ ਮੈਚ ਹੋਣਾ ਜੀ ਮਨਸੂਰਵਾਲ ਦੀ ਟੀਮ ਨਾਲ ਤਲਵੰਡੀ ਭਾਈ ਤੇ ਘੱਲਾਂ ਦੀ ਟੀਮ ਪਹੁੰਚੋ ਜੀ ਤਲਵੰਡੀ ਭਾਈ ਤੇ ਘੱਲਾਂ ਦੀ ਟੀਮ ਖੇਡ ਮੈਦਾਨ ਦੇ ਵਿੱਚ ਆਵੋ ਜੀ ਜਲਦੀ ਨਾਲ ਜਲਦੀ ਨਾਲ ਮੇਰੀ ਬੇਨਤੀ ਵੀ ਤਲਵੰਡੀ ਭਾਈ ਤੇ ਘੱਲਾਂ ਦੀ ਟੀਮ ਜੀ ਖੇਡ ਮੈਦਾਨ ਦੇ ਵੱਲ ਪੁੱਜ ਜਾਵੇ
ਜਲਦੀ ਨਾਲ ਜਿਹੜੀ ਟੀਮ ਹੈ ਤਲਵੰਡੀ ਭਾਈ ਤੇ ਕੱਲਾਂ ਦੀ ਟੀਮ ਦੋਵੇਂ ਗਰਾਊਂਡ ਦੇ ਵਿੱਚ ਕਿਉਂ ਨਹੀਂ ਪਹੁੰਚ ਰਹੀਆਂ ਦੋਵੇਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵੱਲ ਆ ਜਾਣ ਅੱਜ ਜਿਹੜੇ ਵਿਸ਼ੇਸ਼ ਸਨਮਾਨ ਚਿੰਨ ਹੋਣੇ ਆ ਸਾਡਾ ਵੀਰ ਕਹਿੰਦੇ ਵੀ ਬਲਦੇਵ ਲੱਲੇ ਲਾਲਾ ਤਲਵੰਡੀ ਭਾਈ ਤੇ ਨਾਲ ਮੇਰਾ ਵੀਰ ਅਮਨਾ ਡਗਰੂ ਤੇ ਨਾਲ ਸਾਡਾ ਵੀਰ ਗੁਰਸੇਵਕ ਤੋਤਾ ਰਾਣੀ ਵਾਲਾ ਇਹਨਾਂ ਦੇ ਮਾਣ ਸਨਮਾਨ ਸਾਡੇ ਵੀਰ ਡਾਕਟਰ ਹਰਜੀਤ ਜੀ ਤੇ ਸਾਡੇ ਵੀਰ ਬਲਦੇਵ ਬਰਾੜ ਜੀ ਕੈਨੇਡਾ ਤੇ ਨਾਲ ਹੈਲੋ ਜਸੇ ਦੀ ਅੱਧੀ ਸੁੱਚ ਆਨ ਕਰ ਲਾ ਮੇਰੇ ਵੀਰ ਮਾਈਕ ਦੀ ਹੈਲੋ ਆ ਮਾਈਕ ਦੀ ਜਿਹੜੀ ਸੁੱਚ ਸੈੱਟ ਕਰ ਲਓ ਜੀ ਕਿਰਪਾ ਕਰਕੇ ਤਲਵੰਡੀ ਭਾਈ ਤੇ ਕੱਲਾਂ ਦੀ ਟੀਮ ਕਿਉਂ ਨਹੀਂ ਪਹੁੰਚ ਰਹੀ ਜੀ ਤਲਵੰਡੀ ਭਾਈ ਤੇ ਕੱਲਾਂ ਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਆਵੇ ਜੀ ਕਿਰਪਾ ਕਰਕੇ ਤਲਵੰਡੀ ਭਾਈ ਤੇ ਕੱਲਾਂ ਦੀ ਜਿਹੜੀ ਟੀਮ ਹੈ ਇੱਕ ਮਿੰਟ ਦੇਵਾਂਗੇ ਜੀ ਅਸੀਂ ਇਹਨਾਂ ਟੀਮਾਂ ਨੂੰ ਤਲਵੰਡੀ ਭਾਈ ਵਰਸਿਸ ਕੱਲ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜਣ ਜੀ ਦੋਵਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ ਦੋਵੇਂ ਜਿਹੜੀਆਂ ਟੀਮਾਂ ਗਰਾਊਂਡ ਦੇ ਵੱਲ ਆਉਣਗੀਆਂ ਉਸ ਤੋਂ ਬਾਅਦ ਮਨਸੂਰਵਾਲ ਤੇ ਖੋਸਾ ਰਤੀਰ ਡਕਰੂ ਦੀ ਟੀਮ ਨੂੰ ਜਿਹੜੀ ਬਾਈ ਮਿਲੀ ਹੈ ਮੇਰੀ ਬੇਨਤੀ ਹੈ ਤਲਵੰਡੀ ਭਾਈ ਤੇ ਕੱਲਾਂ ਦੀ ਟੀਮ ਨੂੰ ਇੱਕ ਮਿੰਟ ਆ ਜੀ ਵੇਖੋ ਵੀ ਇਹ ਕੁਆਟਰ ਮੈਚ ਹੋਣੇ ਆ ਬਾਅਦ ਵਿੱਚ ਤੁਸੀਂ ਕਹੋਗੇ ਵੀ ਵਾਰ ਵਾਰ ਟੀਮਾਂ ਬੋਲੀ ਜਾਂਦੇ ਕਿਰਪਾ ਕਰਕੇ ਪਹਿਲਾ ਮੈਚ ਹੋ ਗਿਆ ਵੀ ਟੀਮਾਂ ਨਹੀਂ ਪੁੱਜਦੀਆਂ ਘੱਟੋ ਘੱਟ ਕੱਲਾਂ ਵਾਲੇ ਤੇ ਤਲਵੰਡੀ ਵਾਲੇ ਤੀਜਾ ਮੈਚ ਹੈ ਮੇਰੀ ਬੇਨਤੀ ਹੈ ਵੀ ਦੋਵੇਂ ਟੀਮਾਂ ਹੱਥ ਬੰਨ ਕੇ ਗਰਾਊਂਡ ਦੇ ਵਿੱਚ ਆ ਜਾਓ ਤੁਹਾਡੇ ਚਰਨਾਂ ਵਿੱਚ ਅਸੀਂ ਬੇਨਤੀ ਕਰਾਂਗੇ ਹੋਰ ਤੁਹਾਨੂੰ ਅਸੀਂ ਕੁਝ ਕਹਿ ਤਾਂ ਸਕਦੇ ਨਹੀਂ ਅਸੀਂ ਬੇਨਤੀ ਕਰ ਸਕਦੇ ਹਾਂ ਪਰ ਤੁਹਾਡਾ ਵੀ ਕੋਈ ਆਪਣਾ ਫਰਜ਼ ਬਣਦਾ ਤਲਵੰਡੀ ਭਾਈ ਤੇ ਬੇਨਤੀ ਹੈ ਕੱਲਾਂ ਦੀ ਟੀਮ ਨੂੰ ਦੋਵੇਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਕਿਰਪਾ ਕਰਕੇ ਪੁੱਜ ਜਾਣ ਜਲਦੀ ਨਾ ਮੇਰੀ ਬੇਨਤੀ ਵੀ ਕੱਲ ਤੇ ਤਲਵੰਡੀ ਔਰ ਜਿਹੜਾ 63 ਕਿਲੋ ਭਾਰ ਦਾ ਫਾਈਨਲ ਮੈਚ ਹੋਣਾ ਉਹ ਕਬੱਡੀ ਓਪਨ ਦੇ ਦੋਵੇਂ ਜਿਹੜੇ ਸੈਮੀਫਾਈਨਲ ਮੈਚ ਖੇਡ ਫਿਰ ਅਸੀਂ ਉਹਦਾ 63 ਕਿਲੋ ਦਾ ਫਾਈਨਲ ਮੈਚ ਕਰਾਉਣਾ ਟੀਮਾਂ ਨੋਟ ਕਰ ਲੈਣ ਉਹ ਗਰਾਊਂਡ ਦੇ ਵਿੱਚ ਨਾ ਪੁੱਜਣ ਜਦੋਂ ਅਸੀਂ ਉਹਨਾਂ ਨੂੰ ਸੱਦਾਂਗੇ ਟੀਮਾਂ ਉਦੋਂ ਹੀ ਗਰਾਊਂਡ ਦੇ ਵਿੱਚ ਆਉਣਗੀਆਂ ਤਲਵੰਡੀ ਭਾਈ ਤੇ ਕੱਲਾਂ ਦੀ ਟੀਮ ਨੂੰ ਵਾਰ ਵਾਰ ਬੇਨਤੀ ਹੈ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਕਿਉਂ ਨਹੀਂ ਪਹੁੰਚ ਰਹੀਆਂ ਹੱਥ ਬੰਨ ਕੇ ਬੇਨਤੀ ਅੰਬੂ ਯਾਰ ਪਹਿਲਾ ਮੈਚ ਹੋ ਗਿਆ ਵੀ ਠੀਕ ਹੈ ਇੰਤਜ਼ਾਰ ਕੀਤਾ ਹੁਣ ਦੂਜੇ ਤੀਜੇ ਮੈਚ ਵਿੱਚ ਕਾਹਦਾ ਇੰਤਜ਼ਾਰ ਹੈ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਚ ਖੇਡ ਕੇ ਗਿਆ ਨੂੰ ਤਲਵੰਡੀ ਭਾਈ ਇਹ ਨਹੀਂ ਇਕੱਲੀ ਗੱਲ ਤਲਵੰਡੀ ਭਾਈ ਨੂੰ ਵੀ ਮੇਰੀ ਬੇਨਤੀ ਹੈ ਵੀ ਟੀਮ ਗਰਾਊਂਡ ਦੇ ਵਿੱਚ ਆਵੇ ਜਲਦੀ ਨਾਲ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਦੌੜ ਕੇ ਅੰਬੂ ਜਲਦੀ ਆ ਜਾਓ ਮੇਰੇ ਭਰਾ ਖੇਡ ਮੈਦਾਨ ਵਿੱਚ ਤਲਵੰਡੀ ਭਾਈ ਦਾ ਇੰਤਜ਼ਾਰ ਹੈ ਕੱਲਾਂ ਦੀ ਟੀਮ ਪਹੁੰਚ ਰਹੀ ਹੈ ਬਹੁਤ ਹੀ ਤਕੜਾ ਮੈਚ ਪਿਛਲੇ ਸਾਲ ਦਾ ਕਹਿੰਦੇ ਵੀ ਬਲਦੇਵ ਸਿੰਘ ਜੀ ਬਰਾੜ ਸਾਹਿਬ ਉਹੀਓ ਸਮਾਂ ਤੇ ਉਹੀਓ ਮੈਚ ਫਿਰ ਮੈਂ ਦੇਖਾਂਗਾ ਵੀ ਉਹੀ ਸਮਾਂ ਜਿਹੜਾ ਦਰਹਾਇਆ ਜਾਵੇਗਾ ਕਬੱਡੀ ਆ ਜਿਹੜੀਆਂ 63 ਕਿਲੋ ਭਾਰ ਦੀਆਂ ਟੀਮਾਂ ਪਰਾਜੀ ਤੁਸੀਂ ਮੱਥਾ ਟੇਕੋ ਤੇ ਬਾਹਰ ਚਲੇ ਜਾਓ ਗਰਾਊਂਡ ਚੋਂ ਕਿਉਂਕਿ ਤੁਹਾਡਾ ਮੈਚ ਅਸੀਂ ਓਪਨ ਦੇ ਸੈਮੀਫਾਈਨਲ ਮੈਚ ਕਰਾ ਕੇ ਫਿਰ ਕਰਾਉਣਾ ਤਲਵੰਡੀ ਭਾਈ ਤੇ ਕੱਲਾਂ ਦੀ ਟੀਮ ਪਹੁੰਚ ਰਹੀ ਅੰਬੂ ਜਲਦੀ ਆ ਜਾਓ ਮੇਰੇ ਵੀਰ ਦਰਸ਼ਕ ਵੀਰੋ ਮੈਚ ਜਿਹੜਾ ਸਾਰ ਰੋਕ ਰੋਕ ਕੇ ਦੇਖਣ ਵਾਲਾ ਬਹੁਤ ਹੀ ਤਕੜਾ ਮੈਚ ਹੈ ਦੋਵੇਂ ਜਿਹੜੀਆਂ ਟੀਮਾਂ ਇਸ ਏਰੀਏ ਦੀਆਂ ਮੰਨੀਆਂ ਪ੍ਰਵੰਨੀਆਂ ਟੀਮਾਂ ਪੋਟਿਆਂ ਦੇ ਗਿਣੇ ਜਾਣ ਵਾਲੇ ਕਹਿੰਦੇ ਵੀ ਖਿਡਾਰੀ ਤੇ ਪੋਟਿਆਂ ਦੇ ਗਿਣੇ ਜਾਣ ਵਾਲੀਆਂ ਟੀਮਾਂ ਦੇ ਵਿੱਚ ਨਾਮ ਹੈ ਤਲਵੰਡੀ ਭਾਈ ਤੇ ਕੱਲਾਂ ਦੀ ਟੀਮ ਦਾ ਔਰ ਤਲਵੰਡੀ ਭਾਈ ਦੀ ਟੀਮ ਜਿਹੜੀ ਜਲਦੀ ਨਾਲ ਪੁੱਜ ਜਾਵੇ ਖੇਡ ਮੈਦਾਨ ਦੇ ਵੱਲ ਤਲਵੰਡੀ ਭਾਈ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਜਲਦੀ ਨਾ ਆ ਜਾਵੇ ਤਲਵੰਡੀ ਭਾਈ ਜਲਦੀ ਨਾ ਤਲਵੰਡੀ ਭਾਈ ਦੀ ਟੀਮ
ਸਤਿਕਾਰਯੋਗ ਵੀਰ ਗਗਨੇ ਹੋਰੀ ਗਰਾਊਂਡ ਦੇ ਵਿੱਚ ਆਓ ਜੀ ਜਲਦੀ ਨਾਲ। ਨਾਲ ਹੀ ਮੇਰੀ ਬੇਨਤੀ ਘੱਲਾਂ ਦੀ ਟੀਮ ਦੇ ਰਹਿੰਦੇ ਪਲੇਅਰ ਅੰਬੂ ਬੰਗਲ ਲੱਖੇ ਹੋਰੀ ਵੀਰ ਇਹ ਗਰਾਊਂਡ ਦੇ ਵਿੱਚ ਅੰਬੂ ਪੁੱਜ ਗਿਆ, ਬਾਕੀ ਰਹਿੰਦੇ ਪਲੇਅਰ ਸੁੱਖ ਦੌੜ ਕੇ ਆ ਜਾਓ। ਔਰ ਨਾਲ ਹੀ ਤਲਵੰਡੀ ਭਾਈ ਇਹ ਦਰਸ਼ ਵੀਰੋ ਪਿਛਲੇ ਸਾਲ ਦੇ ਮੈਂ ਤੁਹਾਨੂੰ ਜੇ ਭਰ ਕੇ ਫੋਲ ਕੇ ਦੱਸਾਂ ਤੇ ਆਹੀ ਟੀਮਾਂ ਖੇਡੀਆਂ ਸਨ ਸੈਮੀ ਫਾਈਨਲ ਮੈਚ। ਫਾਈਨਲ ਮੈਚ ਜਿਹੜਾ ਹੋਇਆ ਸੀ ਉਹ ਸਾਫੂ ਵਾਲਾ ਪਿੰਡ ਤੇ ਘੱਲਾਂ ਦੀ ਟੀਮ ਦੇ ਦਰਮਿਆਨ ਖੇਡਿਆ ਗਿਆ ਸੀ ਤੇ ਮੰਗਲ ਨੇ ਮੇਲਾ ਲੁੱਟਿਆ ਸੀ ਸਾਫੂ ਵਾਲੀ ਧਰਮੰਤ ਨੂੰ ਇੱਕ ਜੱਫਾ ਲਾ ਕੇ ਇਸੇ ਖੇਡ ਮੈਦਾਨ ਦੇ ਵਿੱਚ। ਤਲਵੰਡੀ ਭਾਈ ਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਆਵੇ ਜੀ ਤਲਵੰਡੀ ਭਾਈ। ਹਾਂਜੀ ਆਹ ਜਿਹੜੇ ਮੈਚ ਦੇ ਵਿੱਚ ਸਹੁੰ ਪਾਈ ਜਾਣੀ ਹੈ ਸਾਡੇ ਸਰਦਾਰ ਹਰਭਜਨ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਦੀ ਟੂਰਨਾਮੈਂਟ ਕਮੇਟੀ ਆਖਦੀ ਹੈ ਵੀ ਆਹ ਮੈਚ ਵਿੱਚ ਜਿਹੜੀ ਸਹੁੰ ਪਵਾਈ ਜਾਵੇਗੀ ਤੇ ਫਿਰ ਜਿਹੜਾ ਮੈਚ ਖੜਾਇਆ ਜਾਵੇਗਾ। ਜਿਹੜੇ ਵੀਰ ਲਾਈਨਾਂ ਤੇ ਬੈਠੇ ਹੈ ਕਿਰਪਾ ਕਰਕੇ ਆਪਣੇ ਪੈਰ ਚੱਕ ਲਓ ਜੀ, ਲਾਈਨਾਂ ਤੋਂ ਆਪਣੇ ਪੈਰ ਜਿਹੜੇ ਚੱਕ ਲਓ। ਸਕਾਲਟੀ ਵਾਲੇ ਵੀਰ ਜਿਹੜੇ ਉਹ ਵੀਰਾਂ ਨੂੰ ਪਿੱਛੇ ਕਰਵਾ ਦੇਣ ਤੇ ਮੈਚ ਕਬੱਡੀ ਦਾ ਬਹੁਤ ਹੀ ਤਕੜਾ ਦੋ ਟੀਮਾਂ ਦੇ ਦਰਮਿਆਨ। ਇੱਕ ਬੰਨੇ ਆਜ਼ਾਦ ਕਬੱਡੀ ਕਲੱਬ ਘੱਲਾਂ ਦੀ ਟੀਮ ਖੇਡੇਗੀ, ਦੂਸਰੇ ਬੰਨੇ ਕਹਾਂਗਾ ਵੀ ਮਾਲਵਾ ਕਬੱਡੀ ਕਲੱਬ ਮੋਗੇ ਤੇ ਜਾਫੀ ਹੈ ਸਾਡੇ ਵੀ ਤਲਵੰਡੀ ਭਾਈ ਵਾਲੇ ਖਿਡਾਰੀ ਉਹ ਖੇਡਣਗੇ ਕੱਲੀ ਕੱਲੀ ਕਬੱਡੀ ਦੇ ਕੱਲੇ ਕੱਲੇ ਜਫੇ ਤੇ। ਕਹਿੰਦੇ ਦਰਸ਼ਕਾਂ ਨੂੰ ਸਰੂਰ ਜਿਹਾ ਚੜ੍ਹਨਾ ਤੇ ਸਵਾਦ ਵੀ ਆਉਣਾ ਤੇ ਵਾਕਿਆ ਇਸ ਮੈਚ ਦੀਆਂ ਜਿਹੜੀਆਂ ਗੱਲਾਂ ਪੂਰੇ ਸਾਲ ਹੋਣਗੀਆਂ ਜਿੰਨਾ ਚਿਰ ਕਹਿੰਦੇ ਵੀ 2014 ਦਾ ਕਬੱਡੀ ਟੂਰਨਾਮੈਂਟ ਫਿਰ ਮੁੜ ਸਲੀਨੇ ਦੀ ਧਰਤੀ ਤੇ ਨਹੀਂ ਹੁੰਦਾ ਇੰਨਾ ਚਿਰ ਹਰਭਜਨ ਸਿੰਘ ਜੀ ਇਸ ਮੈਚ ਦੀਆਂ ਗੱਲਾਂ ਹੋਣਗੀਆਂ ਕਿਉਂਕਿ ਪਿਛਲੇ ਸਾਲ ਵੀ ਇਹ ਟੀਮਾਂ ਦੇ ਮੈਚ ਬਹੁਤ ਤਕੜੇ ਇਸ ਖੇਡ ਮੈਦਾਨ ਦੇ ਵਿੱਚ ਖੇਡੇ ਗਏ ਹੈ। ਦੋਵੇਂ ਟੀਮਾਂ ਜਿਹੜੀਆਂ ਪੁੱਜ ਚੁੱਕੀਆਂ ਖੇਡ ਮੈਦਾਨ ਦੇ ਵੱਲ। ਮਨਸੂਰਵਾਲ ਤੇ ਬੇਨਤੀ ਹੈ ਵੀ ਖੋਸਰ ਧੀਰ ਪਿੰਡ ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਉਹ ਵੀ ਆਪਣੀਆਂ ਤਿਆਰੀਆਂ ਖਿੱਚ ਲੈਣ, ਖੋਸਰ ਧੀਰ ਵਾਲੇ ਲੰਗੋਟੇ ਢਿੱਲੇ ਕਰਕੇ ਫਿਰ ਕੱਸ ਲੈਣ। ਆ ਗਈ ਹੈ ਜੀ ਤਲਵੰਡੀ ਦੀ ਟੀਮ, ਧੀਰੇ ਰਹਿੰਦੇ ਪਲੇਅਰ ਕਿੱਥੇ ਹੈ ਨੌਜਵਾਨਾਂ ਆਓ ਗਗਨੇ ਵੀਰ ਦਾੜ ਕੇ ਹੀਰੇ। ਆ ਮੇਰੇ ਵੀਰ ਜਿਹੜੇ ਲੈਣਾ ਤੇ ਬੈਠੇ ਆ ਜੀ ਪੈਰ ਚੁੱਕ ਲਓ ਲੈਣਾ ਤੋਂ ਤਾਨੇ, ਥੋੜਾ ਥੋੜਾ ਭਰਾ ਜੀ ਪਿੱਛੇ ਹੋ ਜਾਓ, ਮੂਵ ਸਵਰੇ ਜਿਹੜੀ ਗਰਾਊਂਡ ਦੇ ਵਿੱਚ ਪਹੁੰਚਦੀ ਕਰ ਦਿਓ ਜੀ ਜਲਦੀ ਨਾਲ। ਹੈਲੋ ਹੈਲੋ ਹਾਂ ਬਾਈ ਬੂਟੇ ਇਹ ਟੀਮ ਨੂੰ ਸੌਂਹ ਖਵਾਲੀ ਮੇਰਾ ਵੀਰ ਦੋਨਾਂ ਟੀਮਾਂ ਨੂੰ। ਮੰਨੋ ਜੀ ਪਾਸਾ ਦੋਵੇਂ ਟੀਮਾਂ ਉਧਰਲੇ ਬੰਨੇ ਕਮੇਟੀ ਦਾ ਫੈਸਲਾ ਵੀ ਦੋਵੇਂ ਟੀਮਾਂ ਜਿਹੜੀਆਂ ਸੌਂ ਖਾ ਲੈਣ ਤਦ ਹੀ ਇੱਕ ਕਬੱਡੀ ਦਾ ਮੈਚ ਹੋਣਾ। ਲਓ ਜੀ ਜਿਹੜੀ ਬੂਸਰੇ ਗਰਾਊਂਡ ਵਿੱਚ ਪਾਣੀ ਹੈਲੋ ਪਹੁੰਚਿਆ ਹੋਇਆ ਜੀ, ਮਿਹਰਬਾਨੀ ਹੈ। ਹੈਲੋ ਹੈਲੋ ਹਾਂਜੀ ਅਜੈਬ ਸਿੰਘ ਆਟੋ ਵਾਲਾ ਵੀ ਗੁਰਦੁਆਰੇ ਵਿੱਚ ਪਹੁੰਚੇ ਵੀ ਮੇਰਾ ਵੀਰ। ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਉਧਰਲੇ ਬੰਨੇ ਬਲਕਰਨ ਉੱਪਲ ਜੀ ਜ਼ਿੰਦਗੀ ਦੇ ਸਾਡੇ ਗੁਰਜੀਤ ਜਾਲ ਜੀ ਜੋ ਸਾਡੇ ਹਰਭਜਨ ਸਿੰਘ ਜੀ ਪ੍ਰੈਜ਼ੀਡੈਂਟ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉਹਨਾਂ ਦੇ ਸਪੁੱਤਰ ਨੇ ਬਹੁਤ ਵੱਡਾ ਮਾਨ ਭੇਜਿਆ। ਔਰ ਮੈਚ ਦੋਵਾਂ ਟੀਮਾਂ ਦੇ ਦਰਮਿਆਨ ਦੋਵੇਂ ਟੀਮਾਂ ਪਾਸਾ ਮੰਨ ਲਓ ਇਹ ਜਿਹੜਾ ਮੈਚ ਦਰਸ਼ ਵੀਰੋ ਮੈਂ ਪਹਿਲਾਂ ਕਹਿ ਚੁੱਕਿਆ ਵੀ ਬਹੁਤ ਤਕੜਾ ਪੂਰੇ ਸਾਲ ਕਹਿੰਦੇ ਵੀ ਸੱਦੇ ਵਾਲੀ ਆ ਸ਼ੀਰਿਆ ਇਹਦੇ ਚਰਚੇ ਹੋਣੇ ਨੌਜਵਾਨਾਂ ਇਸ ਮੈਚ ਦੇ ਏਡਾ ਤਕੜਾ ਇੱਕ ਕਬੱਡੀ ਦਾ ਮੈਚ ਖੇਡਿਆ ਜਾਣਾ। ਆ ਵੀ ਨੌਜਵਾਨਾਂ ਮੱਲੋ ਪਾਸੇ ਤੇ ਦੋਵੇਂ ਟੀਮਾਂ ਜਿਹੜੀਆਂ ਪ੍ਰਧਾਨ ਜੀ ਆਖਦੇ ਵੀ ਸੌਂ ਖਾ ਲੈਣ ਸੈਂਟਰਲੈਂਡ ਤੇ ਪੁੱਜ ਸੈਂਟਰਲੈਂਡ ਤੇ ਪੁੱਜ ਜਿਹੜੀਆਂ ਦੋਵੇਂ ਟੀਮਾਂ ਖੇਡ ਮੈਦਾਨ। ਹੈਲੋ ਹੈਲੋ ਹਾਂਜੀ ਰੈਫਰੀ ਵੀ ਨਾਲ ਹੀ ਸੱਦ ਲਓਗੇ, ਰੈਫਰੀ ਵੀ ਕੋਲ ਆ ਜੀ ਬਿਲਕੁਲ।
ਹੈਲੋ ਹੈਲੋ ਸਾਰੀ ਟੀਮ ਦੀ ਖਵਾਉਣੀ ਹੈ ਜੀ ਸਹੁੰ ਤੇ ਰੈਫਰੀਆਂ ਨੂੰ ਵੀ ਨਾਲ ਹੀ ਸਹੁੰ ਖਵਾ ਲਓ ਜੀ ਹੈਲੋ ਲਓ ਜੀ ਦੋਵੇਂ ਟੀਮਾਂ ਨੇ ਆਪਣੀ ਸੱਚਾਈ ਜਿਹੜੀ ਪੇਸ਼ ਕਰ ਦਿੱਤੀ ਹੈ ਤੇ ਮੈਚ ਸ਼ੁਰੂ ਹੋਣ ਜਾ ਰਿਹਾ ਜਿਹੜੇ ਵੀਰ ਸਪੇਰਾਂ ਵਿੱਚ ਪਲੇਅਰ ਉਹ ਬਾਉਂਡਰੀ ਲਾਈਨ ਤੋਂ ਬਾਹਰ ਬੈਠਣਗੇ ਬੇਨਤੀ ਹੈ ਵੀ ਗਰਾਊਂਡ ਕਲੀਅਰ ਕਰ ਦਿੱਤਾ ਜਾਵੇ ਗਰਾਊਂਡ ਕਲੀਅਰ ਕਰ ਦਿੱਤਾ ਜਾਵੇ ਜੀ ਕਿਰਪਾ ਕਰਕੇ ਤੇ ਦੋਵੇਂ ਟੀਮਾਂ ਜਿਹੜੀਆਂ ਪਾਸਾ ਮੱਲ ਬਹੁਤ ਹੀ ਤਕੜਾ ਇਹ ਕਬੱਡੀ ਦਾ ਮੈਚ ਇਸ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਲਓ ਜੀ ਮੁਕਾਬਲਾ ਸ਼ੁਰੂ ਹੋਣ ਲੱਗਾ ਲਓ ਦੋਵੇਂ ਪਾਸੇ ਟੀਮਾਂ ਕਹਿੰਦੇ ਵੀ ਪੰਜਾਬ ਦੀਆਂ ਬੰਨੀਆਂ ਪ੍ਰਬੰਨੀਆਂ ਬਾਕੀ ਜਿਹੜੇ ਵੀਰ ਹੈ ਪ੍ਰਧਾਨ ਜੀ ਆਪਾਂ ਸਾਈਡ ਤੇ ਆਈਏ ਤੇ ਮੁਕਾਬਲਾ ਸ਼ੁਰੂ ਹੋ ਕਰਵਾ ਦਿਓ ਜੀ ਮਾਰੋ ਜੀ ਚੰਨਣ ਵਾਲੀ ਆ ਵਿਸਲ ਮਾਰ ਨੌਜਵਾਨਾਂ ਵਿਸਲ ਮਾਰ ਤੇ ਕਬੱਡੀ ਦਾ ਮੈਚ ਸ਼ੁਰੂ ਕਰਵਾ ਦੇ ਮੇਰੇ ਵੀਰ ਜ਼ੋਰਦਾਰ ਤਾੜੀ ਮਾਰਦੇ ਕੋਰੀ ਦਰਸ਼ਕ ਵੀਰੋ ਮੈਚ ਇਹ ਬਹੁਤ ਤਕੜਾ ਹੋਣਾ ਉਧਰਲੇ ਬੰਨੇ ਜਿੰਨੇ ਵੀ ਪ੍ਰਵਾਸੀ ਵੀਰ ਇਸ ਪੰਜਾਬ ਲਾਈਵ ਨੰਬਰ ਦੇ ਜ਼ਰੀਏ ਜੁੜੇ ਹੈ ਉਹ ਵੀ ਆਖਦੇ ਹੁਣ ਭਲੀਣੇ ਵਾਲੇ ਉਹ ਸ਼ਾਬਾਸ਼ ਤੇ ਆਹ ਜਿਹੜਾ ਮੈਚ ਕਬੱਡੀ ਦਾ ਬਹੁਤ ਤਕੜਾ ਲਓ ਤਲਵੰਡੀ ਭਾਈ ਦੀ ਟੀਮ ਖੇਤਾਂ ਵਾਲੀ ਸਾਈਡ ਪੁੱਜੀ ਹੈ ਤੇ ਦੂਸਰੇ ਬੰਨੇ ਜਿਹੜੀ ਟੀਮ ਹੈ ਉਧਰਲੇ ਬੰਨੇ ਪਹਿਲੀ ਜਿਹੜੀ ਕਬੱਡੀ ਹੈ ਲਓ ਮੇਰੇ ਵੀਰੇ ਉਹ ਖੋਸੇ ਰਣਧੀਰ ਪਿੰਡ ਦੇ ਬਲਜੀਤ ਨੇ ਪਾਉਣੀ ਹੈ ਚੱਲ ਵੀ ਨੌਜਵਾਨ ਟੇਕਿਆ ਧਰਤੀ ਮਾਂ ਨੂੰ ਮੱਥਾ ਤੇ ਸੂਰਜ ਦੇਵਤਾ ਤੋਂ ਲੈ ਸ਼ਕਤੀ ਵੀ ਮੰਗਲਾ ਅੱਜ ਦੇਖਾਂਗੇ ਵੀ ਪਿਛਲੇ ਸਾਲ ਇੱਕ ਜੱਫਾ ਲਾਇਆ ਨੌਜਵਾਨ ਨੇ ਤੇ ਉਹ ਫਾਈਨਲ ਮੈਚ ਦਾ ਕਹਿੰਦੇ ਵੀ ਇਤਿਹਾਸਕ ਜੱਫਾ ਬਣ ਗਿਆ ਸਲੀਣੇ ਦੀ ਧਰਤੀ ਤੇ ਲਓ ਬਲਜੀਤ ਦੀ ਪਾਈ ਹੋਈ ਕਬੱਡੀ ਉਧਰਲੇ ਬੰਨੇ ਚਾਰ ਜਾਫੀ ਇੱਕ ਬੰਨੇ ਮੀਨੀਆ ਪਿੰਡ ਹੈ ਪੀਤੋ ਦਾ ਉਧਰਲੇ ਬੰਨੇ ਦੇ ਗਾਗੀ ਦੇ ਪਿੰਡਾਂ ਕੋਲੇ ਪਿੰਡ ਜੋਧਿਆ ਯਾਫੀ ਕਾਹਦਾ ਉੱਡਣਾ ਭਰਿੰਡ ਜੋਧਿਆ ਆਹ ਕੌਣ ਗੱਭਰੂ ਹੈ ਕਹਿੰਦੇ ਵੀ ਮੂਹਰੇ ਹੋ ਅੰਬੂ ਤਾਵੀ ਨੂੰ ਕਰ ਦਿੰਦਾ ਸ਼ੱਕੀ ਹੈ ਵਾਹ ਨੌਜਵਾਨ ਇੱਕ ਬੰਨੇ ਬਲਜੀਤ ਪਹਿਲਾਂ ਡੇਢ ਅੰਕ ਲੈ ਕੇ ਨੌਜਵਾਨ ਆਪਣੀ ਟੀਮ ਦੇ ਇਸੇ ਸੋਹਣਾ ਪੁਆਇੰਟ ਜੋੜ ਦਿੱਤਾ ਅਗਲੀ ਜਿਹੜੀ ਕਬੱਡੀ ਹੈ ਨੌਜਵਾਨ ਗੱਭਰੂ ਖੇਡ ਮੈਦਾਨ ਵਿੱਚ ਹੈਲੋ ਗੁਰੂ ਜੀ ਨੂੰ ਸਿੱਟ ਕਰ ਦਿਓ ਲੈਣਾ ਦੇ ਉੱਪਰ ਪਾ ਦਿਓ ਜੀ ਲਓ ਉਧਰਲੇ ਬੰਨੇ ਕਬੱਡੀ ਸੁੱਖ ਹਰਦਾਸੇ ਦੀ ਪਹਿਲਾਂ ਵੱਡਾ ਵੀਰ ਕੌਡੀ ਪਾ ਗਿਆ ਉਧਰਲੇ ਬੰਨੇ ਤਲਵੰਡੀ ਦੇ ਹੁਣ ਕਹਿੰਦੇ ਵੀ ਇਹ ਚਾਰੇ ਜਾਫੀ ਮਾਲਵਾ ਕਬੱਡੀ ਕਲੱਬ ਦੇ ਮੋਗੇ ਦੇ ਬੰਨੇ ਜਾਫੀ ਹੈ ਬਿੱਲਾ ਗਗੜੇ ਪਿੰਡ ਦੀ ਧਰਤੀ ਦਾ ਤੇ ਉਧਰਲੇ ਬੰਨੇ ਬਾਉਂਡਰੀ ਲਾਈਨ ਜਿਹੜੀ ਟੱਚ ਹੋਈ ਹੈ ਖੇਡ ਮੈਦਾਨ ਦੇ ਵਿੱਚ ਸਾਉਣ ਤੋਂ ਜਿਹੜੇ ਵੀਰ ਘਸਮਾਣ ਪਾਈ ਖੜੇ ਸਾਉਣ ਤੋਂ ਪਾਸੇ ਹੋ ਜਾਓ ਜੀ ਬੇਨਤੀ ਹੈ ਕਿ ਤਾਰਾਂ ਵਗੈਰਾ ਹਿਲਦੀਆਂ ਸਾਉਣ ਦੀਆਂ ਪਾਸੇ ਹੋ ਜਾਓ ਮੇਰੀ ਬੇਨਤੀ ਹੈ ਸਾਉਣ ਤੋਂ ਕਲੀ ਵਾਲਾ ਵੀਰ ਪ੍ਰਧਾਨ ਜੀ ਕਲੀ ਪਾ ਦਿਓ ਉਧਰਲੇ ਬੰਨੇ ਕੌਣ ਹੈ ਮੀਨੀਆਂ ਦਾ ਕਹਿੰਦੇ ਵੀ ਪੀਤੋ ਖੇਡ ਮੈਦਾਨ ਵਿੱਚ ਵਾਹ ਗੱਭਰੂਆ ਗੱਗੀ ਦੇ ਪਿੰਡਾਂ ਕੋਲੇ ਪਿੰਡ ਯੋਧਿਆ ਯਾਫੀ ਕਾਹਦਾ ਉੱਡਣਾ ਭਰਿੰਡ ਯੋਧਿਆ ਰਾਜਵਿੰਦਰ ਸੋਢੀ ਜੀ ਉਧਰਲੇ ਬੰਨੇ ਕਹਿੰਦੇ ਵੀ ਜਿੰਨੇ ਜਾਫੇ ਦੋਵੇਂ ਟੀਮਾਂ ਲਾਉਂਦੀਆਂ ਉਹਨੇ ਜਿਹੜੇ 700 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਕਬੱਡੀ ਖੋਸੇ ਕੋਟਲੇ ਦੇ ਨਿਰਭੈ ਦੀ ਪਾਈ ਹੈ ਲੈ ਵੀ ਤਲਵੰਡੀ ਪਿੰਡ ਵਾਲਿਆ ਉਧਰਲੇ ਬੰਨੇ ਪਿਤਾ ਵੀ ਪੁੱਜਿਆ ਹੋਇਆ ਕਬੱਡੀ ਦੇ ਖੇਡ ਮੈਦਾਨਾਂ ਵਿੱਚ ਉਹਦਾ ਪੁੱਤ ਤੇ ਭਤੀਜਾ ਧੁੰਮਾ ਪਾਉਂਦੇ ਆ ਚੱਲ ਵੀ ਨੌਜਵਾਨਾਂ ਬਿੱਲਾ ਖੇਡ ਮੈਦਾਨ ਗਾਲ ਪਿੰਡ ਦੀ ਧਰਤੀ ਦਾ ਸੱਚੀ ਬੋਲੀ ਬੋਲਿਆ ਮੰਨਣਾ ਪੈਣਾ ਨੌਜਵਾਨਾਂ ਵੀ ਮੰਨਣਾ ਪੈਣਾ ਇਹ ਪੁਆਇੰਟ ਚੱਲ ਵੀ ਹੀਰਿਆ ਪਾ ਕਬੱਡੀ ਮੰਗਲਾ ਕਿ ਜਾ ਦੇ ਨੌਜਵਾਨਾਂ ਫਿਰ ਬਹਿ ਜਾ ਹੋ ਜਾਵੇ ਕੁਝ ਲੈ ਜਾ ਹੋ ਜਾਵੇ ਔਰ ਖੇਡ ਮੈਦਾਨ ਵਿੱਚ ਕਬੱਡੀ ਜਿਹੜੀ ਕਹਿੰਦੇ ਵੀ ਸੋਨੇ ਨੌਜਵਾਨੇ ਜਿਵੇਂ ਪਾਈ ਉਧਰਲੇ ਬੰਨੇ ਇਹ ਗੱਭਰੂ ਹੀਰਾ ਤਲਵੰਡੀ ਭਾਈ ਦਾ ਸੋਨੇ ਹੋਰੀ ਵਿਛੇ ਤੜ ਤੇ ਪੁੱਜੇ ਲਓ ਇੱਕ ਗੱਭਰੂ ਆ ਵੀ ਸੋਨਾ ਘਾਲੀ ਹੈ ਉਧਰਲੇ ਬੰਨੇ ਕਹਿੰਦੇ ਵੀ ਕੁਲਦੀਪ ਚੰਨਣ ਵਾਲ ਦੀ ਧਰਤੀ ਦੇ ਗੱਭਰੂ ਨੇ ਫੈਸਲਾ ਕੀਤਾ ਚੱਲ ਵੀ ਹਰਦਾਸੇ ਵਾਲਿਆ ਪਾ ਕਬੱਡੀ ਦੋ ਵੀਰ ਕਹਿੰਦੇ ਵੀ ਸਰਾਵਾਂ ਦੇ ਖੇਡਦੇ ਦੋ ਵੀਰ ਕਹਿੰਦੇ ਵੀ ਹਰਦਾਸੇ ਦੇ ਹੈਲੋ ਹੈਲੋ ਮੇਰੇ ਵੀਰ ਲੈਣ ਤੋਂ ਪਿੱਛੇ ਹੋ ਜਾਓ ਵੀਰੇ ਲੈਣ ਤੋਂ ਪਿੱਛੇ ਹੋ ਜਾਓ ਮੇਰਾ ਵੀਰ ਹਾਂਜੀ ਕਲੀ ਵਾਲਾ ਵੀਰ ਮੇਰਾ ਵੀਰ ਕਲੀ ਪਾਵੇ ਜੀ ਕਲੀ ਵਾਲਾ ਵੀਰ ਹਾਂਜੀ ਪ੍ਰਧਾਨ ਸਾਹਿਬ ਜੀ ਆਨੰਦ ਮਾਣ ਰਹੇ ਨੇ ਟੂਰਨਾਮੈਂਟ ਦਾ
हाँ जी राजविंदर सिंह जी सोढ़ी भुट्टा बाई जी बहुत धन्यवाद है इन्होंने पहला नाम देना जी ਬਰਾੜ ਸਾਹਿਬ ਵੱਲੋਂ ਗਗਨਾ ਨੂੰ ਜੱਫਾ ਲਾਉਣ ਤੇ 100 ਰੁਪਏ ਨਗਦ ਨਾਮ ਜੀ ਗਗਨਾ ਆਪਣਾ ਨਾਮ ਬਾਅਦ ਚ ਲੈ ਜਾਵੇ ਸਰਦਾਰਸੇ ਵਾਲਿਆ ਆ ਨੌਜਵਾਨਾਂ ਕਬੱਡੀ ਲਾਓ ਖੇਡ ਮੈਦਾਨ ਵਿੱਚ ਸਰਦਾਰ ਸੂਬਾ ਸਿੰਘ ਜੀ ਗਿੱਲ ਸਾਹਿਬ ਨੇ ਵੀ ਐਲਾਨ ਕਰ ਦਿੱਤਾ ਵੀ ਹਰੇਕ ਪੁਆਇੰਟ ਤੇ ਜਿਹੜਾ 700 ਰੁਪਇਆ ਦਿੱਤਾ ਜਾਣਾ ਜਿੰਨੇ ਵੀ ਜਾਫੀ ਜੱਫੇ ਲਾਉਣਗੇ ਦੋ ਤਲਵੰਡੀ ਦੇ ਇੱਕ ਗਗੜੇ ਦਾ ਉਧਰਲੇ ਬੰਨੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਹੀਰਿਆ ਪਾ ਕਬੱਡੀ ਜਦੋਂ ਕਹਿੰਦੇ ਵੀ ਕੋਈ ਤਗੜੀ ਰੇਡ ਤੇ ਤਗੜਾ ਜੱਫਾ ਲੱਗਾ ਤੇ ਦਰਸ਼ਕਾਂ ਨੇ ਜਿਹੜੀਆਂ ਤਾੜੀਆਂ ਫਿਰ ਆਪ ਹਾਰੇ ਮਾਰਨੀਆਂ ਉਧਰਲੇ ਬੰਨੇ ਸੋਢੀ ਸਾਹਿਬ ਖੜੇ ਹੈ ਉਹਨਾਂ ਨੇ ਵੀ ਕਿਹਾ ਵੀ ਜਿੰਨੇ ਜੱਫੇ ਤੋਂ ਹੀ ਪਾਸੇ ਲੱਗਦੇ ਹੈ ਉਹਨੇ ਜਿਹੜੇ 700 ਰੁਪਏ ਦਿੱਤੇ ਜਾਣਗੇ ਕਬੱਡੀ ਦੇ ਖੇਡ ਮੈਦਾਨਾਂ ਵਿੱਚ ਚੱਲ ਵੀ ਨੌਜਵਾਨਾਂ ਉਧਰਲੇ ਬੰਨੇ ਸੋਨਾ ਕਾਲੀ ਮੈਂ ਦੇਖਦਾ ਵੀ ਅੱਜ ਜਿੱਤ ਕਿਸ ਟੀਮ ਦੇ ਨਸੀਬ ਵਿੱਚ ਹੋਣੀ ਹੈ ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਵਿੱਚ ਕਿਸ ਖਿਡਾਰੀ ਨੇ ਕਬੱਡੀ ਪਾਉਣੀ ਲਗਾਤਾਰ ਕਹਿੰਦੇ ਵੀ ਸਾਧੂ ਸਿੰਘ ਦਾ ਪੁੱਤ ਕਬੱਡੀ ਪਾ ਰਿਹਾ ਪਿਛਲੇ ਸਾਲ ਕਹਿੰਦੇ ਵੀ ਇਸੇ ਖਿਡਾਰੀ ਨੇ ਇਸੇ ਗਰਾਊਂਡ ਦੇ ਵਿੱਚ ਵੀ ਕਬੱਡੀਆਂ ਬਹੁਤ ਤਕੜੀਆਂ ਪਾਈਆਂ ਤੇ ਅੱਜ ਵੀ ਉਹੀ ਸਾਲ ਦਾ ਕਹਿੰਦੇ ਵੀ ਸੀਨ ਇੱਕ ਬੰਨੇ ਤਲਵੰਡੀ ਭਾਈ ਦੇ ਚਾਰ ਜਾਫੀਆਂ ਵਿੱਚੋਂ ਕਿਹੜਾ ਖਿਡਾਰੀ ਕਹਿੰਦੇ ਵੀ ਸਾਰ ਜਿੰਨੀ ਜਾਣ ਲੱਗ ਕੇ ਇਸ ਨੌਜਵਾਨ ਨੂੰ ਡੱਕਣ ਦੀ ਕੋਸ਼ਿਸ਼ ਕਰੇਗਾ ਉਧਰਲੇ ਬੰਨੇ ਲਾਲੇ ਤਲਵੰਡੀ ਦਾ ਪੁੱਤ ਹੈ ਖੇਡ ਮੈਦਾਨ ਵਿੱਚ ਦੇਖਦੇ ਹੈ ਨੌਜਵਾਨ ਇਧਰਲੇ ਬੰਨੇ ਸਾਧੂ ਨੇ ਵੀ ਕਬੱਡੀ ਖੇਡੀ ਉਧਰਲੇ ਬੰਨੇ ਤਲਵੰਡੀ ਦੇ ਲਾਲੇ ਨੇ ਵੀ ਬਹਿਜਾ ਬਹਿਜਾ ਕਰਵਾਈ ਹੈ ਕਬੱਡੀ ਦੇ ਖੇਤਰ ਵਿੱਚ ਚੱਲ ਵੀ ਬਲਜੀਤ ਪਾ ਕਬੱਡੀ ਨੌਜਵਾਨਾਂ ਖੇਡ ਮੈਦਾਨ ਵਿੱਚ ਰੇਡਰਾਂ ਚੋਂ ਰੇਡਰ ਦਦਾਰੇ ਦਾ ਪ੍ਰੀਤ ਬਈ ਖੋਸਿਆਂ ਦੇ ਬੀਤੇ ਦੀ ਤਾਂ ਬਾਹਲੀ ਆ ਸਪੀਡ ਬਈ ਉਧਰਲੇ ਬੰਨੇ ਕਹਿੰਦੇ ਵੀ ਸ਼ੱਕੀ ਕਰ ਦਿੰਦੇ ਆ ਚਾਰੇ ਜਾਫੀ ਜਿਹੜੇ ਨਾਲ ਕਹਿੰਦੇ ਵੀ ਮੀਨਿਓ ਪਿੰਡ ਹੈ ਪੀਤੋ ਨਾਮ ਹੈ ਇਸ ਖਿਡਾਰੀ ਦਾ ਉਧਰਲੇ ਬੰਨੇ ਚਾਰੇ ਜਾਫੀ ਹੁਣ ਦੇਖਾਂਗੇ ਵੀ ਚਾਹਾਂ ਵਿੱਚੋਂ ਕਿਹੜਾ ਖਿਡਾਰੀ ਇਸ ਨੌਜਵਾਨ ਨੂੰ ਕਹਿੰਦੇ ਵੀ ਚੀਣ ਦੀ ਕੰਧ ਬਣ ਮੂਹਰੇ ਹੋਖੜਾ ਹੁੰਦਾ ਉਧਰਲੇ ਬੰਨੇ ਅੰਬੂ ਕਾਲੀ ਕਹਿੰਦੇ ਵੀ ਕਾਲੇ ਸੰਗਿਆਂ ਦੇ ਤਾਜੇ ਨੂੰ ਵੱਧ ਜਾਫੇ ਲਾਉਣ ਵਾਲਾ ਜਾਫੀ ਹੈ ਸੱਜੇ ਖੱਬੇ ਖੱਬੇ ਸੱਜੇ ਨਹੀਂ ਰੀਸਾ ਬਿਲਕੁਲ ਗੁੱਡ ਜਜਮੈਂਟ ਹੈ ਰੌਲਾ ਨਹੀਂ ਜੀ ਰੌਲਾ ਨਹੀਂ ਕਲੀ ਪਾ ਦਿੱਤੀ ਜਾਵੇ ਜੀ ਲੈਣਾ ਦੇ ਉੱਪਰ ਇਧਰਲੇ ਬੰਨੇ ਢਾ ਕੇ ਰੇਡਰ ਨੂੰ ਕਰ ਦਿੰਦਾ ਸ਼ੱਕੀ ਹੈ ਚੋਟੀ ਦਾ ਖਿਡਾਰੀ ਇਹ ਗੱਲ ਯਾਰ ਉਹ ਪੱਕੀ ਹੈ ਰੌਲਾ ਨਹੀਂ ਪਾਉਣਾ ਮੇਰੀ ਬੇਨਤੀ ਹੈ ਰੌਲਾ ਨਹੀਂ ਕਲੀ ਪਾ ਦਿਓ ਜੀ ਲੈਣਾ ਦੇ ਉੱਪਰ ਬਿੱਲੇ ਰੌਲਾ ਨਹੀਂ ਮੇਰੀ ਬੇਨਤੀ ਹੈ ਲੜਨਾ ਨਹੀਂ ਮੇਰਾ ਵੀਰ ਰੈਫਰੀ ਨੂੰ ਕੈਂਟੂ ਪ੍ਰਾਂਤੂ ਨਹੀਂ ਮੇਰਾ ਵੀਰ ਕਹਿੰਦੇ ਕਰਨੀ ਰੌਲਾ ਨਹੀਂ ਰੌਲਾ ਨਹੀਂ ਮੇਰੀ ਬੇਨਤੀ ਲੈਣਾ ਦੇ ਉੱਪਰ ਕਲੀ ਪਾ ਦਿਓ ਜੀ ਜਲਦੀ ਨਾਲ ਖਿਡਾਰੀ ਦੇ ਨਾਲ ਉਧਰਲੇ ਬੰਨੇ ਕਿਸੇ ਖਿਡਾਰੀ ਨੇ ਰੈਫਰੀ ਦੇ ਨਾਲ ਕੋਈ ਬਹਿਸਬਾਜ਼ੀ ਨਹੀਂ ਕਰਨੀ ਇੱਕ ਵਿੱਚ ਜ਼ੋਰ ਹੈ ਤਾਂ ਉਧਰਲੇ ਬੰਨੇ ਕਹਿੰਦੇ ਵੀ ਤਲਵੰਡੀ ਭਾਈ ਦੇ ਕਹਿੰਦੇ ਵੀ ਰਮਨੇ ਨੇ ਬਹੁਤ ਤਕੜਾ ਜੱਫਾ ਲਾ ਦਿੱਤਾ ਚੱਲ ਵੀ ਨੌਜਵਾਨਾਂ ਪਾ ਕਬੱਡੀ ਕੱਲੇ ਕੱਲੇ ਗੱਭਰੂ ਤੇ ਰੋਹ ਪੂਰਾ ਚੜਿਆ ਕੌਣ ਜਾਊ ਭਾਜੀ ਯਾਰ ਕੌਣ ਜਾਊ ਫੜਿਆ ਲੱਖ ਲੱਖ ਦੀ ਕਬੱਡੀ ਅੱਜ ਪਾਉਣਗੇ ਇਹ ਕੱਲੇ ਕੱਲੇ ਮਿੱਤਰੋ ਜੱਫਾ ਜਿਹੜੇ ਜਿਹੜੇ ਜਾਫੀ ਨੇ ਲਾਤਾ ਹੋਜੂ ਅੱਜ ਉਹਦੀ ਬੱਲੇ ਬੱਲੇ ਮਿੱਤਰੋ ਕਬੱਡੀ ਕਹਿੰਦੇ ਵੀ ਪੰਡੋਰੀ ਪਿੰਡ ਦੇ ਮੋਨੇ ਨੇ ਪਾਈ ਹੈ ਉਧਰਲੇ ਬੰਨੇ ਨੌਜਵਾਨ ਗੱਭਰੂ ਕਹਿੰਦੇ ਵੀ ਸੋਨਾ ਘਾਲੀ ਹੈ ਵੱਜੀ ਹੋਈ ਪੁੱਛ ਤੇ ਕੱਢਿਆ ਹੋਇਆ ਬਾਹਰ ਹੈ ਕਹਿੰਦੇ ਵੀ ਜਾਣ ਲਾ ਕੇ ਜਾਫਾ ਲਾਉਂਦਾ ਸੋਨਾ ਯਾਰ ਉਹ ਘਾਲੀ ਬਈ ਜਿਸ ਨੌਜਵਾਨ ਦੀ ਕਬੱਡੀ ਕਹਿੰਦੇ ਜੱਗ ਤੋਂ ਨਰਾਲੀ ਬਈ ਉਧਰਲੇ ਬੰਨੇ ਨਾਲ ਅੰਬੂ ਤੇ ਨਾਲ ਮੰਗਲ ਪਾਉਂਦੇ ਧਾਵੀਆਂ ਨੂੰ ਸੰਗਲੇ ਗੱਲ ਪੱਕੀ ਹੈ ਕਹਿੰਦੇ ਘੇਰ ਕੇ ਰੇਡਰ ਨੂੰ ਕਰ ਦਿੰਦੇ ਇਹ ਮੁੰਡੇ ਛੱਕੀ ਹੈ ਆ ਵੀ ਨੌਜਵਾਨਾਂ ਉਧਰਲੇ ਬੰਨੇ ਸਭ ਤੋਂ ਵੱਧ ਜਿਹੜੇ ਜਾਫੇ ਹੈ ਇਸ ਸੀਜ਼ਨ ਦੇ ਵਿੱਚ ਮਾਲਵਾ ਕਬੱਡੀ ਕਲੱਬ ਮੋਗੇ ਦੀ ਟੀਮ ਨੇ ਲਾਏ ਹੈ ਜਿਹੜੀ ਟੀਮ ਦੇ ਬਿਹੜੇ ਕਬੱਡੀ ਪੈ ਰਹੀ ਹੈ ਸਰਦਾਰ ਸਾਧੂ ਸਿੰਘ ਦੇ ਪੁੱਤ ਦੀ ਉਧਰਲੇ ਬੰਨੇ ਚਾਰੇ ਜਾਫੀ ਡਗੜੇ ਪਿੰਡ ਦੀ ਧਰਤੀ ਦਾ ਕਹਿੰਦੇ ਵੀ ਬਲਜੀਤ ਸਿੰਘ ਬਿੱਲਾ ਨੌਜਵਾਨ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਇੱਕ ਬੰਨੇ ਲੱਗੀ ਹੋਈ ਜਾਨ ਉਧਰਲੇ ਬੰਨੇ ਪੁਆਇੰਟ ਜਿਹੜਾ ਹਰਦਾਸੇ ਦੇ ਸੁੱਖ ਦਾ ਕਿ ਸੁੱਖਾਂ ਸੁੱਖ ਦੀ ਨੂੰ ਇਹ ਦਿਨ ਆਏ ਨੀ ਬੰਨਾ ਬੰਨੀ ਬਾਹਰ ਖੜੇ ਪਾਣੀ ਵਾਰ ਲੈ ਬੰਨੇ ਦੀ ਮਾਏ ਨੀ ਬੰਨਾ ਬੰਨੀ ਬਾਹਰ ਖੜੇ ਲਾਓ ਉਧਰਲੇ ਬੰਨੇ ਕਬੱਡੀ ਫੇਰ ਨੌਜਵਾਨ ਗੱਭਰੂ ਹਲਕੇ ਹਲਕੇ ਕਦਮਾਂ ਨਾਲ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ ਇੱਕ ਬੰਨੇ ਹੀਰਾ ਦੂਸਰੇ ਬੰਨੇ ਦੇਵ ਸਿੰਘ ਪ੍ਰਧਾਨ ਦਾ ਪੁੱਤ ਕੋਸ਼ਿਸ਼ ਕਰਦਾ ਹੋਇਆ ਚੱਲ ਵੀ ਨੌਜਵਾਨਾਂ ਲਿਸ਼ਕ ਦੇ ਪਿੰਡੇ ਪੈਣ ਪੱਟਾਂ ਵਿੱਚ ਘੁੱਗੀਆਂ ਕਿ ਸਾਨਾ ਵਾਲੇ ਭੇੜਾਂ ਵਿੱਚੋਂ ਤਾਕਤਾਂ ਨਿਕਲੀਆਂ ਉਧਰਲੇ ਬੰਨੇ ਗਾਲਬ ਦੇ ਬਿੱਲੇ ਨੇ ਕਹਿੰਦੇ ਵੀ ਕਲੀ ਲਵਾ ਲਈ ਹੱਥਾਂ ਨੂੰ ਕਿਹੜਾ ਕਹਿੰਦੇ ਵੀ ਨਿਸ਼ਾਨ ਚਿੰਨ ਖੇਡ ਮੈਦਾਨ ਵਿੱਚ ਆ ਵੀ ਨੌਜਵਾਨਾਂ ਗਗਨੇ ਕੋਈ ਚੰਗਾ ਪ੍ਰਦਰਸ਼ਨ ਨਹੀਂ ਗੱਭਰੂਆ ਤਿਆਰੀ ਫੜ ਲਾ ਨੌਜਵਾਨਾਂ ਇੱਕ ਅੱਧੇ ਪਾਰ ਤੇ ਜਿੱਤ ਹਾਰ ਦੀਆਂ ਗੱਲਾਂ ਪੱਟੀ ਹੋਈ ਫੁੱਜ ਇੱਕ ਬੰਨੇ ਰਮਨ ਤਲਵੰਡੀ ਦਾ
ਉਧਰਲੇ ਬੰਨੇ ਦੇਖਦੇ ਵੀ ਨੌਜਵਾਨ ਨੇ ਫਾਟਕ ਬੰਦ ਕਰ ਦਿੱਤੇ ਆ, ਪੱਟੀ ਹੋਈ ਖੁੱਚ ਹੈ, ਬਾਹਰ ਨੌਜਵਾਨਾਂ ਵੱਜੀਆਂ ਤਾੜੀਆਂ ਦੇ ਵਿਚਕਾਰ ਹੁਣ ਜੱਫਾ ਲੱਗ ਚੁੱਕਾ ਮੇਰੇ ਵੀਰੋ ਕਹਿ ਲਈਏ ਇਸ ਜਾਫੀ ਦੇ ਕਦਮ ਚੁੰਮਦੀ ਹੋਈ ਚੱਲ ਵੀ ਬਲਜੀਤ ਪਾ ਕਬੱਡੀ ਨੌਜਵਾਨਾਂ ਅੱਧੇ ਪੁਆਇੰਟ ਤੇ ਕਹਿ ਲਈਏ ਵੀ ਜਿੱਤ ਹਾਰੀ ਆ ਜਿਹੜੀ ਟੀਮ ਪਹੁੰਚੀ ਹੈ ਯਾਰ ਇੱਕ ਮਿੰਟ ਗਰਾਊਂਡ ਚੋਂ ਤੁਸੀਂ ਬਾਹਰ ਬੈਠੋ ਆ ਜਿਹੜੀ ਟੀਮ ਗਰਾਊਂਡ ਦੇ ਵੱਲ ਆਈ ਆ ਮਨਸੂਰ ਵੱਲ ਤੁਹਾਨੂੰ ਪਤਾ ਵੀ ਮੈਚ ਚੱਲਦਾ ਮੈਚ ਬਹੁਤ ਤਕੜਾ ਉਧਰਲੇ ਬੰਨੇ ਫਿਰ ਕਬੱਡੀ ਤੱਕੀਏ ਵੀ ਬਲਜੀਤ ਨੇ ਪਾਈ ਹੈ ਇੱਕ ਬੰਨੇ ਦਾਦਰ ਦੇ ਕਬੱਡੀ ਕੱਪ ਦਾ ਬੈਸਟ ਯਾਫੀ ਕਹਿੰਦੇ ਵੀ ਮੰਗਲ ਘਾਲੀ ਥੋੜੀ ਸੱਟ ਲੱਗੀ ਉਧਰਲੇ ਬੰਨੇ ਸੋਨਾ ਘਾਲੀ ਮੇਰੇ ਵੀਰੇ ਉੱਖੜ ਦੇ ਪੈਰ ਹਾਂਜੀ ਬਰਾੜ ਸਾਹਿਬ ਵੱਲੋਂ ਗਗਨੇ ਤਲਵੰਡੀ ਭਾਈ ਨੂੰ 100 ਰੁਪਇਆ ਹੋਰ ਵਾਹ ਇਹਨੂੰ ਕਹਿੰਦੇ ਵੀ ਸਿਆਣੀ ਤੇ ਸੱਚੀ ਖੇਡ ਹੈ ਬਲਜੀਤ ਬੜਾ ਸਿਆਣਾ ਤੇ ਸਾਊ ਖਿਡਾਰੀ ਹੈ ਬੜਾ ਬੇਅੰਤੀ ਹੈ ਚੱਲ ਵੀ ਨੌਜਵਾਨਾਂ ਘਾਲਾ ਵਾਲਿਆਂ ਨੇ ਬੁਲਟ ਮੋਟਰਸਾਈਕਲ ਦਿੱਤਾ ਸ਼ਿੰਦੇ ਵੀਰ ਮੱਥਾ ਟੇਕ ਕੇ ਜਲਦੀ ਇੱਧਰ ਆ ਜਾਓ ਕਿਉਂਕਿ ਮੈਚ ਪੂਰੀ ਜਾਣ ਲੱਗੀ ਪਈ ਹੈ ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਵਿੱਚ ਆਦਰ ਕੋਈ ਗੱਲ ਨੀ ਜੀ ਪਸੀਨਾ ਚੋਂਦਾ ਮੁੱਖ ਚੋਂ ਪਾਣੀ ਨਹੀਂ ਪਾਉਣਾ ਕਿਸੇ ਵੀਰ ਨੇ ਕਬੱਡੀ ਜਿਹੜੀ ਸੁੱਖ ਹਰਦਾਸੇ ਦੀ ਉਧਰਲੇ ਬੰਨੇ ਹਰਦਿਆਲ ਪੁੱਜਿਆ ਨਾਲ ਮੈਂ ਦੇਖਾਂਗਾ ਵੀ ਤਲਵੰਡੀ ਦੇ ਚਾਰੇ ਜਾਫੀ ਕਾਉਣ ਗਬਰੂ ਇਸ ਨੌਜਵਾਨ ਨੂੰ ਡੱਕਣ ਦੀ ਕੋਸ਼ਿਸ਼ ਕਰਦਾ ਇੱਕ ਬੰਨੇ ਰਮਨਾ ਤਲਵੰਡੀ ਦਾ ਬਾਰ ਬਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਸਫਲਤਾ ਕਿਸ ਟੀਮ ਦੇ ਅੱਜ ਸਾਡੇ ਜਗਦੇਵ ਸਿੰਘ ਜੀ ਰਸਾਕਸੀ ਦੇ ਪਹਿਲਵਾਨ ਹੈ ਖਿਡਾਰੀ ਹੈ ਔਰ ਬਲਜੀਤ ਦੇ ਲਈ ਵੱਡੇ ਮਾਨ ਭੇਜਦੇ ਆਪਾਂ ਧੰਨਵਾਦ ਕਰਦੇ ਹਾਂ ਕਬੱਡੀ ਕਹਿੰਦੇ ਵੀ ਪੰਡੋਰੀ ਦੇ ਅਮਨਦੀਪ ਮੋਨੇ ਨੇ ਪਾਈ ਹੈ ਉਹੀ ਖਿਡਾਰੀ ਹੈ ਮਾਨ ਨੌਜਵਾਨਾਂ ਕਹਿੰਦੇ ਵੀ ਭੱਜਿਆ ਹੁੰਦਾ ਸਪੀਡ ਪੱਟੀ ਹੈ ਵੀ ਮੈਨੂੰ ਕਿਤੇ ਕਹਿੰਦੇ ਵੀ ਘੱਲਾਂ ਵਾਲਾ ਗੱਭਰੂ ਡੱਕ ਨਾ ਲਵੇ ਚੱਲ ਵੀ ਨੌਜਵਾਨਾਂ ਪਾ ਕਬੱਡੀ ਗੱਭਰੂ ਆ ਖੇਡ ਮੈਦਾਨ ਵਿੱਚ ਕਿਸ ਖਿਡਾਰੀ ਦੀ ਹੁਣ ਕਬੱਡੀ ਹੋਵੇਗੀ ਵੱਜ ਗਈਆਂ ਚੀਕਾਂ ਵੱਜ ਗਈਆਂ ਤਾੜੀਆਂ ਉਧਰਲੇ ਬੰਨੇ ਰਾਹ ਦੇ ਵਿੱਚ ਬੈਠੀ ਹੋਣੀ ਜਾਣ ਕੇ ਦੁੱਲਿਆ ਵੇ ਟੋਕਰਾ ਚੁਕਾ ਦੇ ਆਣ ਕੇ ਆ ਵੀ ਨੌਜਵਾਨਾਂ ਹਰਦਾਸੇ ਵਾਲਿਆ ਹੌਸਲਾ ਕਰ ਜਾਲ ਲੱਗਣੀ ਇੱਥੇ ਗੱਭਰੂਆ ਨੌਜਵਾਨਾਂ ਆ ਸੱਪਾਂ ਦੀ ਸਰੀਰ ਤੋਂ ਨੋਟ ਚੱਕਣ ਵਾਲੀ ਕਬੱਡੀ ਠੀਕ ਆ ਜੀ ਪ੍ਰਧਾਨ ਜੀ ਬਹੁਤ ਮਿਹਰਬਾਨੀ ਕਬੱਡੀ ਬਹੁਤ ਤਕੜੀ ਉਧਰਲੇ ਬੰਨੇ ਸੁੱਖ ਹਰਦਾਸੇ ਨੇ ਫੇਰ ਕਬੱਡੀ ਪਾਈ ਹੈ ਕਿਉਂਕਿ ਮੈਚ ਬੜਾ ਵੱਡਾ ਮੈਚ ਹੈ ਉਧਰਲੇ ਬੰਨੇ ਆਸਾਨ ਜਿਹਾ ਤੇ ਹਲਕਾ ਜਿਹਾ ਟੈਕ ਲਾ ਕੇ ਆ ਕਹਿੰਦੇ ਵੀ ਆਉਂਦਾ ਸਾਧੂ ਸਿੰਘ ਦਾ ਪੁੱਤ ਬੁੱਕ ਦਾ ਅੰਗਰੇਜ਼ ਫਿੱਡੂ ਜਲਦੀ ਲੰਘੋ ਮੇਰੀ ਵੀ ਅੱਗੇ ਤੇ ਸਾਹਿਬ ਦੇ ਹੋ ਕੇ ਬੈਠੋ ਉੱਥੇ ਬਾਉਂਡਰੀ ਲਾਈਨ ਤੋਂ ਬਾਹਰ ਬੈਠੋ ਉਧਰਲੇ ਬੰਨੇ ਕਬੱਡੀ ਦਾ ਵੀ ਹੀਰਾ ਨਾਮ ਵੀ ਹੀਰਾ ਮੀਨੀਓ ਪਿੰਡ ਵਾਲਿਆ ਨੌਜਵਾਨਾਂ ਦੇਖਦੇ ਵੀ ਜਾਂ ਅੰਬੂ ਕਾਲੀ ਉਧਰਲੇ ਬੰਨੇ ਮੰਗਲ ਹੈ ਬਾਹਰ ਨੌਜਵਾਨਾਂ ਕਹਿੰਦੇ ਵੀ ਚਿੰਬੜਿਆ ਆਉਂਦਾ ਗੱਭਰੂ ਉੱਡਣੇ ਭਰਿੰਡ ਵਰਗਾ ਇੱਥੇ ਰੱਖ ਤੇ ਪੁਆਇੰਟ ਬਿਲਕੁਲ ਗੁੱਡ ਜਜਮੈਂਟ ਰਾਲਾ ਨਹੀਂ ਪੁਆਇੰਟ ਰੇਡਰ ਦਾ ਸੱਚੀ ਬੋਲੀ ਬੋਲਿਆ ਮੇਰਾ ਵੀਰ ਬਿੱਲਾ ਗਾਲਬ ਦਾ ਔਰ ਬੜੀ ਤਕੜੀ ਪੁਸ਼ ਵੱਜੀ ਸਾਨਾਂ ਦੇ ਪੇੜ ਹੌਸਲੇ ਵੱਡੇ ਹੌਸਲੇ ਵੱਡੇ ਆ ਮੇਰੇ ਵੀਰੋ ਖੇਡ ਮੈਦਾਨ ਵਿੱਚ ਮਰੀਕ ਦਾ ਕਹਿੰਦੇ ਵੀ ਵੱਡਾ ਵੀਰ ਨੌਜਵਾਨ ਗੱਭਰੂ ਜਿਹੜਾ ਕਬੱਡੀ ਭਾਰਿਆ ਖੋਸੇ ਕੋਟਲੇ ਪਿੰਡ ਵਾਲਾ ਖੇਡ ਮੈਦਾਨ ਵਿੱਚ ਤੱਕੀਏ ਉਧਰਲੇ ਬੰਨੇ ਗਵਾਂਢੀ ਜੇ ਪਿੰਡ ਆ ਬਿੱਲੇ ਦਾ ਪਿੰਡ ਗਗੜਾ ਤੇ ਇਧਰਲੇ ਬੰਨੇ ਖੋਸਾ ਕੋਟਲਾ ਚਾਰੇ ਜਾਫੀ ਬਹਿ ਜਾਓ ਮੇਰੇ ਵੀਰੋ ਪਾਸੇ ਹੋ ਕੇ ਬੈਠੋ ਕਿਰਪਾ ਕਰਕੇ ਆ ਗੱਭਰੂ ਬਿੱਲਾ ਗਗੜੇ ਦੀ ਧਰਤੀ ਦਾ ਗੱਭਰੂ ਹੈ ਇੱਕ ਬੰਨੇ ਨੱਚਦੀ ਜਵਾਨੀ ਆਈਸ਼ਾ ਵਾ ਆ ਨੱਚਦੀ ਜਵਾਨੀ ਆਈਸ਼ਾ ਵਾ ਚੱਲ ਵੀ ਨੌਜਵਾਨਾਂ ਬਲਜੀਤ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ ਕਹਿੰਦੇ ਵੀ ਪਾਸੇ ਦੇ ਉੱਪਰ ਸੁੱਖਾਂ ਦਾ ਤਵੀਤ ਬੰਨਿਆ ਹੋਇਆ ਇਸ ਖਿਡਾਰੀ ਦੇ ਕਹਿੰਦਾ ਸੋਨੇ ਦਾ ਤਵੀਤ ਤੂੰ ਕਰਾਇਆ ਕਿ ਮੁੰਡਿਆਂ ਦੇ ਦਿਲ ਹਿੱਲ ਗਏ ਨਾਲੇ ਹਿੱਲ ਗਿਆ ਸ਼ਹਿਰ ਗੁਰਾਇਆ ਅੱਜ ਕਈਆਂ ਦੇ ਦਿਲ ਹਿੱਲ ਜਾਣੇ ਹੈ ਕਬੱਡੀ ਬਲਜੀਤ ਨੇ ਪਾ ਦਿੱਤੀ ਹੈ ਚਾਰ ਜਾਫੀ ਮੈਂ ਦੇਖਾਂਗਾ ਉਧਰਲੇ ਬੰਨੇ ਸੋਨੇ ਘਾਲੀ ਨਾਲ ਫੇਰ ਮੁਕਾਬਲਾ ਖੇਡ ਮੈਦਾਨ ਵਿੱਚ ਸੱਜੇ ਕਦੇ ਖੱਬੇ ਬੜਾ ਤਕਨੀਕੀ ਤੇ ਬੜਾ ਸਾਊ ਖਿਡਾਰੀ ਇੱਥੇ ਰੱਖ ਬਾਹਰ ਨੌਜਵਾਨਾਂ ਉਧਰਲੇ ਬੰਨੇ ਦੇਖਿਆ ਵੀ ਦਰਸ਼ਕ ਵੀਰੋ ਕਹਿ ਲਈਏ ਵੀ ਮੈਚ ਬਹੁਤ ਹੀ ਤਕੜਾ ਤੇ ਬਹੁਤ ਹੀ ਆਨੰਦਪੂਰਕ ਜਿਹੜਾ ਮੈਚ ਹੈ ਚੱਲ ਵੀ ਨੌਜਵਾਨਾਂ ਵਾਰੋ ਵਾਰੀ ਕਬੱਡੀ ਪੈਂਦੀ ਹੈ ਉਧਰਲੇ ਬੰਨੇ ਸੁੱਖ ਨੇ ਪਾਈ ਹੋਈ ਕਬੱਡੀ ਸੱਸੇ ਉੱਤੇ ਸੁੱਖ ਆ ਯਾਰੋ ਸੱਸੇ ਤੇ ਸਰੂਰ ਹੈ ਸੱਸੇ ਤੇ ਸਲੀਨਾ ਪਿੰਡ ਕੌਡੀ ਚ ਮਸ਼ਹੂਰ ਹੈ ਅੱਜ ਕਹਿੰਦੇ ਵੀ ਸੱਸੇ ਜੁੜੇ ਹੋਏ ਹੈ ਉਧਰਲੇ ਬੰਨੇ ਤਲਵੰਡੀ ਤੇ ਗਗਨ ਦੀ ਗੱਲ ਹੈ ਖੇਡ ਮੈਦਾਨ ਵਿੱਚ ਦਿਖਦੇ ਹੈ ਵਾਹ ਗੱਭਰੂਆ ਕਹਿੰਦੇ ਵੀ ਕੱਦ ਨਿੱਕਾ ਕੰਮ ਵੱਡੇ ਹੈ ਆ ਗੱਭਰੂਆ ਪਾ ਕਬੱਡੀ ਅਮਨਦੀਪ ਮੋਨਾ ਕਹਿੰਦੇ ਵੀ ਕਬੱਡੀ ਦਾ ਸੁਪਰ ਸਟਾਰ ਖਿਡਾਰੀ ਕਬੱਡੀ ਪਾਉਂਦਾ ਹੋਇਆ ਕਹਿੰਦੇ ਵੀ ਸਾਊ ਜੇ ਸਵਾ ਵਿੱਚੋਂ ਜਦੋਂ ਨਿੰਮਾ ਨਿੰਮਾ ਹੱਸਦਾ ਤੇ ਜਾਨ ਲੁੱਟ ਲੈਂਦਾ ਇਹ ਕਬੱਡੀ ਦਾ ਖਿਡਾਰੀ ਮੇਰੇ ਵੀਰੋ ਉਧਰਲੇ ਬੰਨੇ ਚਾਰ ਜਾਫੀ ਘਲਾਂ ਦੀ ਟੀਮ ਦੇ ਨਾਲ ਕਹਿੰਦੇ ਵੀ ਮੁਕਾਬਲਾ ਕਿਸ ਖਿਡਾਰੀ ਨਾਲ ਖੇਡ ਮੈਦਾਨ ਵਿੱਚ ਦੱਸਾਂਗੇ ਤੇ ਪੁਆਇੰਟ ਆ ਗੱਭਰੂ ਤਲਵੰਡੀ ਭਾਈ ਦੇ ਟੀਮ ਦੇ ਹਿੱਸੇ ਜੁੜਦਾ ਹੋਇਆ ਹੁਣ ਮੱਥੇ ਹਾਂਜੀ ਵੀਰੇ ਲੈਣ ਛੱਡ ਦਿਓ ਪਿੱਛੇ ਜੀ ਪਤਾ ਨਹੀਂ ਲੱਗਦਾ
ਬਹਿ ਜਾਓ ਮੇਰੇ ਵੀਰ ਜਿਹੜੇ ਬਾਕੀ ਸਤਿਕਾਰ ਜੀ ਕਲੀ ਵਾਲਾ ਵੀਰ ਮੇਰਾ ਵੀਰ ਕਲੀ ਪਾਵੇ ਜੀ ਬਹਿ ਜਾਓ ਮੇਰੀ ਬੇਨਤੀ ਵੀ ਮੈਚ ਹੁਣ ਦੇਖਾਂਗੇ ਵੀ ਕਿਹੜੀ ਟੀਮ ਨੇ ਚਿੱਟਗੜ ਜਿੱਤਣਾ ਤੇ ਲਾਓ ਦੂਸਰੇ ਬੰਨੇ ਉਹੀ ਜਾਫੀ ਜਿਹਨੇ ਟੀਮਾਂ ਵਾਲੇ ਦੇ ਕਬੱਡੀ ਕੱਪ ਦੇ ਇੱਕ ਜਾਫਾ ਲਾ ਕੇ ਬੱਲੇ ਬੱਲੇ ਕਰਵਾਈ ਆ ਪਰ ਅੱਜ ਖੋਸੇ ਕੋਟ ਦਾ ਨਰਪੈ ਵੀ ਬੁੱਕ ਦਾ ਆਉਂਦਾ ਚੱਲ ਵੀ ਤਲਵੰਡੀ ਵਾਲਿਆ ਪਾ ਹੀ ਰਿਹਾ ਕਬੱਡੀ ਕਬੱਡੀ ਦਾ ਹੀਰਾ ਉਧਰਲੇ ਬੰਨੇ ਦੇਖਦੇ ਵੀ ਅਨੇਕਾਂ ਟੂਰਨਾਮੈਂਟ ਜਿੱਤ ਚੁੱਕੀ ਟੀਮ ਕੱਲਾਂ ਦੀ ਤੇ ਤਲਵੰਡੀ ਦੀ ਆਮੋ ਸਾਹਮਣੇ ਦਰਸ਼ਕ ਵੀਰ ਵੀ ਇਹ ਚਾਹੁੰਦੇ ਸਨ ਕਿ ਟੀਮਾਂ ਜਿਹੜੀਆਂ ਆਮੋ ਸਾਹਮਣੇ ਹੋਣ ਤੇ ਫੇਰ ਨਜ਼ਾਰਾ ਆਵੇ ਲਾਓ ਸਾਹਮਣੇ ਮੇਰੇ ਵੀਰੋ ਵੱਜੀਆਂ ਹੋਈਆਂ ਤਾੜੀਆਂ ਇੱਕ ਬੰਨੇ ਸੋਨਾ ਦੂਸਰੇ ਬੰਨੇ ਹੀਰਾ ਤੈਨੂੰ ਕੀ ਆਖਾਂ ਮੈਂ ਹੀਰਿਆ ਜਿੰਦ ਸੋਚਾਂ ਵਿੱਚ ਮਰ ਗਿਆ ਵੇ ਮਰੀ ਹੋਈ ਜਾਨ ਹੁਣ ਵੱਜਣ ਗਈਆਂ ਤਾੜੀਆਂ ਏ ਘੜੀ ਦੀਆਂ ਸੋਨਾ ਟਿਕ 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 ਖੇਡ ਮੈਦਾਨ ਵਿੱਚ ਰਾਲਾ ਨੀ ਰਾਲਾ ਨੀ ਰਾਲਾ ਨੀ ਰਾਲਾ ਨੀ ਰਾਲਾ ਨੀ ਜੀ ਪੁਆਇੰਟ ਬਿਲਕੁਲ ਰੈਫਰੀ ਦੇ ਫੈਸਲੇ ਅਟਲ ਤੇ ਅੰਤਮ ਲੱਗ ਗਿਆ ਮੰਨਣਾ ਪੈਣਾ ਸੋਨਿਆ ਸੱਚ ਸੱਚ ਹੀ ਹੈ ਮੰਨਣਾ ਪੈਣਾ ਕੋਈ ਗੱਲ ਨੀ ਪਿਆਰ ਉਧਰੋਂ ਹੱਥ ਤੇ ਉਧਰੋਂ ਹੂਟਰ ਕਿਉਂਕਿ ਦੋਵਾਂ ਦਾ ਮੇਲ ਤਾਲਮੇਲ ਹੋ ਗਿਆ ਤੇ ਰੈਫਰੀ ਦੇ ਫੈਸਲੇ ਅਟਲ ਹੈ ਚੱਲ ਵੀ ਨੌਜਵਾਨਾਂ ਸੋਨਿਆ ਕੋਈ ਗੱਲ ਨੀ ਉੱਠ ਨੌਜਵਾਨਾਂ ਹੌਸਲਾ ਕਰ ਫਿਰ ਦੇਖਦੇ ਹਾਂ ਗੱਭਰੂ ਅਗਲੀ ਕਬੱਡੀ ਦੇ ਉੱਪਰ ਕੀ ਫੈਸਲੇ ਹੋਣਗੇ ਕਿਉਂਕਿ ਉੱਠ ਵੀ ਨੌਜਵਾਨਾਂ ਚੱਲ ਵੀ ਬਲਜੀਤ ਪਾ ਕਬੱਡੀ ਇੱਕ ਬੰਨੇ ਤਲਵੰਡੀ ਦੀ ਟੀਮ ਦੂਸਰੇ ਬੰਨੇ ਕਹਿ ਲਈਏ ਵੀ ਘਾਲਾਂ ਦੀ ਟੀਮ ਹੁਣ ਨਜ਼ਾਰੇ ਵੱਖਰੇ ਹੁੱਲੇ ਹੁਲਾਰੇ ਹੁੱਲੇ ਹੁਲਾਰੇ ਹੁੱਲੇ ਹੁਲਾਰੇ ਕਬੱਡੀ ਦੇ ਤਾਂ ਕਬੱਡੀ ਬਲਜੀਤ ਨੇ ਪਾਈ ਹੈ ਖੇਡ ਮੈਦਾਨ ਦੇ ਵਿੱਚ ਤੱਕੀਏ ਵੀ ਚਾਰ ਜਾਫੀ ਮੀਨਿਓ ਪਿੰਡ ਵਾਲਾ ਜਾਂ ਗਿੰਦਵੀ ਮੰਗਲ ਜਾਂ ਲੱਖਾਂ ਲੱਖਾਂ ਦੀ ਗੱਲ ਕਰਦਾ ਉਧਰਲੇ ਬੰਨੇ ਖੇਡ ਮੈਦਾਨ ਵਿੱਚ ਬਲਜੀਤ ਇੱਕ ਬੰਨੇ ਅੰਬੂ ਹਾਟੋ ਪਿੱਛੇ ਨੌਜਵਾਨਾਂ ਹੱਸਦਾ ਨੌਜਵਾਨ ਬਲਜੀਤ ਕਹਿੰਦੇ ਸਿਆਣਪ ਦੀ ਖੇਡ ਤੇ ਠੰਡੀ ਖੇਡ ਖੇਡਦਾ ਇਹ ਬਲਜੀਤ ਹੈ ਚੱਲ ਵੀ ਖੋਸੇ ਕੋਟਲੇ ਵਾਲਿਆ ਪਾ ਕਬੱਡੀ ਨੌਜਵਾਨਾਂ ਉੱਠ ਵੀ ਨੌਜਵਾਨਾਂ ਸੋਨਿਆ ਪਾਣੀ ਪੂਣੀ ਪੀਲਾ ਨੌਜਵਾਨਾਂ ਤੇ ਤਿਆਰੀ ਕਰ ਲਾ ਉਧਰਲੇ ਬੰਨੇ ਕਹਿੰਦੇ ਵੀ ਇੱਕ ਸਕਿੰਟ ਦੇ ਫਾਸਲੇ ਨਾਲ ਹੂਟਰ ਵੱਜਿਆ ਤੇ ਪਾਕ ਤਲਵੰਡੀ ਦੀ ਟੀਮ ਦੇ ਹਿੱਸੇ ਜੁੜ ਗਿਆ ਤੇ ਆਹ ਗੱਭਰੂ ਕਹਿੰਦੇ ਕਬੱਡੀ ਨਰਪੈ ਦੀ ਪੈਂਦੀ ਹੋਈ ਖੇਡ ਮੈਦਾਨ ਵਿੱਚ ਅਠੂਰ ਪਿੰਡ ਦੀ ਧਰਤੀ ਦਾ ਇੱਕ ਅਠੂਰ ਕੀਪਾ ਬਦਨੀ ਦਾ ਛਾ ਗਿਆ ਕਿ ਤੀਜੀ ਕੌਡੀ ਮਿਸ ਬੋਪਾ ਰਾਏ ਸ਼ੀਰਾ ਪਾ ਗਿਆ ਆਏ ਗਗਨਾ ਤਲਵੰਡੀ ਦਾ ਉਧਰਲੇ ਬੰਨੇ ਸੋਢੀ ਸਾਹਿਬ ਤੇ ਨਾਲ ਇਧਰਲੇ ਬੰਨੇ ਸੂਬਾ ਗਿੱਲ ਜੀ ਕਹਿੰਦੇ ਵੀ ਜਿੰਨੇ ਜਫੇ ਲੱਗਦੇ ਆ ਉਹਨੇ ਜਿਹੜੇ 700 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਚੱਲ ਵੀ ਤਲਵੰਡੀ ਆਏ ਬਰਾੜ ਸਾਹਿਬ ਗਗਨੇ ਨੂੰ 100 ਰੁਪਇਆ ਇਨਾਮ ਦਿੰਦੇ ਜੀ ਬਰਾੜ ਸਾਹਿਬ ਉਧਰਲੇ ਬੰਨੇ ਬਲਦੇਵ ਬਰਾੜ ਜੀ ਲਾਓ ਸਾਹਮਣੇ ਮੀਨੀਓ ਵਾਲਾ ਕਹਿੰਦੇ ਵੀ ਗੱਭਰੂ ਪੀਤੋ ਮੀਨੀਓ ਦੀ ਧਰਤੀ ਦਾ ਗੱਭਰੂ ਖੇਡ ਮੈਦਾਨ ਵਿੱਚ ਕਹਿੰਦੇ ਐਵੇਂ ਨੀ ਜੋਧੇ ਨੇ ਲਿਖਿਆ ਕਿ ਖੇਡ ਮੈਦਾਨ ਵਿੱਚ ਗੱਗੀ ਦੇ ਆ ਪਿੰਡਾਂ ਕੋਲੇ ਪਿੰਡ ਜੋਧੇ ਆ ਯਾਫੀ ਕਾਹਦਾ ਉੱਡਣਾ 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 ਪਰਿੰਡ ਜੋਧੇ ਆ ਤੇ ਪੁਆਇੰਟ ਮੋਨੇ ਪਡੋਰੀ ਦਾ ਇੱਕ ਜ਼ੋਰ ਦੇ ਨਾਲ ਭਿੜ ਕੇ ਵੀ ਲੈਣਾ ਪੈਂਦਾ ਪਾਲਾ ਪਤਾ ਲੱਗ ਜਾਂਦਾ ਬਿੱਲੋ ਇੱਥੇ ਜ਼ੋਰ ਦਾ ਨੀ ਮੁੰਡਾ ਵੇਖੀ ਚੰਨ ਵਰਗਾ ਤੈਨੂੰ ਠੀਕ ਆ ਜੀ ਬਰਾੜ ਸਾਹਿਬ ਔਰ ਉਧਰਲੇ ਬੰਨੇ ਸਰਦਾਰ ਸੂਬਾ ਸਿੰਘ ਗਿੱਲ ਸਾਹਿਬ ਕਹਿੰਦੇ ਵੀ ਹਜ਼ਾਰਾਂ ਦੀ ਜਿਹੜੀ ਗੁੱਟੀ ਲੈ ਕੇ ਆਇਆ ਤੇ ਖੇਡ ਮੈਦਾਨ ਵਿੱਚ ਦੇਖਦੇ ਆ ਮੁੰਡਾ ਤੁਰਿਆ ਪਾੜੇ ਤੋਂ ਮਾਰ ਕੇ ਥਾਪੀ ਨਾਲ ਚਲਾਕੀ ਮੁੰਡਾ ਆਸ਼ਬਾਜੀ ਆ ਪਾਉਣ ਸਵਾਰ ਕੁਤਰ ਵੀ ਦਾਤੀ ਹੱਥ ਲਾ ਗਿਆ ਗਮਲੇ ਨੂੰ ਲਓ ਜੀ ਹੁਣ ਜਿੰਨੇ ਦੋਈ ਪਾਸੇ ਜਫੇ ਲੱਗਣਗੇ ਉਹਨੇ ਜਿਹੜੇ ਮਾਨ ਸਨਮਾਨ ਹੈ ਤਲਵੰਡੀ ਦੀ ਟੀਮ ਲਈ ਸਾਡੇ ਵੀਰ ਸੂਬਾ ਸਿੰਘ ਗਿੱਲ ਕੈਲਗਰੀ ਬਲਦੇਵ ਬਰਾੜ ਜੀ ਉਧਰਲੇ ਬੰਨੇ ਦੱਸਣਗੇ ਵੀ ਜਿੰਨੇ ਪੁਆਇੰਟ ਤਲਵੰਡੀ ਦੀ ਟੀਮ ਪ੍ਰਾਪਤ ਕਰਦੀ ਹੈ ਉਹਨੇ ਜਿਹੜੇ ਜਫੇ ਲੱਗਣ ਉਹਨੇ ਜਿਹੜੇ 700 ਰੁਪਇਆ ਬਰਾੜ ਸਾਹਿਬ ਜੀ ਮੈਨੂੰ ਲੱਗਦਾ ਵੀ ਮੈਚ ਸਮਾਪਤੀ ਵੱਲ ਕੌਣ ਜਿੱਤ ਗਿਆ ਜੀ ਕਿਹੜੀ ਟੀਮ ਜਿੱਤੀ ਇਧਰਲੇ ਬੰਨੇ ਡਾਕਟਰ ਬਖਤਿਆਰ ਜੀ ਆ ਜਾਓ ਮੈਚ ਵਧੀਆ ਲੱਗਾ ਤਾਂ ਜ਼ੋਰਦਾਰ ਤਾੜਾ ਠੋਕ ਦਿਓ ਹਾਂਜੀ ਦੱਸੋ ਜੀ ਕਿਹੜੀ ਟੀਮ ਜਿੱਤ ਰਹੀ ਹੈ ਆਓ ਜੀ ਇਧਰਲੇ ਬੰਨੇ ਡਾਕਟਰ ਸਾਹਿਬ ਔਰ ਅਗਲਾ ਮੈਚ ਖੋਸਾ ਰਣਧੀਰ ਤੇ ਮਨਸੂਰਵਾਲ ਜੀ ਤਲਵੰਡੀ ਭਾਈ ਦੇ ਪੁਆਇੰਟ ਨੇ 19.5 ਕੱਲਾਂ ਦੀ ਟੀਮ ਦੇ ਪੁਆਇੰਟ ਨੇ 16 ਜੀ ਲਓ ਜੀ ਤਲਵੰਡੀ ਭਾਈ ਦੀ ਟੀਮ ਇਸ ਮੈਚ ਦੇ ਵਿੱਚੋਂ ਜੇਤੂ ਹੈ ਬਲਜੀਤ ਮੇਰਾ ਵੀਰ ਪੈਸੇ ਲੈ ਲਵੇ ਬਲਜੀਤ
ਤੇ ਅਗਲੀ ਗੱਲ ਮਾਈਕ ਤੋਂ ਅਮਰੀਕ ਖੋਸਾ ਕੋਟਲਾ ਜੀ ਉਹ ਕਰਨਗੇ ਆਹ ਲੈ ਲਓ ਜੀ ਕਿਰਪਾ ਕਰਕੇ ਆਹ ਪੈਸੇ ਜਿਹੜੇ ਬਲਜੀਤ